ਲੋ ਜੀ ਹਾਜ਼ਰ ਅਸੀਂ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ 'ਚ ਮੈਂ ਗੁਰਪ੍ਰੀਤ ਸੰਧਵਾਲੀਆ ਤੁਹਾਡੇ ਨਾਲ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਹਰ ਰੋਜ਼ ਖਬਰਾਂ ਦੀਆਂ ਗੱਲਾਂ ਬਾਤਾਂ ਕਰਨ ਲਈ ਅਸੀਂ ਤੁਹਾਡੇ ਨਾਲ ਆ ਜਾਈਦਾ ਤੁਸੀਂ ਪਸੰਦ ਕਰਦੇ ਹੋ ਉਹਦੇ ਲਈ ਬੜੇ ਧੰਨਵਾਦੀ ਹਾਂ ਅੱਜ ਵੀ ਕੁਝ ਕਲਾਂ ਜਿਹੜੇ ਮਾਨ ਸਰਕਾਰ ਨੇ ਕੀਤੇ ਜਿਹਦੇ ਵਿੱਚ ਉਹ ਕਹਿੰਦੇ ਵੀ ਆਪਾਂ ਹੁਣ ਕਰ ਕਰ ਰਾਸ਼ਨ ਪਚਾਉਣਾ ਉਹਦੇ ਤੇ ਵੀ ਰੌਲਾ ਪੈ ਗਿਆ ਫਿਰ ਚੰਡੀਗੜ੍ਹ ਨੂੰ ਲੈ ਕੇ ਤਾਂ ਕਾਹ ਵੀ ਕੰਮ ਵਧ ਗਿਆ ਕੁਝ ਮੰਤਰੀ ਸਾਹਿਬਾਨਾਂ ਨੇ ਐਲਾਨ ਕੀਤੇ ਆ ਉਹਨਾਂ ਐਲਾਨਾਂ ਦੇ ਵਿੱਚ ਕਿੰਨੀ ਕੁ ਪ੍ਰੈਕਟੀਕਲਿਟੀ ਲੱਗਦੀ ਆ ਆਪਾਂ ਉਹਦਾ ਜ਼ਿਕਰ ਵੀ ਕਰ ਲਵਾਂਗੇ ਵਿਰੋਧੀ ਧਿਰਾਂ ਵਾਲੇ ਪਾਸਿਓਂ ਵੀ ਕਾਫੀ ਇਸ ਵਕਤ ਧਿਰੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਮੁੱਦੇ ਕਿਹੜੇ-ਕਿਹੜੇ ਨੇ ਆਪਾਂ ਉਹਨਾਂ ਦੀ ਗੱਲ ਵੀ ਕਰਨੀ ਆ ਕੁਝ ਹੁਣ ਆਉਣ ਵਾਲੀ ਫਸਲ ਨੂੰ ਲੈ ਕੇ ਵੀ ਫਿਕਰਮੰਦੀ ਹੈਗੀ ਆ ਉਹਦੇ ਤੇ ਵੀ ਚਰਚਾ ਕਰਾਂਗੇ ਤੇ ਗੱਲਾਂ ਬਾਤਾਂ ਕਰਨ ਲਈ ਨਾਲ ਪਰਮੀਰ ਬਾਠੋਰੀ ਹੋਰ ਬਾਠ ਸਾਹਿਬ ਛੜਦੀ ਕਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹਾਰਾਜ ਸੇਤਾ ਸੇਤਾ ਠੀਕ ਨੇ ਕੈਮ ਨੇ ਵਾਕਈਂ ਵੀ ਚਾਹੀਦੀਆਂ ਹੋਰ ਦੱਸੋ ਕੀ ਲੈ ਕੀ ਜਾਣ ਨੇ ਨੀ ਬੰਦੇ ਨੂੰ ਹਮੇਸ਼ਾ ਹਾਂ ਬਖੀ ਰਹਿਣਾ ਚਾਹੀਦਾ ਚਾਹੇ ਕੋਈ ਗੱਲਬਾਤ ਹੋਵੇ ਵੀ ਤਾਂ ਵੀ ਕਿਹੜੀ ਗੱਲ ਆਹੀ ਤੇ ਗੱਲ ਹੈ ਤੁਰੇ ਫਰਦੇ ਆ ਨਾ ਇੰਨਾ ਥੋੜਾ ਆਨੇ ਗੱਲ ਠੀਕ ਹੈ ਤੁਰੇ ਫਿਰਨ ਵਾਲਾ ਕੰਮ ਜਿਆਦਾ ਵਧੀਆ ਪਰ ਚਲੋ ਬੰਦਾ ਆਪਣੇ ਸਿਰ ਬਸੇ ਰਹੀ ਕਹਿੰਦੇ ਤੁਰਿਆ ਫਿਰੇ ਜੰਗਾ ਕਿਸੇ ਵੇਲੇ ਹੁੰਦਾ ਨਾ ਵੀ ਹਾਂ ਯਾਰ ਉਹ ਫੇ ਫਲਾਨਾ ਉਹ ਕਹਦੇ ਅਗਲੇ ਦਾ ਕੀ ਪਤਾ ਕਦੋਂ ਪੌੜੀ ਖੇਚਲੇ ਭਾਈ ਸਾਹਿਬ ਹੈ ਨਾ ਸੋ ਇਹ ਥੋੜਾ ਜਿਹਾ ਕੰਮ ਔਖਾ ਆਪਾਂ ਦੇ ਵੀ ਬੇਨਤੀ ਕਰਦੇ ਆ ਵੀ ਜਿੰਨਾ ਵੀ ਹੈਗਾ ਆਪਣੇ ਪੈਰਾਂ ਸਿਰ ਚੱਲਣ ਦੀ ਲੋੜ ਆ ਜਿਹੜੀ ਆਪਾਂ ਉਹ ਵੀ ਇੱਕ ਬੇਨਤੀ ਕਰਦੇ ਨੇ ਵੀ ਵੀਰ ਮੇਰੇ ਜਿੰਨੇ ਜੋ ਕੀਤਾ ਅਗਲੇ ਦੇ ਗੱਲ ਪਾ ਲਓ ਹਮ ਹੈਨਾ ਕਿਸੇ ਵੇਲੇ ਹੁੰਦਾ ਵੀ ਕਿਸੇ ਦਾ ਕੀਤਾ ਕਿ ਹੋਰ ਦੇ ਗੱਲ ਵੇਣਾ ਜਾਂ ਤੂੰ ਆ ਨਹੀਂ ਇਹਦਾ ਜਵਾਬ ਕਿਉਂ ਨਹੀਂ ਦਿੰਦਾ ਵੀ ਵੀਰ ਜਿੰਨੇ ਕੀਤਾ ਉਹਦੇ ਕੋਲ ਪੁੱਛੋ ਹੈਨਾ ਇੱਕ ਮੈਨੂੰ ਸੰਧਾਲੀਆ ਸਾਹਿਬ ਇਹ ਵੀ ਲੱਗਦਾ ਕਿ ਕਿਤੇ ਨਾ ਕਿਤੇ ਨਾ ਹੁਣ ਉਹ ਦੌੜ ਜੀ ਦੇ ਵਿੱਚੋਂ ਬਾਹਰ ਨਿਕਲਣ ਦੀ ਵੀ ਲੋੜ ਹੈ ਕਿਉਂਕਿ ਹੁਣ ਵੋਟਾਂ ਤਾਂ 5 ਸਾਲ ਨਹੀਂ ਆਉਣੀਆਂ ਹਮ ਇੱਕ ਦੂਜੇ ਤੇ ਦੋਸ਼ ਲਾ ਕੇ ਉਹਨਾਂ ਦੇ ਇੱਕ ਦੂਜੇ ਦੇ ਕੱਪੜੇ ਪਾੜੀ ਜਾਈਏ ਕੋਈ ਫਾਇਦਾ ਨਹੀਂ ਹੁਣ ਪੰਜਾਬ ਦਾ ਫਾਇਦਾ ਕਿਹੜੀ ਚੀਜ਼ ਦੇ ਵਿੱਚ ਆ ਉਧਰਲੇ ਪਾਸੇ ਨੂੰ ਤੁਰਨਾ ਚਾਹੀਦਾ ਠੀਕ ਹੈ ਤੁਸੀਂ ਕਿਹੜੀ ਪਾਰਟੀ ਦੇ ਨਾਲੋਂ ਕਿਹੜੀ ਪਾਰਟੀ ਦੇ ਵਰਕਰੋਂ ਆਮ ਆਦਮੀ ਪਾਰਟੀ ਵਾਲੇ ਹੁਣ ਮਤ ਸੋਚਣ ਕਿ ਉਹ ਪਾਰਟੀ ਦੇ ਵਰਕਰ ਨੇ ਅਕਾਲੀ ਕਾਂਗਰਸੀ ਭਾਜਪਾ ਵਾਲੇ ਵੇਦਦੇ ਹੁਣ ਪੰਜਾਬ ਦੇ ਤਾਂ ਹੈਗੇ ਹੀ ਨੇ ਨਾ ਹੂੰ ਹੂੰ ਹੁਣ ਸਰਕਾਰ ਉਹਨਾਂ ਦੀ ਬਣ ਗਈ ਐ ਤੇ ਇੱਕ ਦੂਜੇ ਨਾਲ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਗਲਤ ਕਰਦੀ ਪਾਰਟੀ ਦੇ ਵਰਕਰ ਹਿੰਮਤ ਰੱਖਣ ਕਿ ਪਾਈ ਅਸੀਂ ਗਲਤ ਕਹਿਣਾ ਤੇ ਦੂਸਰੇ ਪਾਸੇ ਬਾਕੀ ਪਾਰਟੀਆਂ ਵਾਲੇ ਇੰਨੀ ਕਿ ਹਿੰਮਤ ਰੱਖਣ ਕਿ ਜੇ ਕੋਈ ਚੱਜ ਦਾ ਕਰਦੇ ਆ ਤੁਹਾਨੂੰ ਚੰਗਾ ਕਹੋ ਇੱਕ ਮਤਲਬ ਰਿਵਾਜ ਅਜਿਹਾ ਨਹੀਂ ਐ ਬਈ ਬੜਾ ਪਹਿਲਾਂ ਦਾ ਐਂਡ ਉਸੇ ਰਿਵਾਜ ਦੇ ਵਿੱਚ ਹੀ ਕੰਮ ਚੱਲੀ ਜਾਂਦਾ ਤੇ ਉਹ ਰਿਵਾਜ ਇਹ ਆ ਕਿ ਵੀ ਮਹਾਰਾਜ ਜਿਹੜਾ ਵੀ ਬੰਦਾ ਕੰਮ ਕਰਨ ਲੱਗਦਾ ਅਸੀਂ ਵਿਰੋਧ ਚ ਤੇ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਨਿਭਾਉਣੀ ਚਾਹੀਦੀ ਪਰ ਮਨ ਲੱਗਦਾ ਵੀ ਥੋੜਾ ਜਿਹਾ ਜੇ ਉਹਦੇ ਚ ਆਪਾਂ ਸਕਾਰਾਤਮਕ ਲੈ ਆਈਏ ਪੁਣਾ ਸਕਾਰਾਤਮਕ ਪੁਣਾ ਹੁੰਦਾ ਨਾ ਵੀ ਯਾਰ ਜੇ ਬੰਦੇ ਨੇ ਕੋਈ ਚੰਗਾ ਕੰਮ ਕੀਤਾ ਤੇ ਚੰਗੇ ਨੂੰ ਚੰਗਾ ਕਹਿ ਦਈਏ ਜੀ ਮੈਨੂੰ ਐਂ ਲੱਗਦਾ ਵੀ ਜਿਹੜਾ ਇਸ ਤੋਂ ਪਹਿਲਾਂ ਵਾਲਾ ਕੰਮ ਸੀਗਾ ਵੀ ਯਾਰ ਤੂੰ ਸਾਹਮਣੇ ਲੋਕਾਂ ਦੇ ਭੰਡੀ ਜਾਹੀਂ ਤੇ ਜਦੋਂ ਫਿਰ ਉਹੇ ਸ਼ਾਮ ਨੂੰ ਵੇਲੇ ਫਿਰ ਬਹਾਂਗੇ ਸ਼ਾਇਦ ਕਿਤਨਾ ਕਿਤੇ ਉਹੀ ਰਵਾਜ਼ ਸੀਗਾ ਜਿਹਦਾ ਕਰਕੇ ਦਹਾਕੇਾਂ ਬੱਧੀ ਸਾਰਾ ਕੁਝ ਚੱਲਦਾ ਰਿਹਾ ਤੇ ਜੇ ਹੋਣ ਵਾਲਿਆ ਨੇ ਵੀ ਉਹੀ ਕੁਝ ਕਰ ਲੈਣਾ ਆਪਾਂ ਇਹਨਿਆਂ ਦੇ ਵੀ ਆਮ ਆਦ ਪਰ ਜੀ ਅਜੇ ਵੀ ਮੰਨ ਲਓ ਕਿ ਉਸ ਪਾਸੇ ਨੂੰ ਕੰਮ ਤੁਰ ਪਿਆ ਵੀ ਹਾਂ ਯਾਰ ਕੋਈ ਗੱਲ ਨਹੀਂ ਉੱਤੇ ਰੌਲਾ ਰੱਪਾ ਪਾ ਕੇ ਤੇ ਮੁੜ ਕੇ ਆਪਾਂ ਦੇਖਾਂਗੇ ਵੀ ਕਿਦਾਂ ਕਰਨਾ ਕਿਉਂਕਿ ਅਗਲੇ ਨੂੰ ਲੱਗਣਾ ਵੀ ਯਾਰ ਤੂੰ ਰੋਜ਼ ਹੀ ਮੇਰੇ ਖਿਲਾਫ ਹੋ ਜਾਣਾ ਕੀ ਚਾਹਣਾ ਗਿਆ ਤੂੰ ਉਹ ਕਹਿੰਦਾ ਮਿਲ ਲਓ ਫਿਰ ਅਸੀਂ ਚੁੱਪ ਕਰ ਜਾਾਂਗੇ ਹੈ ਨਾ ਮੋਸਟਲੀ ਹੁੰਦੀ ਗੱਲ ਵੀ ਇੱਥੇ ਵੀ ਦੇ ਵੀ ਤੁਸੀਂ ਮਿਲ ਲਓ ਤੇ ਫਿਰ ਆਪਾਂ ਚੁੱਪ ਕਰ ਜਾਵਾਂਗੇ ਜੇ ਤੇ ਆਪਾਂ ਆਪ ਮਿਲਣ ਵਾਲੇ ਪਾਸੇ ਚੱਲਣਾ ਕਿਸੇ ਤੇ ਵੀ ਗੱਲ ਕਰਦਾ ਏ ਬੀ ਸੀ ਡੀ ਕੋਈ ਵੀ ਹੋ ਸਕਦਾ ਫਿਰ ਤੇ ਆਪਾਂ ਇਹ ਮਤ ਭਾਲੀਏ ਵੀ ਹਾਂ ਜਿਹੜੇ ਉਹ ਸਿਸਟਮ ਨੂੰ ਸੁਧਾਰਨ ਲਈ ਦੀ ਦੁਜੀ ਦੁਜੀ ਦੇ ਲਈ ਉਹ ਲੋਕ ਚੇਂਜ ਹਾਂ ਜੀ ਆਮ ਆਦਮੀ ਪਾਰਟੀ ਵਾਲਨੇ ਵੀ ਸੋਚਣਾ ਵੀ ਚਲ ਕੋਈ ਗੱਲ ਨਹੀਂ ਵੀ ਯਾਰ ਜਿੱਥੇ ਅੱਗੇ ਹੁੰਦਾ ਸੀ ਵੀ ਪਹਿਲਾਂ ਏ ਨਹੀਂ ਤੇ ਫਿਰ ਉਹ ਹੁਣ ਇਦਾਂ ਕਰ ਲਿਆ ਕਿ ਪਹਿਲਾਂ ਏ ਫਿਰ ਉਹ ਫਿਰ ਉਹ ਜੀ ਫਰਕ ਦੇ ਇਨਾਂ ਕਿ ਇਨਾਂ ਕੀ ਐ ਸੰਤਾਲੀਆ ਸਾਹਿਬ ਮੈਨੂੰ ਲੱਗਦਾ ਕਿ ਜਿਹੜੇ ਆਮ ਲੋਕ ਜਾਨੀ ਅਕਾਲੀ ਕਾਂਗਰਸੀ ਆਪ ਭਾਜਪਾ ਤੋਂ ਪਰੇ ਹੋ ਕੇ ਹਮ 117 ਸੀਟਾਂ ਆ 5 ਕਿ 83 ਜਾਨੀ 600 ਬੰਦਾ ਉੱਪਰ ਲਾ ਉਹ 600 ਵੀ 400 ਹੋਰ ਲਾ ਲਓ ਜਿਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਹਜ਼ਾਰ ਕ ਬੰਦਾ ਜਿਹੜੇ ਲੀਡਰ ਟਾਈਪ ਬੰਦੇ ਨੇ ਅਸਲ ਚ ਲੀਡਰ ਨੇ ਉਨਾ ਨੂੰ ਛੱਡ ਲਈਏ ਤਾਂ ਬਾਕੀ ਪੌਣੇ 3 ਕਰੋੜ ਤੋਂ ਵੱਧ ਲੋਕ ਪੰਜਾਬੀ ਨੇ ਹੋ ਸਕਦਾ ਕਿਸੇ ਦੇ ਘਰ ਮੂਰੇ ਕਿਸੇ ਪਾਰਟੀ ਦਾ ਪੋਸਟਰ ਲੱਗਾ ਕਿਸੇ ਨੇ ਕਿਸੇ ਦੀ ਮੈਂਬਰਸ਼ਿਪ ਲਈ ਹੁਣ ਉਹ ਇੱਕ ਗੱਲ ਜ਼ਰੂਰ ਵਿਚਾਰਨ ਕਿ ਬਿਜਲੀ ਦੀਆਂ ਤਾਰਾਂ ਜੀ ਢਿੱਲੀਆਂ ਨੇ ਨਾ ਪੰਜਾਬ 'ਚ ਉਹ ਕਾਂਗਰਸੀ ਦੇ ਘਰ ਨੂੰ ਵੀ ਬੱਤੀ ਉੱਥੋਂ ਹੀ ਜਾਂਦੀ ਹੈ ਅਕਾਲੀ ਦੇ ਘਰ ਨੂੰ ਵੀ ਉੱਥੋਂ ਹੀ ਜਾਂਦੀ ਆਪ ਪਾਰਟੀ ਦੇ ਘਰ ਦੇ ਬੰਦੇ ਉੱਥੇ ਜਾਂਦੀ ਹੈ ਲੀਡਰਾਂ ਦੇ ਘਰ ਨੂੰ ਨਹੀਂ ਕਹਿੰਦਾ ਉਹਨਾਂ ਕੋਲ ਜਨਰੇਟਰ ਨੇ ਥੋੜੇ ਆਮ ਲੋਕਾਂ ਦੇ ਘਰਾਂ ਨੂੰ ਜੇ ਉਹ ਤਾਰਾਂ ਕੱਸੀਆਂ ਜਾਣਗੀਆਂ ਤਾ ਤੁਹਾਡੇ ਨਿਰਵਿਘਨ ਬਿਜਲੀ ਦੀ ਸਪਲਾਈ ਹੋਣੀ ਹੈ ਜੇ ਬਿਜਲੀ ਸਸਤੀ ਮਿਲੂਗੀ ਉਹ ਸਾਰਿਆਂ ਨੂੰ ਮਿਲੂਗੀ ਕਾਂਗਰਸੀ ਅਕਾਲੀ ਆਪ ਭਾਜਪਾਲੇ ਲੀਡਰ ਆਮ ਤੌਰ ਤੇ ਕਹਿੰਦੇ ਹੁੰਦੇ ਆ ਜੀ ਆ ਇਹਨਾਂ ਨੇ ਕੰਮ ਗਲਤ ਕਰਤਾ ਤੁਸੀਂ ਸਹੀ ਦੱਸੋ ਨਾਲ ਕਿ ਸਹੀ ਕਿੱਦਾਂ ਕਰਨਾ ਜੇ ਫਿਰ ਨਾ ਕਰਨਗੇ ਪੰਜਾ ਸੱਤ ਮਹੀਨਿਆਂ ਦੇ ਵਿੱਚ ਫਿਰ ਖਿੱਚੋ ਹੁਣ ਇੱਥੇ ਵੱਖ-ਵੱਖ ਪਾਰਟੀਆਂ ਦੇ ਵਰਕਰ ਇਹ ਜ਼ਰੂਰ ਸੋਚਣ ਕਿ ਭਾਈ ਸੇਕ ਜੇ ਲੱਗਣਾ ਤਾਂ ਤੁਹਾਨੂੰ ਨਾਲ ਹੀ ਲੱਗਣਾ ਜੇ ਅੱਜ ਆ ਕੰਮ ਕਰਕੇ ਦਿਖਾ ਲੈਣਾ ਹੋਣਾ ਨਹੀਂ ਠੀਕ ਹੈ ਜੇ ਨਹੀਂ ਹੋਊਗਾ ਤਾਂ ਉੱਥੇ ਹੀ ਖਲੋਤੇ ਆ ਪਰ ਉਹ ਕੀਤਾ ਕਿਦਾਂ ਜਾਣਾ ਮਾੜਾ ਮੋਟਾ ਢੰਗ ਤਰੀਕਾ ਦੱਸੋ ਮੰਡੀਆਂ ਦੇ ਵਿੱਚੋਂ ਜੇ ਫਸਲ ਚੱਕ ਹੋਊਗੀ ਸਕੂਲਾਂ ਕਾਲਜਾਂ 'ਚ ਜੇ ਅਧਿਆਪਕ ਪੂਰੇ ਹੋਣਗੇ ਹਸਪਤਾਲਾਂ 'ਚ ਡਾਕਟਰ ਪੂਰੇ ਹੋਣਗੇ ਸਾਰੇ ਹੀ ਪੰਜਾਬੀਆਂ ਨੂੰ ਲਾਹਾ ਮਿਲਣਾ ਉਹ ਪੂਰੇ ਕਿਦਾਂ ਕਰਨੇ ਆ ਆਮ ਲੋਕਾਂ ਦਾ ਟੀਚਾ ਇਹ ਚਾਹੀਦਾ ਇਹ ਨਹੀਂ ਚਾਹੀਦਾ ਕਿ ਉਹ ਕਿਹੜੀ ਪਾਰਟੀ ਦੇ ਨਾਲ ਹੀ ਪੂਰੇ ਹੋਣੇ ਆ ਨਹੀਂ ਬੜਾ ਜ਼ਰੂਰੀ ਆ ਮੇਰੇ ਖਿਆਲ ਇੱਕ ਇੱਕ ਚੀਜ਼ ਜਿਹੜੀ ਯਾਦ ਰੱਖਣ ਦੀ ਲੋੜ ਆ ਕਿਉਂਕਿ ਅੱਜ ਐਲਾਨ ਉਸ ਪਾਸੇ ਹੋਇਆ ਤੇ ਬਹੁਤੀ ਚਰਚਾ ਉਹਦੀ ਵੀ ਕਰਨੀ ਆ ਉਹ ਐਲਾਨ ਦੇ ਉੱਪਰ ਵੀ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲਣ ਲੱਗ ਪਈਆਂ ਆਪਾਂ ਐਲਾਨ ਤੇ ਆਉਣ ਤੋਂ ਪਹਿਲਾਂ ਮੈਂ ਕੁਦਰਤੀ ਆਈਡੀਆ ਜਿਹਾ ਲਾਉਂਦਾ ਹਾਂ ਕਿ ਕਿੱਥੇ ਇੱਕ ਖੜੇ ਆ ਆਪਾਂ ਵੀ ਪਹਿਲਾਂ ਵੀ ਮੇਰੇ ਖਿਆਲ ਪੜਿਆ ਹੋਣਾ ਵੀ ਅਪ੍ਰੋਕਸੀਮੇਟਲੀ ਪੰਜਾਬ ਦੀ ਟੋਟਲ ਆਬਾਦੀ ਦਾ ਅੱਧ ਉਹ ਕੈਟਾਗਰੀ ਆ ਜਾਂ ਉਹ ਲੋਕ ਨੇ ਜਿਨ੍ਹਾਂ ਨੂੰ ਆਟਾ ਦਾਲ ਸਕੀਮ ਦਿੱਤੀ ਜਾਂਦੀ ਹੈ ਜੀ ਇਹਨਾਂ ਨੂੰ ਰਾਹਤ ਦਿੱਤੀ ਜਾਂਦੀ ਵੀ ਆਰ ਚਲੋ ਕੁਝ ਨਾ ਕੁਝ ਸਰਕਾਰ ਹੈਲਪ ਕਰਦੀ ਚੰਗੀ ਗੱਲ ਆ ਫਿਰ ਉਹਦੇ ਜੋ ਕੁਝ ਕਾਟ ਕੱਟ ਤੇ ਕੁਝ ਕਹਿੰਦੇ ਵੀ ਹਾਂ ਜੀ ਉਹ ਦੁਸ਼ਮਣੀ ਨਾਲ ਕੱਟ ਤੇ ਕੋਈ ਕਹਿੰਦੇ ਜੀ ਕਿੜ ਕੱਟ ਤੀ ਕੋਈ ਕਹਿੰਦੇ ਗਲਤ ਬਣ ਗਏ ਜੋ ਵੀ ਹੋਇਆ ਪਰ ਅਜੇ ਵੀ 1 ਕਰੋੜ ਤੋਂ ਵੱਧ ਦਾ ਅੰਕੜਾ ਹੈ ਵੀ ਜਿਹੜੇ ਜੈਨੂਅਲ ਲੋਕ ਨੇ ਜਿਨ੍ਹਾਂ ਨੂੰ ਲੋੜ ਹੈ ਤੇ ਜਿਨ੍ਹਾਂ ਨੂੰ ਸਰਕਾਰ ਮਦਦ ਦਿੰਦੀ ਹੈ ਤੇ ਅਗਲੇ ਮਹੀਨੇ ਲੈਂਦੇ ਹੈ ਹੁਣ ਸੋਚਿਆ ਜਾਵੇ ਵੀ ਜੇ 1 ਕਰੋੜ ਤੋਂ ਵੱਧ ਦਾ ਅੰਕੜਾ ਇਹਦਾ ਮਤਲਬ ਸਮੁੱਚੀ ਪੰਜਾਬ ਦੀ ਆਬਾਦੀ ਦਾ 33% ਦੀ ਉਹ ਹਿੱਸਾ ਜਿਹੜਾ ਵਿਚਾਰਾ ਅਜੇ ਵੀ ਸਰਕਾਰ ਵਾਲੇ ਦੇਖਦਾ ਵੀ ਉਹ ਦੋਈ ਮਹੀਨੇ ਤਿੰਨੀ ਮਹੀਨੇ ਛੇ ਮਹੀਨੇ ਜਦੋਂ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਰਾਹਤ ਦੇਣ ਤੇ ਜਾਂ ਰੋਟੀ ਪਾਣੀ ਚੱ ਤੇ ਜੇ ਉਹਨਾਂ ਬੰਦਿਆਂ ਦੇ ਪੁਆਇੰਟ ਆਫ 뷰 ਤਾਂ ਆਪਾਂ ਸੋਚੀਏ ਤੇ ਆ ਜਿਨ੍ਹਾਂ ਦੇ ਉੱਪਰ ਪ੍ਰੈਸ ਕਾਨਫਰੰਸ ਟਵੀਟਰ ਟਵੀਟੀ ਧਰਨਾ ਪ੍ਰਦਰਸ਼ਨ ਦੂਜਾ ਤੇ ਜਾ ਹੁੰਦਾ ਉਹਨਾਂ ਦੀ ਲੋੜ ਰਹਿ ਜਾਂਦੀ ਇਹ ਮੈਂ ਬੇਨਤੀ ਕਰਦਾ ਉਹ ਬੰਦੇ ਨੂੰ ਜਿਨ੍ਹਾਂ ਨੂੰ ਸਿਰਫ ਇਹੀ ਹੁੰਦਾ ਵੀ ਉੱਤੋਂ ਉੱਤੋਂ ਅਸੀਂ ਵਿਰੋਧ ਕਰਾਂਗੇ ਸ਼ਾਮੀ ਫਿਰ ਮਿਲੀ ਨਹੀਂ ਤੇ ਫਿਰ ਵਿਰੋਧ ਕਰਾਂਗੇ ਦੇਖੋ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਐ ਇਦਾਂ ਦੀਆਂ ਸਕੀਮਾਂ ਦੀ ਹਮੇਸ਼ਾ ਲੋੜ ਰਹਿੰਦੀ ਐ ਮਧੇਸ਼ਾ ਜਿ ਵੀ ਆਪਾਂ ਦੇਖਿਆ ਕੋਈ ਬੰਦਾ ਅੰਗਹੀਣ ਐ ਬਜ਼ੁਰਗ ਹੋ ਗਿਆ ਕੋਈ ਕਿਸੇ ਵੀ ਕਾਰਨ ਕਰਕੇ ਕਮਾਉਣ ਯੋਗ ਨਹੀਂ ਰਿਹਾ ਜਾਂ ਕਿਸੇ ਦਾ ਕੰਮ ਛੁੱਟ ਗਿਆ ਸਰਕਾਰਾਂ ਟੁੱਟ ਕੇ ਪੈਂਦੀਆਂ ਕਿ ਭਾਈ ਇਹ ਬੰਦਾ ਭੁੱਖਾ ਨਹੀਂ ਮਰਨਾ ਚਾਹੀਦਾ ਇਹਦੇ ਘਰ ਦਾ ਕਿਰਾਇਆ ਵੀ ਨਿਕਲੇ ਆਉਣ ਜਾਣ ਦਾ ਵੀ ਖਰਚ ਨਿਕਲੇ ਇਹਦੀ ਜੇਬ ਦੇ ਵਿੱਚ 50 60 ਡਾਲਰ ਹੋਣ ਵੀ ਤੇਲ ਦੇ ਰੇਟ ਵਧੇ ਆ ਬ੍ਰਿਟਿਸ਼ ਕੋਲੰਬੀਆ ਜਿੱਥੇ ਆਪਾਂ ਬੈਠੇ ਆ ਇੱਥੋਂ ਦੀ ਸਰਕਾਰ ਨੇ ਫੈਸਲਾ ਕੀਤਾ ਡਾਲਰ ਭਾਵੇਂ ਥੋੜਾ ਹੀ ਨੇ 110 ਨੇ 20 ਨੇ ਜਾਂ 65 ਨੇ ਉਹ ਕਹਿੰਦੇ ਜੀ ਥੋੜਾ ਜਿਹਾ ਤੇਲ ਦਾ ਖਰਚ ਵਧਿਆ ਇਸ ਕਰਕੇ ਸਾਰੀਆਂ ਚੀਜ਼ਾਂ 'ਚ ਮਹਿੰਗਾਈ ਵਧੀ ਅਸੀਂ ਤੁਹਾਨੂੰ ਇੰਨੇ ਡਾਲਰ ਦਿੰਨੇ ਆ ਜੇ ਪੰਜਾਬ ਦੇ ਵਿੱਚ ਵੀ ਆਟਾ ਦਾਲ ਸਕੀਮ ਚੱਲਦੀ ਆ ਜਾਂ ਕੋਈ ਵੀ ਸਕੀਮ ਚੱਲਦੀ ਆ ਜੇ ਤਾਂ ਲੋੜਵੰਦ ਲਈ ਚੱਲਦੀ ਆ ਚਲਣੀ ਚਾਹੀਦੀ ਹੈ ਆਪਾਂ ਨੂੰ ਪਤਾ ਕਿ ਅੰਗਹੀਣ ਪੈਨਸ਼ਨ ਬਹੁਤੀ ਨਹੀਂ ਵਿਧਵਾ ਪੈਨਸ਼ਨ ਬਹੁਤੀ ਨਹੀਂ ਬੁਢਾਪਾ ਪੈਨਸ਼ਨ ਬਹੁਤੀ ਨਹੀਂ ਉਹ ਰੋਟੀ ਖਾਣ ਜੋ ਕੇ ਹੁਣੇ ਉਹਨਾਂ ਨੂੰ ਦਿਓ ਆਟਾ ਵੀ ਦਿਓ ਦਾਲ ਵੀ ਦਿਓ ਉਹਨਾਂ ਨੂੰ ਘਿਓ ਵੀ ਦਿਓ ਉਹਨਾਂ ਨੂੰ ਚਾਹ ਪੱਤੀ ਵੀ ਦਿਓ ਕੋਈ ਬੰਦਾ ਕਹਿੰਦਾ ਕਿ ਇਦਾਂ ਨਹੀਂ ਕਹਿੰਦਾ ਨਾ ਦਿਓ ਪਰ ਜਿਹੜਾ ਬੰਦਾ ਕੰਮ ਕਰਨ ਯੋਗ ਆ ਸਿਹਤਮੰਦ ਆ ਉਹਨੂੰ ਕੰਮ ਦਿਓ ਹੂੰ ਜੇ ਆਪਾਂ ਕਹਿੰਨੇ ਕੋਈ ਗੱਲ ਨਹੀਂ ਭਾਈ ਉਹ ਗਰੀਬੀ ਰੇਖਾ ਤੋਂ ਹੇਠਾਂ ਜੇ ਤਾਂ ਅੰਗਹੀਣ ਕਰਕੇ ਬਜ਼ੁਰਗ ਕਰਕੇ ਜਾਂ ਕਿਸੇ ਹੋਰ ਖਾਸ ਕਾਰਨ ਕਰਕੇ ਉਹ ਗਰੀਬੀ ਰੇਖਾ ਤੋਂ ਹੇਠਾਂ ਸਮਝ ਆਉਂਦੀ ਹੈ ਉਹਨਾਂ ਨੂੰ ਦੁਗਣਾ ਦਿਓ ਪਰ ਜਿਹੜਾ ਇਸ ਕਰਕੇ ਗਰੀਬੀ ਰੇਖਾ ਤੋਂ ਠੇਠਾ ਕਿ ਉਹ ਕੰਮ ਕਰਨ ਯੋਗ ਆ ਤੇ ਕੰਮ ਕਰਨਾ ਚਾਹੁੰਦਾ ਪਰ ਉਹਨੂੰ ਕੰਮ ਮਿਲਦਾ ਨਹੀਂ ਹੂੰ ਉਹਦੇ ਲਈ ਕੰਮ ਪੈਦਾ ਕਰੋ ਜਿਹੜੀ ਉਹਦੀ ਯੋਗਤਾ ਉਹਦੇ ਮੁਤਾਬਕ ਉਹਨੂੰ ਕੰਮ ਦਿਓ ਉਥੇ ਜੇ ਤੁਸੀਂ ਆਟਾ ਦਾਲ ਸਕੀਮ ਨਹੀਂ ਉਹਨਾਂ ਦਾ ਢਿੱਡ ਭਰੀ ਜਾਣੇ ਹੋ ਫਿਰ ਉਹ ਗਲਤ ਹੈ ਹਾਂ ਆਰਜੀ ਤੌਰ ਤੇ ਤਾਂ ਹੋ ਸਕਦਾ ਕਿ ਭਾਈ 2 ਮਹੀਨੇ ਲੱਗਣੇ 4 ਮਹੀਨੇ ਲੱਗਣੇ 6 ਮਹੀਨੇ ਲੱਗਣੇ 6 ਮਹੀਨੇ ਤੂੰ ਭੁੱਖਾ ਥੋੜੀ ਰਹਿ ਸਕਦਾ ਓਨੀ ਦੇਰ ਤੈਨੂੰ ਆ ਸਕੀਮ ਦੇ ਦਾਇਰੇ ਚ ਲਿਆਉਣੇ ਆ ਮੂੜਖੇ ਤੂੰ ਤੈਨੂੰ ਇਧਰ ਟ੍ਰਾਂਸਫਰ ਕਰਨਾ ਇਹ ਟ੍ਰਾਂਜ਼ੀਸ਼ਨ ਪੀਰੀ ਪਰ ਸਾਡੀਆਂ ਸਰਕਾਰਾਂ ਨੂੰ ਹੁੰਦਾ ਕਿ ਭਾਈ ਅ ਜਦੋਂ ਆਟੇ ਦੀ ਥੈਲੀ ਫੜਾਵਾਂਗੇ ਜਦੋਂ ਖੰਡ ਫੜਾਵਾਂਗੇ ਜਦੋਂ ਦਾਲ ਦਾ ਪੈਕਟ ਦਵਾਂਗੇ ਤਾਂ ਅਗਲਾ ਫਿਰ ਵੋਟ ਪਾਉਣ ਲੱਗੇ ਚੇਤਾ ਰੱਖਦੇ ਇੱਕ ਬੇਨਤੀ ਆ ਪਾਉਣੇ ਕਰਦੀਏ ਮਾਨ ਸਾਹਿਬ ਨੇ ਜਿਹੜੀ ਉਹ 2.3 ਮਿੰਟ ਦੀ ਵੀਡੀਓ ਸੀਗੀ ਉਹਦੇ ਵਿੱਚ ਜ਼ਿਕਰ ਕੀਤਾ ਵੀ ਪਹਿਲਾਂ ਵਾਂਗੂ ਕਣਕ ਚ ਰੋਡ ਨਹੀਂ ਹੋਣਗੇ ਦਾਲ ਜ ਰੋਡ ਨਹੀਂ ਹੋਣਗੇ ਬੜਾ ਸਾਫ਼ ਸੁਥਰਾ ਸੋਹਣੀ ਤਰ੍ਹਾਂ ਪੈਕ ਕੀਤਾ ਜਿਹੜਾ ਖਾਣ ਪੀਣ ਦਾ ਸਮਾਨ ਜਾਂ ਕਹੋ ਕੋਈ ਆਟਾ ਦਾਲ ਜੋ ਵੀ ਆਪਾਂ ਪਚਾ ਸਕਦੇ ਆ ਉਹ ਅਗਲੇ ਦੇ ਘਰ ਤੱਕ ਪਹੁੰਚਦਾ ਹੋਊਗਾ ਵੀ ਅਗਲਾ ਬੰਦਾ ਖਾ ਸਕਦਾ ਮੇਰੇ ਦਿਮਾਗ ਇੱਕ ਗੱਲ ਆਈ ਜਿਉ ਨਾ ਹੋਵੇ ਤੇ ਚੰਗੀ ਗੱਲ ਉਹ ਇਹ ਆ ਵੀ ਫੋਟੋ ਕਲਚਰ ਵੀ ਉੱਤੇ ਮਾਨਸਾਹਬ ਦੀ ਫੋਟੋ ਜਾਂ ਕੇ ਜੀਰੀਵਾਲ ਸਾਹਿਬ ਦੀ ਫੋਟੋ ਜਾਂ ਆਮ ਆਦਮੀ ਪਾਰਟੀ ਵੱਲੋਂ ਹੈ ਨਾ ਇਹ ਮੈਂ ਤਾਂ ਬੇਨਤੀ ਕਰਨ ਲੱਗਿਆ ਵੀ ਜਦੋਂ ਕੋਰੋਨੇ ਵਾਲਾ ਦੌਰ ਸੀਗਾ ਉਦੋਂ ਲੋਕ ਤਾਂ ਭਾਲਦੇ ਸੀ ਯਾਰ ਸਾਨੂੰ ਕੁਝ ਮਿਲ ਜੇ ਤੇ ਬਾਅਦ ਚ ਪਤਾ ਇਹ ਲੱਗਿਆ ਵੀ ਯਾਰ ਉਹਨਾਂ ਕੈਪਟਨ ਸਾਹਿਬ ਦੀ ਫੋਟੋ ਵਾਲੀਆਂ ਬੋਰੀਆਂ ਛੱਬਦਿਆਂ ਟਾਈਮ ਲੱਗ ਗਿਆ ਹੈਨਾ ਮਤਲਬ ਜੇ ਤਾਂ ਆਪਾਂ ਇਹ ਕੰਮ ਕਰਨਾ ਜੀ ਤੇ ਫਿਰ ਮੇਰੇ ਖਿਆਲ ਨਾਲ ਆਪਾਂ ਨਾ ਹੀ ਕਰੀਏ ਘਰ ਘਰ ਦੇ ਵੇ ਲੋਕ ਆਖਣ ਵੀ ਨਾ ਕੋਈ ਗੱਲ ਨਹੀਂ ਯਾਰ ਇਹ ਤੂੰ ਸਾਈਕਲ ਤੇ ਲੈ ਆ ਕਰਾਂਗੇ ਤੂੰ ਭਰਾਵਾ ਭੇਜਦਾ ਹੀ ਕਰਦੇ ਇੰਨਾ ਹੀ ਬੜਾ ਪਰ ਜਾਂ ਜੇ ਉਹਨਾਂ ਦੇ ਮਾਲ ਅਜੇ ਤਾਂ ਆਪਾਂ ਨਿੰਦੇ ਨਹੀਂ ਪਰ ਸਿਰਫ ਅਗਾਹ ਕਰਦੇ ਵੀ ਜੇ ਉਧਰ ਨੂੰ ਕੰਮ ਤੁਰ ਪਿਆ ਤੇ ਫਿਰ ਬਾਅਦ ਚ ਨਾ ਆਖੋ ਵੀ ਇੱਥੋਂ ਬਹਿ ਗਿਆ ਕਿ ਵੀ ਇਹੋ ਕੁਛ ਹੀ ਕਰਨਾ ਤੇ ਤੁਸੀਂ ਆਖੋ ਵੀ ਤੁਸੀਂ ਸਾਡੀ ਭੰਡੀ ਕਰਦੇ ਫਿਰ ਆਪਾਂ ਪਹਿਲਾਂ ਦੱਸਿਆ ਨਹੀਂ ਨਹੀਂ ਡਿਵਾਂਸ ਦੱਸ ਦਿੰਨੇ ਆ ਦੇ ਇਹ ਤਾਂ ਇਹਨਾਂ ਨੂੰ ਸਭ ਕੀ ਸਿੱਖ ਲੈਣਾ ਚਾਹੀਦਾ 2017 ਤੋਂ ਪਹਿਲਾਂ ਵੀ ਇੱਕ ਵਾਰੀ ਇੱਕ ਖਾਸ ਕਿਸਮ ਦੇ ਕਾਰਡ ਬਣੇ ਸੀ ਤਾਂ ਉਹਨਾਂ ਕਾਰਡਾਂ ਦੇ ਉੱਤੇ ਇੱਕ ਸੱਜਣ ਦੀ ਇੱਕ ਸ਼ਖਸੀਅਤ ਦੀ ਫੋਟੋ ਸੀ ਪਰ ਇਲੈਕਸ਼ਨ ਨਹੀਂ ਸੀ ਜਿੱਤ ਸਕੀ ਉਹ ਪਾਰਟੀ ਐਤ ਕੀ ਵੀ ਚਾਹੇ ਕੋਬੜ ਸੀ ਕੁਛ ਵੀ ਕਿੰਨੀਆਂ ਫੋਟੋਸ਼ਾਪੀਆਂ ਕੀ ਕੁਛ ਨਹੀਂ ਹੋਇਆ ਪੂਰੇ-ਪੂਰੇ ਸਫੇ ਦੇ ਅਖਬਾਰਾਂ ਦੇ ਇਸ਼ਤਿਹਾਰ ਤੇ ਉਹਦੇ ਵਿੱਚ 100 ਡੱਬੇ ਬਣਾ ਕੇ ਦੱਸਿਆ ਜਾਂਦਾ ਆ ਵੀ ਕੀਤਾ ਆ ਵੀ ਕੀਤਾ ਬੋਰਡ ਕਿੰਨੇ ਲੱਗੇ ਸੀ ਫੋਟੋਆਂ ਹੀ ਸੀ ਪਰ ਪਾਰਟੀ ਤਾਂ ਕੀ ਜਿੱਤ ਨਹੀਂ ਸੀ ਆਪ ਵੀ ਨਾ ਜਿੱਤੇ ਹੂੰ ਇਸ ਕਰਕੇ ਜੇ ਫੋਟੋਆਂ ਨੇ ਜਿਤਾਉਣਾ ਹੁੰਦਾ ਨਾ ਫਿਰ ਤੁਸੀਂ ਨਹੀਂ ਜਿਤਣਾ ਹਾਂ ਮਤਲਬ ਇਹ ਜ਼ਰੂਰ ਯਾਦ ਰੱਖਿਆ ਜਾਵੇ ਵੀ ਪੰਜਾਬ ਨੇ ਉਹ ਦਿਨ ਵੀ ਦੇਖਿਆ ਵੀ ਐਂਬੂਲੈਂਸ ਤਾਂ ਇਸ ਕਰਕੇ ਆਈ ਸੀ ਵੀ ਲੋਕਾਂ ਦੀ ਜਾਨ ਬਚੇ ਤੇ ਰੋਕ ਇਸ ਕਰਕੇ ਦਿੱਤੀਆਂ ਵੀ ਇੱਥੇ ਕਿਹਦੀ ਫੋਟੋ ਲਾਉਣੀ ਕਿਹਦੀ ਨਹੀਂ ਲਾਉਣੀ ਸਾਈਕਲ ਤਾਂ ਜਵਾਕੜੀ ਨੂੰ ਤਾਂ ਦੇਣੇ ਸੀ ਵੀ ਹਾਂ ਵੀ ਯਾਰ ਚਲੋ ਕੋਈ ਗੱਲ ਨਹੀਂ ਸਕੂਲੇ ਜਾ ਸਕਣ ਤੇ ਰੌਲਾ ਇਸ ਚੀਜ਼ ਦਾ ਪੈ ਗਿਆ ਵੀ ਕਿਹਦੀ ਫੋਟੋ ਲਾਉਣੀ ਕਿਹਦੀ ਨਹੀਂ ਲਾਉਣੀ ਹੁਣ ਇਹ ਸਾਰਾ ਕੁਝ ਨਾ ਹੋਵੇ ਫੋਟੋ ਕਲਚਰ ਤੋਂ ਵੱਜ ਜਾਣਾ ਆ ਬੰਦ ਇਹ ਬਚਣਾ ਚਾਹੀਦਾ ਬਾਕੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੇ ਹੁਣ ਫੈਸਲਾ ਕਰ ਹੁਣ ਉਹ ਕਹਿੰਦੇ ਕਿ ਅਸੀਂ ਡੋਰ ਸਟੈਪ ਡਿਲੀਵਰੀ ਕਰ ਦੇਣੀ ਹੈ ਕਿ ਤੁਹਾਡੇ ਦਰਵਾਜ਼ੇ ਦੇ ਉੱਤੇ ਆ ਕੇ ਘੰਟੀ ਮਾਰ ਕੇ ਤੁਹਾਨੂੰ ਫੜਾਇਆ ਜਾਊਗਾ ਟੈਲੀਫੋਨ ਕਰਕੇ ਤੁਹਾਨੂੰ ਪਹਿਲਾਂ ਪੁੱਛਣਗੇ ਕਿ ਬੀਬੀ ਜੀ ਇੰਨੇ ਕ ਵਜੇ ਘਰ ਆਈਓ ਕਿੰਨੇ ਕ ਵਜੇ ਲੈ ਕੇ ਆਈਏ ਤੁਹਾਡਾ ਰਾਸ਼ਨ ਸਰਕਾਰ ਨੇ ਭੇਜਤਾ ਹੁਣ ਸੰਧਾਲੀਆਂ ਸਭ ਤਾਰਾਂ ਥੋੜੀਆਂ ਜੀਆਂ ਦਿੱਲੀ ਨਾਲ ਜੁੜਦੀਆਂ ਕਿਉਂਕਿ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਤਾਂ ਦਿੱਲੀ 'ਚ ਹੀ ਬਣੀ ਸੀ ਤੁਹਾਨੂੰ ਚੇਤਾ ਹੋਣਾ ਕਿ ਉੱਥੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਯੋਜਨਾ ਸ਼ੁਰੂ ਕਰਨੀ ਸੀ ਚਲੋ ਉਹ ਪਸੂਬਾ ਹੈ ਉੱਥੇ ਬਹੁਤ ਸਾਰੀਆਂ ਚੀਜ਼ਾਂ ਦੀ ਪਰਮਿਸ਼ਨ ਦੇਣੀ ਲੈਣੀ ਪੈਂਦੀ ਹੈ ਉਦੋਂ ਵੀ ਫੋਟੋਆਂ ਦਾ ਨਾਵਾਂ ਦਾ ਕੋਈ ਚੱਕਰ ਸੀ ਕਿ ਯੋਜਨਾ ਦਾ ਨਾਂ ਕੀ ਰੱਖਣਾ ਹੈ ਰੋਕ ਲੱਗ ਗਈ ਹੁਣ ਤੁਰੰਤ ਪੰਜਾਬ ਦੇ ਵਿੱਚ ਅਗਲੇ ਲਾਗੂ ਕਰਕੇ ਜੇ ਉਹ ਸਾਫ਼ ਸੁਥਰੀ ਕਣਕ ਸਾਫ਼ ਸੁਥਰੀ ਦਾਲ ਪਚਾਉਂਦੇ ਆ ਤੇ ਲੋਕਾਂ ਨੂੰ ਪੂਰੀ ਪਚਾਉਂਦੇ ਆ ਤੇ ਲੋਕਾਂ ਨੂੰ ਬਿਨਾਂ ਹਸਲਾਬ ਤੋਂ ਪਚਾਉਂਦੇ ਆ ਤੇ ਲੋਕਾਂ ਦੇ ਸਮੇਂ ਮੁਤਾਬਕ ਪਚਾਉਂਦੇ ਆ ਲੋਕਾਂ ਦੀ ਦਿਹਾੜੀ ਵੀ ਨਹੀਂ ਟੁੱਟੂ ਕਿਉਂਕਿ ਇਹ ਤਾਂ ਪੱਕੀ ਸੀ ਜੇ ਅਨਾਉਂਸਮੈਂਟ ਸਵੇਰੇ 7 ਵਜੇ ਹੋ ਗਈ ਜੀ ਅੱਜ 11 ਵਜੇ ਲੈ ਜਾਓ ਹੂੰ ਫਿਰ ਬੰਦਾ ਆਪਣੀ ਦਿਹਾੜੀ ਛੱਡੂਗਾ ਬੰਦਾ ਕੋ ਕੰਮ ਕਰ ਛੱਡੂਗਾ ਤੇ ਜੇ ਅਗਲੇ ਕਹਿੰਦੇ ਜੇ ਅਸੀਂ 6 ਵਜੇ ਕੰਮ ਤੋਂ ਆਨੇ ਸਾਢੇ 6 ਵਜੇ ਭਾਜੀ ਫੜਾ ਜਿਓ ਜੇ ਉਹ ਸਾਢੇ 6 ਵਜੇ ਫੜਾ ਕੇ ਜਾਂਦੇ ਕੁਆਲਟੀ ਵਾਲੀ ਪੂਰੀ ਤੋਲ ਦੀ ਸਹੂਲਤ ਲੋਕਾਂ ਨੂੰ ਹੋਊਗੀ ਹੋਊਗੀ ਨਾਲ ਹੋ ਸਕਦਾ ਕਿ ਬਹੁਤ ਸਾਰੇ ਸੂਬੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਹੁਣੇ ਵੋਟਾਂ ਪੈ ਕੇ ਹਟੀਆਂ ਸੰਧਾਲੀਆ ਸਾਹਿਬ ਭਾਰਤ ਦੇ ਵਿੱਚ ਸਭ ਤੋਂ ਵੱਧ ਜੇ ਇਦਾਂ ਦੀ ਅਨਾਜ ਯੋਜਨਾ ਦੇ ਲਾਭਪਾਤਰੀਆ ਤੋਂ ਉੱਤਰ ਪ੍ਰਦੇਸ਼ ਚ ਹੈ ਵੋਟਾਂ ਹਿਮਾਚਲ ਚ ਰਾਜਸਥਾਨ ਚ ਗੁਜਰਾਤ ਦੇ ਵਿੱਚ ਛੱਤੀਸਗੜ ਦੇ ਵਿੱਚ ਐਨ ਸਿਰਤੇ ਖਲੋਤੀਆਂ ਤੇ ਪਾਰਟੀ ਆਮਦਵੀ ਪਾਰਟੀ ਕੋਸ਼ਿਸ਼ ਵੀ ਕਰ ਰਹੀ ਹੈ ਫਿਰ ਪੰਜਾਬ ਦੇ ਵਿੱਚ ਡੋਸਟੈਪ ਡਿਲੀਵਰੀ ਕਰਕੇ ਉੱਥੇ ਦੱਸਣਾ ਵੀ ਹੈ ਜਿੱਦਾਂ ਜੇ ਪੰਜਾਬ 'ਚ ਦੱਸਿਆ ਸੀ ਦਿੱਲੀ ਚਾਹ ਕਰਦੇ ਆ ਪੰਜਾਬ 'ਚ ਕੀ ਕਰਦੇ ਦੱਸਣਾ ਤਾਂ ਪਊਗਾ ਨਾ ਜੀ ਬਿਲਕੁਲ ਕਰਨਾ ਪਊਗਾ ਇੱਕ ਆਪਾਂ ਬੇਨਤੀ ਹੋਰ ਮੈਨੂੰ ਸਮਝ ਨਹੀਂ ਆਈ ਵੀ ਉਹ ਇਸ ਤਰ੍ਹਾਂ ਕਿਉਂ ਕੀਤਾ ਗਿਆ ਪਹਿਲਾਂ 6-6 ਮਹੀਨੇ ਦਾ ਰਾਸ਼ਨ ਸੀਗਾ ਫਿਰ ਕਹਿੰਦੇ ਨਹੀਂ ਤਿੰਨ-ਤਿੰਨ ਮਹੀਨੇ ਬਾਅਦ ਆਪਾਂ ਦੇ ਦਿਓ ਵੀ ਸਾਲ ਦੇ ਵਿੱਚ ਚਾਰ-ਕੁਪਰਾ ਵੰਡ ਦਿਓ ਮੈਂ ਕੁਦਰਤੀ ਸੋਚਦਾ ਹੈ ਵੀ ਪੰਜਾਬ ਦੇ ਵਿੱਚ ਕਿਹੜੀ ਤਿੰਨ-ਮੀਨੀ ਕਣਕ ਹੁੰਦੀ ਹੈ ਹੈਨਾਂ ਵੀ ਮੰਨ ਲਓ ਜਨਵਰੀ ਚ ਦਿੱਤੀ ਓਕੇ ਕਹਿੰਦੇ ਹੋਣ ਵਾਲੀ ਨਹੀਂ ਤਾਜ਼ੀ ਕਣਕ ਦੇਵਾਂਗੇ ਆਪਾਂ April ਵਾਲੀ ਚਲੋ April ਚ ਤਾਂ ਆ ਗਈ ਉਦੋਂ ਬਾਅਦ ਫਿਰ 3 ਮਹੀਨੇ ਬਾਅਦ ਜਿਹੜੀ ਕਣਕ ਆਉਣੀ ਉਹ ਤਾਜ਼ੀ ਕਿੱਥੋਂ ਆਉਂਦੀ ਹੈ ਇਹ ਇਹਦੇ ਤੇ ਜ਼ਰੂਰ ਡਿਸਕਸ ਕਰ ਲਿਆ ਜਾਵੇ ਵੀ ਯਾਰ ਜਿੰਨੀ ਵਾਰ ਵੀ ਤੁਸੀਂ ਵੰਡਣ ਜਾਓਗੇ ਤੁਹਾਡੇ ਉੱਤੇ ਰਿਸੋਰਸਸ ਤਾਂ ਲੱਗਣੀਆਂ ਤੇ ਜੇ ਕਣਕ ਇੱਕ ਵਾਰ ਆ ਪੈਦਾ ਹੁੰਦੀ ਆ ਤੇ ਪੰਜਾਬ ਦੀ ਕਣਕ ਹੈ ਪੰਜਾਬ ਚ ਤੁਸੀਂ ਵੰਡਣੀ ਆ ਜ਼ਰੂਰ ਜਿਹੜਾ ਵੀ ਡਿਪਾਰਟਮੈਂਟ ਵਿਭਾਗ ਹੈ ਉੱਤੇ ਬਹਿ ਕੇ ਵਿਚਾਰ ਕਰ ਲਵੇ ਵੀ ਯਾਰ ਇੱਕ ਤਾਂ ਜਦੋਂ ਆਪਾਂ ਚੱਕਣ ਚਕਾਉਣ ਵਾਲਾ ਕੰਮ ਕਰਦੇ ਆ ਉਦੋਂ ਤੋਂ ਮੰਡੀਆਂ ਇਹ ਜੀ ਚਕਾਈ ਨਹੀਂ ਹੋ ਰਹੀ ਜੀ ਸਾ ਉਦੋਂ ਹੀ ਹਿਸਾਬ ਲਾ ਰਿਆ ਜਾ ਵੀ ਆਹ ਕਣਕ ਐ ਇਸ ਜ਼ਿਲ੍ਹੇ ਚ ਆਪ ਨੂੰ ਇੰਨੀ ਚਾਹੀਦੀ ਐ ਪਹਿਲਾਂ ਉਹਨੂੰ ਉੱਥੋਂ ਚੋੱਕ ਕੇ ਪਤਾ ਨਹੀਂ ਕਿੱਥੇ ਟਰਾਂਸਪੋਰਟ ਕਰਦੇ ਹਾਂ ਉਦੋਂ ਬਾਅਦ ਫਿਰ ਉਹਨੂੰ ਸੰਭਾਲਦੇ ਹਾਂ ਫਿਰ ਉੱਤੋਂ ਸੁਸਰੀ ਤੋਂ ਬਚਾ ਕੇ ਤੇ ਫਿਰ ਬੋਰੀਆਂ ਚ ਪੈਕ ਕਰ ਕਰਕੇ ਤੇ ਆਪਾਂ ਘਰੂ ਘਰੀ ਵੰਡਣ ਜਾਣਾ ਕੀ ਇਹ ਸਾਰੀ ਐਕਸਰਸਾਈਜ਼ ਨੂੰ ਇੱਕ ਵਾਰਾਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਹਰੇਕ ਘਰ ਦੇ ਵਿੱਚ ਇਹ ਪਤਾ ਵੀ ਜਦੋਂ ਨਵੀਂ ਕਣਕ ਆਉਣੀ ਆ ਉਦੋਂ ਡਰਮ ਖਾਲੀ ਕਰਨੇ ਆ ਸੁਕਾਉਣੇ ਆ ਧੁੱਪ ਲਵਾਉਣੀ ਆ ਫਿਰ ਦਵਾਈ ਦੂਈ ਰੱਖ ਕੇ ਤੇ ਕਣਕ ਪਾ ਲੈਣੀ ਆ ਤੇ ਫਿਰ ਜਦਨਾ ਕਣਕ-ਕਣਕ ਪੈ ਕੇ ਤੇ ਆਖਰੀ ਬਹੌਕਰ ਜੀ ਮਾਰ ਕੇ ਤੇ ਉਹ ਦਾਣੇ ਬਾਹਰ ਕਾਵਾਂ ਨੂੰ ਖਿਲਾਰ ਦਿੱਤੇ ਜਾਂਦੇ ਨਾ ਫਿਰ ਬੰਦਾ ਸੁਰਖਰ ਹੁੰਦਾ ਵੀ ਲੈ ਵੀ ਹੁਣ ਸਾਲ ਦੀ ਕਣਕ ਆ ਗਈ ਹੁਣ ਘਟਾ ਬਹਿ ਗਿਆਈ ਘਟਾ ਬੈ ਮਤਲਬ ਉਹ ਵਾਲੀ ਸਾਲ ਦੀ ਕਣਕਲਾ ਕੰਮ ਜੇ ਇੱਕੇ ਰਨ ਵੇਚ ਲਿਆ ਜਾਵੇ ਤੇ ਇਹਨਾਂ ਦੇ ਵੀ ਰਿਸੋਰਸਸ ਬੱਜ ਜਾਣਗੇ ਉਹੀ ਬੰਦਿਆਂ ਨੂੰ ਸਾਲ ਕੇ ਦੀ ਹੋਰ ਕੰਮ ਲਾ ਲੂ ਕੁੱਲ ਮਿਲਾ ਕੇ ਸੰਧਾਲਿਆ ਸਾਹਿਬ ਭਗਵੰਤ ਮਾਨ ਸਾਹਿਬ ਨੇ ਜਿਹੜਾ ਐਲਾਨ ਕੀਤਾ ਕਿ ਭਾਈ ਦਿਹਾੜੀ ਨਹੀਂ ਟੁੱਟੂਗੀ ਸਾਫ ਸੁਥਰੀ ਚੀਜ਼ ਮਿਲੂਗੀ ਜੇ ਤਾਂ ਫੋਟੋਆਂ ਤੋਂ ਬਚ ਕੇ ਰਹਿਣਗੇ ਹੂੰ ਸਕੀਮ ਲੋਡ ਬੰਦਾਂ ਦੇ ਲਈ ਇਦਾਂ ਦਾ ਕੋਈ ਸਿਸਟਮ ਬਣਾ ਦੇਣ ਕਿ ਜਿਹੜਾ ਬੰਦਾ ਚਾਰ ਪੈਸੇ ਕਮਾਉਣ ਲੱਗ ਪਿਆ ਉਹ ਸਕੀਮ ਚੋਂ ਬਾਹਰ ਆ ਜਾਏ ਹੋ ਸਕਦਾ ਹੈ ਕਿ ਸਾਲ ਦੀ ਕਣਕ ਤੁਸੀਂ ਇਕੱਠੀ ਦੁਆਤੀ ਆ ਕੋਈ ਬੰਦਾ ਮੁੜ ਕੇ ਹੋ ਸਕਦਾ ਆ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਏ ਉਹਨੂੰ ਕੱਲ ਨੂੰ ਲੋਡ ਪੈ ਜਾਏ ਇਦਾਂ ਦਾ ਸਿਸਟਮ ਹੋਵੇ ਕਿ ਉਹਦੇ ਵਿੱਚ ਆਈ ਚਲਾਈ ਚਲਦੀ ਰਹੇ ਕੋਈ ਬੰਦਾ ਬਾਹਰ ਨੇ ਇਹ ਨਾ ਹੋਵੇ ਕਿ ਹੁਣ ਇਦਾਂ ਕਰੋ ਜੀ ਫਾਰਮ ਭੇਜ ਦਿੱਤੇ ਆ ਯਾਨੀ ਬੰਦੇ ਨੂੰ ਭੁੱਖ ਉਹਦੋਂ ਨਹੀਂ ਲੱਗਦੀ ਜਦੋਂ ਸਿਆਸਤਦਾਨਾਂ ਨੂੰ ਚੇਤਾ ਆਉਂਦਾ ਕਿ ਵੋਟਾਂ ਆ ਗਈਆਂ ਤੁਹਾਨੂੰ ਫਾਰਮ ਭਰ ਲਈਏ ਬੰਦੇ ਨੂੰ ਭੁੱਖ ਰੋਜ਼ ਲੱਗਣੀ ਐ ਉਹ ਗਰੀਬੀ ਹੋ ਸਕਦਾ ਅਮੀਰ ਵੀ ਹੋ ਸਕਦਾ ਕਿਸੇ ਦਾ ਕਾਰੋਬਾਰੀ ਠੱਪ ਹੋ ਸਕਦਾ ਕਿਸ ਨੇ ਦੁਕਾਨ ਪਾਈ ਐ ਕਿਸੇ ਨੇ ਕੁਸ਼ ਕੀਤਾ ਕੋਈ ਘਟਨਾ ਵਾਪਰ ਗਈ ਕਿਸੇ ਦਾ ਐਕਸੀਡੈਂਟ ਹੋ ਗਿਆ ਉਹਦੀ ਇਨਕਮ ਬੰਦ ਹੋ ਗਈ ਆਪਣੇ ਕੋਲ ਇਦਾਂ ਦਾ ਸਿਸਟਮ ਤਾਂ ਐ ਨਹੀਂ ਕਿ ਬੰਦਾ ਹਸਪਤਾਲ ਚ ਗਿਆ ਉਹਨੇ ਦੇਖਿਆ ਜੀ ਇਹ ਬੰਦਾ ਤੁਹਾਨੂੰ 10 ਮਹੀਨੇ ਕੰਮ ਨਹੀਂ ਕਰ ਸਕਦਾ ਤੇ ਉਸੇ ਵੇਲੇ ਸਰਕਾਰ ਨੇ ਪੈਸੇ ਲਾ ਦੇਣੇ ਇਦਾਂ ਤਾਂ ਕੁਝ ਵੀ ਨਹੀਂਗਾ ਸੋ ਕੋਈ ਨਾ ਕੋਈ ਇਹ ਸਿਸਟਮ ਜਿਹੜਾ ਚਲਾਉਣਾ ਪਊਗਾ ਫੋਟੋ ਕਲਚਰ ਤੋਂ ਬਚ ਕੇ ਰਹਿਣਾ ਤਾਂ ਚੰਗਾ ਇੱਕ ਹੁਣੇ ਹੀ ਹਾਈਪੋਥੈਟিক্যাল ਦੀ ਗੱਲ ਦਿਮਾਗ ਚ ਆਈ ਉਹ ਕੀ ਹੁੰਦੀ ਐ ਮਤਲਬ ਵੈਸੇ ਵੀ ਇਦਾਂ ਹੈ ਤੇ ਨਹੀਂ ਆ ਨਾ ਇਦਾਂ ਹੋ ਹੀ ਸਕਦਾ ਕਲਪਨਾ ਕਲਪਨਾ ਜੀ ਐਵੇਂ ਹੈ ਨਾ ਉਹ ਐ ਆ ਵੀ ਜੇ ਸਾਲ ਦੀ ਕਣਕ ਆ ਗਈ ਜਾਂ ਦਾਲ ਵੀ ਤੁਸੀਂ ਦੇਤੀ ਅਗਲੇ ਨੂੰ ਕੁਝ ਟਾਈਮ ਦਾ ਤੇ ਹੋ ਗਿਆ ਨਾ ਵੀ ਸ਼ੁਕਰ ਹੋ ਗਿਆ ਵੀ ਚਲ ਯਾਰ ਹੁਣ 2-3 ਮਹੀਨੇ ਦੇ ਨਿਆਣੇ ਮੈਨੂੰ ਤੰਗ ਨਹੀਂ ਕਰਨਗੇ ਉਹ 2-3 ਮਹੀਨਾ ਵਾਲਾ ਕੋਈ ਟ੍ਰੇਨਿੰਗ ਲਵਾ ਦਿਓ ਸਰਕਾਰ ਵਾਲੇ ਪਾਸੋਂ ਵੀ ਜਿਹੜਾ ਬੰਦਾ ਜੋਬ ਬਣਨਾ ਚਾਹੁੰਦਾ ਵੀ ਯਾਰ ਮੈਂ ਕੋਈ ਕਾਰਪੈਂਟਰੀ ਸਿੱਖਣੀ ਆ ਮੈਂ ਕੋਈ ਲੋਹੇ ਦਾ ਕੰਮ ਸਿੱਖਣਾ ਮੈਂ ਜਾੜ ਬਣਨਾ ਸਿੱਖਣਾ ਮੈਂ ਰਾਜਮਿਸਤਰੀ ਬਣਨਾ ਕੋਈ ਵੀ ਇਹੋ ਜਿਹਾ ਕੰਮ ਜਾਂ ਮੰਨ ਲਓ ਉਹਨਾਂ ਨੂੰ ਲੱਗਦਾ ਵੀ ਕੁਝ ਖੇਤੀ ਨਾਲ ਰਿਲੇਟਡ ਹੀ ਐਸਾ ਕਰਨ ਵਾਲਾ ਵੀ ਜਿਹਦੇ ਵਿੱਚ ਬਹੁਤ ਕਰਕੇ ਇਦਾਂ ਹੁੰਦਾ ਵੀ ਕਈ ਵਾਰ ਉਹ ਬੰਦੇ ਨਹੀਂ ਲੱਭਦਾ ਯਾਰ ਸਕਿਲਡ ਵੀ ਜਿਹਨੂੰ ਉਹ ਕੰਮ ਆਉਂਦਾ ਹੋਵੇ ਉਹ ਕੰਮ ਸਰਕਾਰ ਵਾਲੇ ਪਾਸੋਂ ਸਿਖਾ ਲਿਆ ਜਾਵੇ ਵੀ ਬੰਦੇ ਨੂੰ ਰੋਟੀ ਪਾਣੀ ਦਾ ਪ੍ਰਬੰਧ ਉਹਦਾ ਹੈਗਾ ਉਹਨੂੰ ਇਹ ਨਹੀਂ ਫਿਕਰ ਵੀ ਯਾਰ ਮੈਂ ਦਿਹਾੜੀ ਦੇ ਨਾਂ ਆ ਗਿਆ ਤੇ ਨਿਆਣੇ ਕਿਦਾਂ ਪਾਲਨੇ ਆ ਉਹਨੇ ਟਾਈਮ 'ਚ ਉਹਨੂੰ ਕੁਝ ਨਾ ਕੁਝ ਸਿਖਾ ਲਿਆ ਜਾਵੇ ਉਹ ਜਿਹੜਾ ਗੱਲ ਤੁਸੀਂ ਕਹਿੰਦੇ ਹੋ ਵੀ ਯਾਰ ਉਹਨੂੰ ਉਹ ਦਿਖਾ ਲਈ ਜੇ ਉਸ ਪਾਸੋਂ ਕੱਢਿਆ ਜਾ ਸਕਦਾ ਨਹੀਂ ਜ਼ਰੂਰੀ ਐ ਸੰਧ ਵਾਲੀ ਆ ਸਭ ਵੈਸੇ ਮੈਂ ਦੱਸ ਦਿਆਂ ਕਿ ਕੇਂਦਰ ਜਿੱਥੇ ਬੱਚੇ ਇੱਥੇ ਕੰਮ ਸਿੱਖ ਸਕਦੇ ਆ ਕਈ ਐਸੀਆਂ ਮੈਂ ਦੇਖਿਆ ਮੇਰੇ ਖਿਆਲ ਨਾਲ ਨਹਿਰੂ ਯੁਵਾ ਕੇਂਦਰ ਵਾਲੇ ਵੀ ਕਰਦੇ ਹੁੰਦੇ ਆ ਇਦਾਂ ਦੇ ਕੈਂਪ ਲਾਉਂਦੇ ਹੁੰਦੇ ਆ ਕਿ ਭਾਈ ਆ ਮਹੀਨੇ ਦਾ ਕੋਰਸ ਆ ਕਰਾ ਦਿੰਨੇ ਆ ਮਹੀਨੇ ਦਾ ਮੋਬਾਈਲ ਰਿਪੇਅਰ ਦਾ ਜਿਹੜੇ ਕੰਮ ਪੰਜਾਬ ਚ ਵੱਧ ਚੱਲਦੇ ਆ ਸਕੀਮਾਂ ਦਾ ਲੋਕਾਂ ਨੂੰ ਨਹੀਂ ਪਤਾ ਤੇ ਕਈ ਵਾਰੀ ਲੋਕਾਂ ਤੱਕ ਸਕੀਮਾਂ ਅਫਸਰ ਦੇ ਉੱਤੇ ਬਹੁਤ ਨਿਰਭਰ ਕਰਦਾ ਹੁੰਦਾ ਕਿ ਉਹਨੇ ਕਾਗਜ਼ੀ ਪੱਤਰੀ ਢਿੱਡ ਭਰਨਾ ਹੈ ਕਿ ਸਹੀ ਅਰਥਾਂ ਚ ਕਰਨਾ ਹੈ ਜੇ ਉਹਨਾਂ ਦੇ ਕੋਲ ਹੀ ਮਸ਼ੀਨਰੀ ਪੁਰਾਣੀ ਐ ਮਸ਼ੀਨਰੀ ਲੈ ਕੇ দাও ਕਿ ਭਾਈ ਤੁਸੀਂ ਪਿੰਡਾਂ ਦੇ ਵਿੱਚ ਜਾਣਾ 3 ਮਹੀਨੇ ਅਸੈਂਟ ਚ ਪੜਾ 3 ਬਕਾਇਦਾ ਲੋਕਾਂ ਨੂੰ ਜਿੱਦਾਂ ਸਿਆਸੀ ਪਾਰਟੀਆਂ ਵੋਟਾਂ ਤੋਂ ਪਹਿਲਾਂ ਈਮੇਲ ਕਰਦੀਆਂ ਵਟਸਐਪ ਕਰਦੀਆਂ ਫੇਸਬੁਕ ਤੇ ਪਾਉਂਦੀਆਂ ਠੋਕ ਵਜਾ ਕੇ ਮਹੀਨਾ ਪਹਿਲਾਂ ਪਾਉਣਾ ਸ਼ੁਰੂ ਕਰੋ ਆਪੇ ਹੀ ਅਗਲੇ ਬੰਦੇ ਤੁਹਾਡੇ ਕੋਲੇ ਹੈਗਾ ਜੀ ਆਟਾ ਦਾਲ ਤੁਸੀਂ ਲੈਣੇ ਹੋ ਜਾਂ ਆ ਸਕੀਮ ਤੁਸੀਂ ਲੈਣੇ ਹੋ ਅਗਲੇ ਆ ਘਰੇ ਸਨੇਹਾ ਜਾ ਸਕਦਾ ਸਨੇਹਾ ਜਾ ਸਕਦਾ ਆਪਣੇ ਆਪ ਕੰਮ ਆਧਾਰ ਕਾਰਡ ਜਦੋਂ ਦੇ ਲਿੰਕ ਹੋਏ ਨਾਲ ਸਾਰਾ ਕੁਝ ਹੀ ਹੈਗਾ ਇਸ ਕਰਕੇ ਉਹ ਜਿਹੜੀਆਂ ਸਕੀਮਾਂ ਆਲਰੇਡੀ ਬਣੀਆਂ ਉਹਦੇ ਵਿੱਚ ਜੇ ਕੋਈ ਸੋਧ ਸੁਧਾਰ ਕਮਜ਼ੋਰੀ ਦੂਰ ਕਰਨ ਦੀ ਲੋੜ ਹੈ ਉਹ ਵੀ ਕਰ ਲਓ ਜੇ ਕਿਤੇ ਆ ਕੰਮ ਹੋ ਜਾਏ ਮੈਂ ਕਹਿੰਨਾ ਕਿ ਇੱਕ ਘਰ ਬਣਦਾ ਨਾ ਬਿਜਲੀ ਦਾ ਕੰਮ ਪੱਥਰ ਰਗੜਨ ਦਾ ਕੰਮ ਪੱਥਰ ਲਾਉਣ ਦਾ ਕੰਮ ਆ ਜਿਹੜਾ ਸੈਨੀਟਰੀ ਵਾਲਾ ਕੰਮ 100 ਕੰਮ ਨੇ ਜਿਹੜੇ ਕਿ ਉਹਨੂੰ ਹੀ ਜੇ ਸਨਮੁਖ ਰੱਖ ਕੇ ਕਿਦਾਂ ਦਾ ਪ੍ਰੋਜੈਕਟ ਤਿਆਰ ਕਰ ਲਈ ਤਾਂ ਆਪਣੇ ਨਿਆਂ ਤਿਆਰ ਹੋ ਸਕਦੇ ਆ ਆ ਮਤਲਬ ਇਹਨਾਂ ਇਹ ਆ ਵੀ ਉਹਨਾਂ ਨੂੰ ਬੰਦਿਆਂ ਨੂੰ ਕੰਮ ਮਿਲ ਜੂਗਾ ਤੇ ਪੰਜਾਬ ਨੂੰ ਵੀ ਲੱਗੂਗਾ ਵੀ ਯਾਰ ਹਾਂ ਉਹ ਜਿਹੜੇ ਬੰਦਾ ਆਪਣੇ ਵਾਲ ਦੇਖਦਾ ਵੀ ਇਹਨੂੰ ਅਸੀਂ ਆਟਾ ਵੀ ਦੇਣਾ ਦਾਲ ਵੀ ਦੇਣੀ ਆ ਹੋ ਸਕਦਾ ਵੀ 4 ਸਾਲ ਬਾਅਦ ਮਾਨ ਸਾਹਿਬ ਇਸ ਚੀਜ਼ ਦਾ ਕੋਈ ਐਲਾਨ ਕਰਨ ਵੀ ਮਹਾਰਾਜ ਮੈਂ ਆਪਣੇ 4 ਸਾਲਾਂ ਦੇ ਵਿੱਚ ਇੰਨੇ ਬੰਦੇ ਐਸ ਕੰਮ ਜੋ ਬਾਹਰ ਲੈਂਦੇ ਆ ਹੁਣ ਮੈਂ ਇਹਨਾਂ ਨੂੰ ਆਟਾ ਦਾਲ ਨਹੀਂ ਦਿੰਦਾ ਇਹ ਆਪਣਾ ਖਰਚਾ ਆਪ ਚੁੱਕਦੇ ਤੇ ਨਿਆਣਿਆਂ ਨਾਲ ਦੇ ਫ੍ਰੀ ਪੜਦੇ ਇੱਕ ਹੋਰ ਸੰਧਾਲੀਆ ਸਾਹਿਬ ਜਿਹੜੇ ਬੱਚੇ 10ਵੀਂ ਦੇ ਪੇਪਰ ਦਿੱਤੇ 12ਵੀਂ ਦੇ ਪੇਪਰ ਦਿੱਤੇ ਤਿੰਨ ਮਹੀਨੇ ਵਿਲੇ ਨੇ ਵਿਦੇਸ਼ ਜਾਣਾ ਹੈ ਪਾਸਪੋਰਟ ਬਣਨਾ ਦਿੱਤਾ ਆਲਸ ਕਰ ਲਿਆ ਮੈਂ ਨਹੀਂ ਕਹਿਣਾ ਕਿ ਭਾਈ ਤੁਸੀਂ ਵੱਡੀਆਂ ਕੁਰਸੀਆਂ ਤੇ ਨਾ ਬੈਠੋ ਪਰ ਜੇ ਤੁਸੀਂ ਵੀ ਤਿੰਨ ਮਹੀਨੇ ਲਾ ਲਓ ਇੱਥੇ ਬਾਕੀਆਂ ਨੂੰ ਘੰਟੇ ਦੇ 15 ਮਿਲਣੇ ਆ ਤੁਹਾਨੂੰ 25 ਮਿਲਣੇ ਆ ਆਓ ਮਿਹਨਤ ਕਰ ਲਓ ਅਜਾ ਇੱਕ ਗੱਲ ਆ ਇਹ ਜੋ ਵੀ ਵੈਸੇ ਭਗਵੰਤ ਮਾਰ ਹੋਣਾ ਕੀਤਾ ਹੂੰ ਹੂੰ ਇਹ ਕੋਈ ਦਾ ਸੱਪ ਨਹੀਂ ਕੱਢਦਾ ਅੱਛਾ ਇਹ ਮੈਂ ਨਹੀਂ ਕਹਿੰਦਾ ਇਹ ਗਰੇਵਾਲ ਸਾਹਿਬ ਕਹਿੰਦੇ ਹਰ ਜਿਸੋਂ ਗਰੇਵਾਲ ਹੁੰਦੀ ਇੱਕ ਦੋ ਲੀਡਰ ਹੋਰ ਵੀ ਨੇ ਬੀਜੇਪੀ ਦੀ ਉਹ ਵੀ ਬੋਲੇ ਉਹ ਕਹਿੰਦੇ ਵੀ ਯਾਰ ਇਹ ਕਿੱਡੀ ਗੱਲਾਂ ਦੀ ਗੱਲ ਸੀਗੀ ਮੋਦੀ ਸਾਹਿਬ ਦੀ ਸਕੀਮ ਹੈ ਕੇਂਦਰ ਸਰਕਾਰ ਦਿੰਦੀ ਹੈ ਇਹ ਸਾਰਾ ਕੁਝ ਤੇ ਇਹ ਤੇ ਪੰਜਾਬ ਸਰਕਾਰ ਕੀ ਇਹ ਮਤਲਬ ਇਹ ਤਾਂ ਹਰੇਕ ਸਟੇਟ ਗਵਰਨਮੈਂਟ ਦਾ ਫਰਜ਼ ਬਣਦਾ ਵੀ ਕੇਂਦਰ ਸਰਕਾਰ ਨੇ ਦਿੱਤੀ ਹੈ ਚੀਜ਼ ਇਹ ਤੁਸੀਂ ਲੋਕਾਂ ਤੱਕ ਪਹੁੰਚਾਉਣੀ ਹੈ ਇਹ ਭਾਵੇਂ ਰੋਜ਼ ਪਹੁੰਚਾਉਣ ਭਾਵੇਂ ਕਰੋ ਘਰੀ ਵੰਡਾਉਣ ਭਾਵੇਂ ਸਾਈਕਲ ਤੇ ਲੈ ਜਾਣ ਭਾਵੇਂ ਸਕੂਟਰ ਤੇ ਲੈ ਜਾਣ ਭਾਵੇਂ ਉੱਥੇ ਅਨਾਊਂਸਮੈਂਟ ਕਰਕੇ ਮਗਾ ਲਿਆ ਕਰ ਲੋਕ ਨੂੰ ਇਹਦੇ ਨਾਲ ਕੀ ਫ ਇਹ ਕਹਿੰਦੇ ਮਾਮੂਲੀ ਗੱਲਾਂ ਦੇ ਉੱਪਰ ਨੰਬਰ ਬਣਾਇਆ ਜਾਂਦਾ ਏਦਾਂ ਦੀ ਗੱਲ ਕੋਈ ਹੈ ਨਹੀਂ ਇਹ ਸਾਰਾ ਕੁਝ ਜਿਹੜਾ ਉਹ ਮੋਦੀ ਸਾਹਿਬ ਨੇ ਕੀਤਾ ਉਹਨਾਂ ਦੀ ਸਕੀਮ ਹੈ ਉਹ ਚਲਾ ਰਹੇ ਨੇ ਹਾਂ ਜਿਹੜੀਆਂ ਮਾਨ ਸਾਹਿਬ ਦੀਆਂ ਸਕੀਮਾਂ ਨੇ ਉਹਨਾਂ ਵਾਲੇ ਪਾਸੇ ਧਿਆਨ ਦੇਣ ਵੀ ਜਿਹੜੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਉਹਨਾਂ ਲੱਗੀ ਬਣਿਆ ਇਹ ਉਹਨਾਂ ਵਿਰੋਧੀਆਂ ਦਾ ਕੰਮ ਨਹੀਂ ਨਹੀਂ ਗੱਲ ਸਹੀ ਹੈ ਉਹ ਮਾਨ ਸਾਹਿਬ ਨੂੰ ਆਪਣੀਆਂ ਸਕੀਮਾਂ ਤੇ ਧਿਆਨ ਦੇਣਾ ਚਾਹੀਦਾ ਪਰ ਜੇ ਭਗਵਾਨ ਸਿੰਘ ਮਾਨਹਰੀ ਨੰਬਰ ਬਣਾ ਰਹੇ ਆ ਜੇ ਇਹਦੇ ਨਾਲ ਨੰਬਰ ਬਣਦੇ ਆ ਹੂ ਡੀ ਕੋ ਤਾਂ ਬਹੁਤ ਸਾਰੇ ਸੂਬੇ ਨੇ ਤੁਸੀਂ ਬਣਾਓ ਵੈਸੇ ਗੱਲ ਹੀ ਕਰਦੇ ਆ ਨਾ ਜਾਨੀ ਜੇ ਨੰਬਰ ਬਣਦੇ ਆ ਇਹ ਮੈਨੂੰ ਲੱਗਦਾ ਹੈ ਵੀ ਇਹਦਾ ਜਵਾਬ ਕੇਜਰੀਵਾਲ ਸਾਹਿਬ ਨੇ ਦਿੱਤਾ ਹਾਂ ਭਗਵੰਤ ਮਾਨ ਹੋਰਾਂ ਦੀ ਅਨਾਉਂਸਮੈਂਟ ਤੋਂ ਬਾਅਦ 2.5 3 ਮਿੰਟ ਦੀ ਵੀਡੀਓ ਉਹਨਾਂ ਦੀ ਹੈ ਉਹ ਵੀ ਉਸੇ ਚੀਜ਼ ਤੇ ਆ ਗਈ ਉਹ ਕਹਿੰਦੇ ਦੇਖੋ ਕਾਰਨ ਇਹ ਆਇਆ ਵੀ ਜਿਹੜਾ ਆਈਡੀਆ ਭਗਵੰਤ ਮਾਨ ਹੋਰਾਂ ਨੇ ਪੰਜਾਬ 'ਚ ਲਾਗੂ ਕਰਤਾ ਅਸੀਂ ਕਈ ਸਾਲਾਂ ਤੋਂ ਤਰਲੇ ਮਾਰਦੇ ਆ ਵੀ ਯਾਰ ਅਸੀਂ ਦਿੱਲੀ 'ਚ ਇਹ ਕੰਮ ਕਰਨਾ ਪਰ ਸਾਨੂੰ ਜਾਂਦਾ ਮੋਦੀ ਸਾਹਿਬ ਡੱਕ ਦਿੰਦੇ ਨੇ ਜਾਂ ਫਿਰ ਉਹ ਜਿਹੜੇ ਉਪਰਾਜਪਾਲ ਸਾਹਿਬ ਨੇ ਉਹ ਫਾਈਲ ਤੇ ਬ੍ਰੇਕ ਲਾ ਦਿੰਦੇ ਆ ਇਸ ਕਰਕੇ ਸਾਡੇ ਦਿੱਲੀ ਚੋਂ ਕੰਮ ਚੱਲਿਆ ਨਹੀਂ ਪੰਜਾਬ ਵਾਲਿਆਂ ਨੇ ਕਰਤਾ ਬੜੀ ਖੁਸ਼ੀ ਆ ਪਰ ਨਾਲ ਉਹ ਕਹਿੰਦੇ ਵੀ ਮੈਂ ਬੜੀ ਵਾਰਾ ਕਹਿਣਾ ਹੋਣਾ ਤੇ ਹੁਣ ਇੱਕ ਵਾਰ ਫਿਰ ਦੁਹਰਾ ਦਿੰਨਾ ਹੈ ਤਾਂ ਲਾਈਨ ਨੂੰ ਅੰਗਰੇਜ਼ੀ ਚ ਪਰ ਪੰਜਾਬੀ ਅਨਵਾਦ ਉਹਦਾ ਇਹ ਆ ਵੀ ਜਦੋਂ ਕਿਸੇ ਆਈਡੀਆ ਦਾ ਕਹਿੰਦੇ ਸਮਾਂ ਆ ਜਵੇ ਨਾ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਹੂੰ ਹੂੰ ਸੋ ਇਹ ਜਿਹੜੀ ਗੱਲ ਉਹਨਾਂ ਨੇ ਕੀਤੀ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਉਹਨਾਂ ਸੂਬਿਆਂ ਵਾਲੇ ਪਾਸੇ ਇਸ਼ਾਰਾ ਹੈ ਵੀ ਹੁਣ ਅਸੀਂ ਜਿੱਧਰ ਨੂੰ ਜਾਣ ਲੱਗੇ ਆ ਤੇ ਜਿਹੜਾ ਸਾਡਾ ਆਈਡੀਆ ਹੈ ਚਾਹੇ ਉਹ ਮੱਲਾ ਕੋਈ ਨਿਕਦਾ ਚਾਹੇ ਸਕੂਲਾਂ ਦਾ ਚਾਹੇ ਇਸ ਤਰ੍ਹਾਂ ਦੀ ਵੰਡ ਪ੍ਰਣਾਲੀ ਦਾ ਜਾਂ ਭ੍ਰਿਸ਼ਟਾਚਾਰ ਨੂੰ ਤੁਸੀਂ ਹੁਣ ਉਹ ਸਾਈਡੀ ਨੂੰ ਰੋਕ ਨਹੀਂ ਸਕਦੇ ਇਹ ਕਹਿ ਨਹੀਂ ਬਾਲ ਸਕਦਾ ਦਾਅਵਾ ਨਹੀਂ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਭ ਸਿਹਤ ਮੰਤਰੀ ਆਪਣੇ ਵਿਜੇ ਸਿੰਘਲਾ ਸਾਹਿਬ ਡਾਕਟਰ ਸਾਹਿਬ ਕਿਉਂਕਿ ਜੇ ਤੁਸੀਂ ਕਹਿੰਨਾ ਆਈਡੀਆ ਦਿੱਲੀ ਅਸੀਂ ਦਿੱਲੀ ਚ ਕਰਨਾ ਚਾਹੁੰਦੇ ਸੀ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਦੀ ਚਰਚਾ ਹੁਣ 16 ਕਾ ਹਜ਼ਾਰ ਕੇ 14 ਹਜ਼ਾਰ ਬਣਾ ਦੇਣੇ 16 ਹਜ਼ਾਰ ਕਹਿੰਦੇ ਮੁਹੱਲਾ ਕਲੀਨਿਕ ਆਪਾਂ ਪੰਜਾਬ ਚ ਬਣਾ ਦੇਣਿਆ ਇਹ ਪੰਜਾਬ ਦੇ ਹੈਲਥ ਮਨਿਸਟਰ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਖੁਰਾਂ ਨੇ ਆਖਿਆ 13 ਕਾ ਹਜ਼ਾਰ ਪੰਜਾਬ ਚ ਪਿੰਡ ਹੈ ਹਾਂ ਬਾਕੀ 3 ਕਿਹ ਹਜ਼ਾਰ ਮ ਲੱਕ ਲੈਣੇ ਕਿ ਦਾ ਮਤਲਬ ਹੈ ਕਿ ਪੰਜਾਬ ਦੇ ਸ਼ਹਿਰਾਂ ਚ ਬਣ ਜਾਣਗੇ ਬਹੁਤ ਚੰਗੀ ਗੱਲ ਹੈ ਬਣਾਉਣੇ ਚਾਹੀਦੇ ਆ ਠੋਕ ਵਜਾ ਕੇ ਬਣਾਉਣੇ ਚਾਹੀਦੇ ਆ ਪਰ ਇੱਕ ਗੱਲ ਚੇਤੇ ਰੱਖਣ ਵਾਲੀ ਅਸੀਂ ਅਗਾਊਂ ਦੱਸਦੇ ਆ ਬਾਅਦ ਚ ਨਹੀਂ ਦੱਸਣਾ ਇੱਥੇ ਸੇਵਾ ਕੇਂਦਰ ਖੁੱਲੇ ਸੀ ਹੂੰ ਉਹਨਾਂ ਚ ਬਹੁਤੇ ਬੰਦ ਹੋ ਗਏ ਸੇਵਾ ਕੇਂਦਰ ਜਦੋਂ ਬੰਦ ਨਹੀਂ ਸੀ ਹੋਏ ਉਦੋਂ ਹੁੰਦਾ ਸੀ ਜੀ ਜਨਰੇਟਰ ਬੱਤੀ ਚੱਲੇਗੀ ਕਿਉਂਕਿ ਪਿੰਡਾਂ ਚਲੇ ਜਾਂਦੀ ਹੈ ਜਨਰੇਟਰ ਚਲਾ ਲਓ ਜੀ ਕੁਝ ਹੈਗਾ ਜੀ ਤੇਲ ਹੈ ਨਹੀਂਗਾ ਤੇਲ ਲਾਇਓ ਜੀ ਤੇਲ ਦਾ ਖਰਚ ਨਹੀਂ ਮਿਲਦਾ ਆ ਬੰਦਿਆਂ ਨੂੰ ਤਨਖਾਹ ਨਹੀਂ ਮਿਲੀ ਹੌਲੀ ਹੌਲੀ ਕਰਕੇ ਉਹ ਕੋਈ ਉਹਨੂੰ ਕੁਛ ਮੰਡਾਲੀਆਂ ਕਹਿੰਦਾ ਕੋਈ ਤਮੋੜੀਆਂ ਕਹਿੰਦਾ ਉਹ ਲੱਗ ਗਈਆਂ ਬਹੁਤ ਸਾਰੇ ਬੰਦ ਹੋ ਗਏ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਕਿਉਂਕਿ ਮੱਲਾ ਕਲੀਨਿਕ ਦਾ ਮਤਲਬ ਤਾਂ ਇਹ ਹੈ ਨਾ ਕਿ ਲੋਕਾਂ ਨੂੰ ਘਰ ਦੇ ਨੇੜੇ ਆਪਾਂ ਸਿਹਤ ਸਹੂਲਤ ਦੇਣੀ ਹੈ ਡਿਸਪੈਂਸਰੀਆਂ ਵੀ ਇਸੇ ਕਰਕੇ ਬਣੀਆਂ ਸੀ ਪਿੰਡੂ ਡਿਸਪੈਂਸਰੀਆਂ ਖਾਸ ਤੌਰ ਦੇ ਉੱਤੇ ਡਾਕਟਰ ਤੇ ਸਹਾਇਕ ਕਮਲਾ ਫੈਲਾ ਵੀ ਭਰਤੀ ਕੀਤਾ ਗਿਆ ਸੀ ਕਰੀ ਮਰਖ 30000 ਰੁਪਇਆ ਜਾਂ 40000 ਰੁਪਇਆ ਸੀ ਕਿ ਇਹਦੇ ਵਿੱਚ ਹੀ ਦਵਾਈਆਂ ਦਾ ਪ੍ਰਬੰਧ ਕਰਨਾ ਇਹਦੇ ਵਿੱਚ ਹੀ ਤੂੰ ਸਫਾਈ ਕਰਮਚਾਰੀ ਰੱਖਣਾ ਡਾਟ ਤੁਹਾਨੂੰ ਓਕੇ-ਪੁਕੇ ਦਿੱਤੇ ਬਾਕੀ ਤੁਸੀਂ ਪੈਕੇਜ ਲੈ ਲਓ ਉਹ ਡਿਸਪੈਂਸਰੀਆਂ ਬੰਦ ਕਿਉਂ ਹਈਆਂ ਨਵੇਂ ਜੇ 16000 ਮੋ ਲੱਕ ਲੈਨੇ ਖੁੱਲਣੇ ਆ ਉਹ ਕਿੰਨੇ ਘੰਟੇ ਖੁੱਲਣੇ ਆ ਉੱਥੇ ਡਾਕਟਰ ਕਿੰਨੇ ਹੋਣਗੇ ਪਹਿਲੀਆਂ ਡਿਸਪੈਂਸਰੀਆਂ ਵਾਲੀ ਬਿਲਡਿੰਗ ਦੇ ਵਿੱਚ ਖੁੱਲਣੇ ਆ ਕਿ ਨਵੀਂ ਥਾਂ ਦੇ ਉੱਤੇ ਖੁੱਲਣੇ ਆ ਪਹਿਲੀਆਂ ਜਿਹੜੀਆਂ ਡਿਸਪੈਂਸਰੀਆਂ ਸੀ ਉਹਨਾਂ ਦੇ ਵਿੱਚ ਦਵਾਈਆਂ ਜਿਹੜੀਆਂ ਨੇ ਮੈਂ ਤੁਹਾਨੂੰ ਆਪ ਦੇ ਪਿੰਡ ਦੀ ਦੱਸ ਦਿੰਨਾ ਜਿੱਥੇ ਮੇਰਾ ਪਿੰਡ ਹੈ ਉਹਦੇ ਤੋਂ 1 ਕਿਲੋਮੀਟਰ ਦੂਰ ਸਰਕਾਰੀ ਡਿਸਪੈਂਸਰੀ ਹੈ ਬਹੁਤੀ ਵਾਰੀ ਸਰਕਾਰੀ ਡਾਕਟਰ ਉਹ ਮਿਹਨਤੀ ਆਏ ਉੱਥੇ ਐਸੀ ਗੱਲ ਨਹੀਂ ਹੈ ਹੁਣ ਲੋਕ ਪਹਿਲਾਂ 1 ਕਿਲੋਮੀਟਰ ਤੁਰ ਕੇ ਐ ਨੂੰ ਜਾਂਦੇ ਸੀ ਜਿਹੜੇ ਲੋੜਵੰਦ ਸੀ ਉਹ ਡਿਸਪੈਂਸਰੀ ਦੇ ਵਿੱਚੋਂ ਕਿਉਂਕਿ ਲੋਕਾਂ ਨੂੰ ਪਤਾ ਲੈ ਦੁਕਾਨ ਵਾਲੇ ਪੁੱਛ ਲੈਦੇ ਅੱਜ ਡਾਕਟਰ ਨਹੀਂ ਦੀ ਸਕੂਟੀ ਲੰਘੀ ਹੈ ਜਾਂ ਗੱਡੀ ਲੰਘੀ ਹੈ ਡਾਕਟਰ ਸਾਹਿਬ ਦੀ ਗੱਡੀ ਉਹਦਾ ਕੰਮ ਹੁੰਦਾ ਹੀ ਬਿਜਲੀ ਦੀ ਦੁਕਾਨ ਕਰਨ ਵਾਲਿਆਂ ਦਾ ਕਿ ਪਾਈ ਉਹਨਾਂ ਨੇ ਦੇਖ ਲੈਣਾ ਲੰਘ ਹੈ ਬੀਬੀਆਂ ਨੇ ਪੁੱਛ ਕੇ ਤਾਂ ਤੁਰ ਕੇ ਪਹਿਲਾਂ ਉੱਥੇ ਜਾਣਾ ਸਰਕਾਰੀ ਦਵਾਈ ਆਉਂਦੀ ਨਹੀਂ ਸੀ ਫਿਰ 1 ਕਿਲੋਮੀਟਰ ਵਾਪਸ ਪਿੰਡ ਨੂੰ ਆਉਣਾ ਫਿਰ 3 ਕਿਲੋਮੀਟਰ ਅਗਲੇ ਪਾਸੇ ਪ੍ਰਾਈਵੇਟ ਮੈਡੀਕਲ ਸਟੋਰ ਤੋਂ ਦਵਾਈ ਲੈਣ ਜਾਣਾ। ਇੱਥੇ ਰੌਲਾ ਹੈ। ਹੂੰ ਜੇ ਇਧਰ ਨੂੰ ਬੀਬੀ ਤੁਰ ਕੇ ਗਈ 1 ਕਿਲੋਮੀਟਰ ਉਹ ਮhalla ਕਲੀਨਿਕ ਹੈ ਉਹ ਭਾਵੇਂ ਡਿਸਪੈਂਸਰੀ ਹੈ ਉੱਥੇ ਡਾਕਟਰ ਸਾਹਿਬ ਨੇ ਚੈੱਕ ਕੀਤਾ ਛੋਟੇ ਮੋਟੇ ਟੈਸਟ ਵੀ ਉੱਥੇ ਹੈਗੇ ਆ ਉੱਥੋਂ ਹੀ ਦਵਾਈ ਬੂਟੀ ਮਿਲ ਗਈ ਹੈ ਬੀਬੀ ਕਿਲੋਮੀਟਰ ਤੁਰ ਕੇ ਗਈ ਤਾਂ ਸਾਂ ਚੜਨ ਤੋਂ ਪਹਿਲਾਂ ਕਿਲੋਮੀਟਰ ਤੁਰ ਕੇ ਘਰੇ ਆ ਗਈ। ਫਿਰ ਤਾਂ ਗੱਲ ਬਣਦੀ ਹੈ 16000 ਦੇ ਵਿੱਚ ਖਰਚ ਕਿੰਨਾ ਆਉਣਾ ਮਹੀਨੇ ਦਾ ਡਾਕਟਰਾਂ ਨੂੰ ਪੂਰੀ ਤਨਖਾਹ ਮਿਲੇ ਤਾਂ ਜੋ ਛੱਡ ਕੇ ਨਾ ਜਾਣ। ਅਸੀਂ ਸਵਾਗਤ ਕਰਦੇ ਆਂ ਚੀਜ਼ਾਂ ਬਣਨੀਆਂ ਚਾਹੀਦੀਆਂ ਪਰ ਪਹਿਲੀਆਂ ਸਕੀਮਾਂ ਫੇਰ ਕਿਉਂ ਹੋਈਆਂ 15 ਦਿਨ ਮਹੀਨਾ 1.5 ਮਹੀਨਾ 2 ਮਹੀਨਾ ਲੈ ਲੈਣ ਚੰਗੀ ਤਰ੍ਹਾਂ ਐਨਾਲਿਸਿਸ ਸਿੰਘਲਾ ਸਾਹਿਬ ਕਰ ਲੈਣਾ ਇੱਕ ਆਪਾਂ ਬੇਨਤੀ ਕਰ ਦਈਏ ਜੀ ਪਤਾ ਨਹੀਂ ਕਿ ਕਿਉਂਕਿ ਕਾਰਨ ਇਹ ਆ ਵੀ ਜੋ ਮੋਟਾ-ਮੋਟਾ ਨਜ਼ਰ ਆਉਂਦਾ ਹੁੰਦਾ ਆਪਣਾ ਗਾ ਵੀ ਪਹਿਲਾਂ ਇੱਕ ਰਾਂ ਦੱਸ ਦੇਣਾ ਜੇ ਅਗਲਾ ਬੰਦਾ ਸਮਝ ਲਈ ਤੇ ਫਿਰ ਆਪਾਂ ਤਾਰੀਫ਼ ਕਰ ਦੇਈਦੀਏ ਨਹੀਂ ਤੇ ਫਿਰ ਜਦੋਂ ਉਹ ਹੋ ਜਾਂਦੀ ਫਿਰ ਮੁੜ ਕੇ ਚੰਗੀ ਤਰ੍ਹਾਂ ਦੱਸ ਦੇਦੇ ਵੀ ਅਸੀਂ ਕਿਹਾ ਸੀ ਹੁਣ ਇਹ ਕੱਲ ਹੋਰ ਜਿਹੜੀ ਮੈਨੂੰ ਲੱਗਦੀ ਆ ਹੋ ਸਕਦਾ ਕਿਸੇ ਨੂੰ ਲੱਗਦੀ ਹੋਵੇ ਨਾ ਲੱਗਦੀ ਤੁਸੀਂ ਵਿਚਾਰ ਦਿਓ ਉਹ ਯਾ ਕਿ ਵੀ ਜਿਹੜੀ ਇਸ ਵਕਤ ਜਿੱਤ ਹੋਈ ਨਾ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਉਹਦਾ ਹੋ ਸਕਦਾ ਵੀ ਨਸ਼ਾ ਤਾਂ ਪੰਜਾਬ ਵਾਲਿਆਂ ਨੂੰ ਬਹੁਤਾ ਨਾ ਹੋਵੇ ਇਹ ਤਾਂ ਵਿਚਾਰੇ ਬਰਡਨ ਜਿਹਾ ਮਹਿਸੂਸ ਕਰਦੇ ਹੁਣ ਵੀ ਆਹ ਤੇਰਾ ਪਲავ ਜੀ ਰੋਜ਼ ਈਮੇਲ ਆ ਗਈ ਉਧਰੋਂ ਆਹ ਫੋਟੋ ਆ ਗਈ ਆ ਆਰਡਰ ਆ ਗਿਆ ਆ ਕਰਨਾ ਆ ਕਰਨਾ ਆ ਕਰਨਾ ਪਰ ਇਹਦਾ ਅਸਰ ਉਧਰ ਦਿੱਲੀ ਵਾਲੇ ਪਾਸੇ ਜਾਂ ਜਿਹੜੀ ਮੁੱਖ ਪਾਰਟੀ ਹੈ ਉਹਨਾਂ ਦੇ ਲੀਡਰਾਂ ਦੇ ਵਿੱਚ ਵਾਵਾ ਨਜ਼ਰ ਆਉਣ ਲੱਗੇ ਵੇਖਿਆ ਫਿਰ ਅਸੀਂ ਹੁਣ ਵਟ ਕੱਢੇ ਕਿ ਨਹੀਂ ਅਸੀਂ ਹੁਣ ਫਲਾਨੀ ਸਟੇਟ 'ਚ ਵੀ ਜਾਣਾ ਸੀ ਹੁਣ ਫਲਾਨੀ ਸਟੇਟ 'ਚ ਵੀ ਜਾਣਾ ਜੇ ਤਾਂ ਫਲਾਨੀ ਫਲਾਨੀ ਸਟੇਟ ਜਿੱਤਣ ਦਾ ਕਰਕੇ ਅਨਾਉਂਸਮੈਂਟਾਂ ਕਰਨੀਆਂ ਪੰਜਾਬ ਦੇ ਵਿੱਚ ਵੀ ਦੇਖਾ ਆਪਣੇ ਪੰਜਾਬ ਮੇ ਹਮਨੇ ਇਹ ਕਰ ਦਿਆ ਪ੍ਰੈਕਟੀਕਲੀ ਇੱਥੇ ਹੋਇਆ ਕੁਛ ਨਾ ਤੇ ਤੁਸੀਂ ਉਹ ਅਨਾਉਂਸਮੈਂਟਾਂ ਕਰਕੇ ਬਾਕੀ ਸਟੇਟਾਂ ਦੇ ਵਿੱਚ ਜਾ ਕੇ ਆਪਣੀ ਭਲ ਬਣਾਉਂਦੇ ਰਹੇ ਤੇ ਫਿਰ ਬਹੁਤਾ ਮੂਹਦੇ ਮੋ ਡੇ ਗੋਗੇ ਕਿਉਂਕਿ ਇੱਥੋਂ ਖਬਰਾਂ ਵੀ ਪਹੁੰਚ ਜਾਣੀਆਂ ਵੀ ਭਾਈ ਇਹ ਗੱਲਾਂ ਲਈ ਜੀ ਨਹੀਂ ਇਹ ਜ਼ਰੂਰੀ ਹੈ ਸਰ ਤਾਂ ਦਿੱਲੀ ਜੀ ਕੀਤਾ ਸੀ ਤਾਂ ਪੰਜਾਬ ਚ ਗੱਲ ਬਣ ਗਈ ਇਹ ਨਾ ਹੋਵੇ ਪੰਜਾਬ ਚ ਅਜੇ ਹੋਵੇ ਨਾ ਤੇ ਤੁਸੀਂ ਉੱਥੇ ਜਾ ਕੇ ਗੱਲਾਂ ਕਰ ਲਓ ਸਮਾਂ ਥੋੜਾ ਹੀ ਸੱਤ ਮਹੀਨਿਆਂ ਬਾਅਦ ਦਾ ਗਵਾਂਡੀ ਸੂਬੇ ਦੇ ਵਿੱਚ ਪੰਜਾਬ ਦੇ ਲੋਕ ਬਹੁਤ ਜਾਂਦੇ ਉੱਥੇ ਸ਼ਿਮਲਾ ਹੋਵੇ ਡਲੋਜੀ ਹੋਵੇ ਮਕਲੌੜ ਗੰਚ ਧਰਮਸ਼ਾਲਾ ਹੋਵੇ ਕਸੌਲੀ ਹੋਵੇ ਬਹੁਤ ਜਾਂਦੇ ਪੰਜਾਬ ਦੇ ਲੋਕ ਉਧਰਲੇ ਪਾਸੇ ਨੂੰ ਜਾਣੀ ਆਉਣ ਜਾਣ ਲੱਗਾ ਹੀ ਰਹਿੰਦੇ ਆ ਮਤਲਬ ਇਹ ਨਾ ਹੋਵੇ ਉਧਰੋਂ ਆਪਣਾ ਜਿੱਦਾਂ ਹੋਰ ਕੋਈ ਲੱਭੇ ਨਾ ਲੱਭੇ ਅੱਜ ਕੱਲ੍ਹ ਦੇ ਤੁਹਾਨੂੰ ਲੱਗਦਾ ਹੈ ਵੈਬ ਟੀਵੀ ਬਹੁਤ ਨੇ ਉਹ ਮਾਈਕ 'ਲਾ ਕੋਈ ਭਾਈ ਉੱਥੇ ਖਲੋਤਾ ਹੈ ਇੱਕ ਮਿੰਟ ਭਾਈ ਰੋਕਿਓ ਬੜਾ ਆ ਕਹਿੰਦਾ ਕੀ ਆ ਆ ਯਾਰ ਸਾਡੀ ਤੇ ਪ੍ਰਚਾਰ ਬੜਾ ਹੈ ਮਹਾਤਲ ਚ ਹੁੰਦਾ ਪੰਜਾਬ ਮੇਂ ਹਮਨੇ ਇਹ ਕਰ ਦਿਆ ਆਪ ਝਾੜੂ ਕੋ ਵੋਟ ਪਾਏ ਪੰਜਾਬ 'ਚ ਹੋ ਗਿਆ ਤੇਵੇ ਪੰਜਾਬ ਵਾਲੇ ਜਿੱਦਾਂ ਅੱਕੇ ਵੱਖਿਓਂ ਬੋਲਦੇ ਹੁੰਦੇ ਇਹ ਨਾ ਵੀ ਉਹਦੇ ਮਾਈਕ ਤੇ ਬੋਲਣ ਤੇ ਬਾਅਦ ਜੋ ਵੀਡੀਓ ਪੂਰੇ ਦੇਸ਼ ਚ ਵਾਰਲੂਵੇ ਨਹੀਂ ਮੁਸ਼ਕਲ ਇਹ ਹੈਗੀ ਹੈ ਬਾਕੀ ਸੰਧ ਵਾਲੀ ਸਭ ਲੱਗਦਾ ਹੈ ਕਿ ਕੁਛ ਨਾ ਕੁਛ ਹੋ ਸਕਦਾ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਲੋਕ ਪਿੰਡਾਂ ਦੇ ਵਿੱਚ ਆਮ ਹੀ ਹੁੰਦਾ ਹੈ ਬੀਬੀਆਂ ਗਵਾਂਢੀ ਦੇ ਘਰੇ ਜਾਣ ਗਿਆ ਭੈਣ ਜੀ ਆ 500 ਰੁਪਈਆ ਚਾਹੀਦਾ ਸੀ ਆਮ ਪਰਿਵਾਰਾਂ ਦੀ ਗੱਲ ਹੈ ਸਧਾਰਨ ਕਰਨ ਦੀ ਗੱਲ ਕੀ ਹੋਇਆ ਮੁੰਡੇ ਨੂੰ ਤਾਂ ਆਪ ਚੜਿਆ ਦਿਖਾਉਣ ਜਾਣਾ ਤੁਹਾਨੂੰ ਪਤਾ 200 ਦੀ ਤਾਂ ਪਰਚੀ ਲੱਗਦੀ ਹੈ ਯਾਨੀ ਮੈਂ ਉਹ ਸਧਾਰਨ ਪਰਿਵਾਰ ਜਿਨ੍ਹਾਂ ਦੇ ਕੋਲੇ ਸੇਵਿੰਗ ਕੋਈ ਨਹੀਂ ਹੁੰਦੀ ਬਚਤ ਖਾਤੇ 'ਚ ਰੁਪਈਏ ਕੋਈ ਨਹੀਂ ਹੁੰਦੇ ਨਾ ਉਹਨਾਂ ਦੇ ਕੋਲੇ ਕਾਰਡ ਚੱਲਦੇ ਹੁੰਦੇ ਆ ਉਹਨਾਂ ਦਾ ਤਾਂ ਰੋਜ਼ ਦਾ ਕੰਮ ਚੱਲਦਾ ਤੇ ਜੇ ਘਰ ਦੇ ਵਿੱਚ ਕੋਈ ਬਿਮਾਰ ਹੋ ਜਵੇ ਤਾਂ ਫਿਰ ਉਹਨਾਂ ਨੂੰ ਪੈਸੇ ਫੜ-ਥੜਕੇ ਲਾਉਣੇ ਪੈਂਦੇ ਆ ਉਹ ਲੋਕ ਜਿਹੜੇ ਪੈਸੇ ਅੰਡੋ-ਗਵਾਂਡੋ ਫੜ-ਥੜਕੇ ਲਾਉਂਦੇ ਆ ਜਿਨ੍ਹਾਂ ਦਾ ਇੱਕ ਵਾਰੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਵਾਈ ਲੈਣ ਜਾਣ ਦੇ ਨਾਲ ਬਜਟ ਵਿਗੜ ਜਾਂਦਾ ਉਹਨਾਂ ਨੂੰ ਜੇ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਦਾ ਟੈਸਟ ਹੋ ਗਿਆ 10 ਰੁਪਈਆ ਦੀ ਜਾਂ 20 ਰੁਪਈਆ ਦੀ ਪਰਚੀ ਨਾਲ ਕੰਮ ਹੋ ਗਿਆ ਉਥੋਂ ਉਹਨਾਂ ਨੂੰ ਸਸਤੇ ਭਾਅ ਅਸੀਂ ਮੁਫਤ ਨਹੀਂ ਕਹਿੰਦੇ ਤੁਸੀਂ 25% ਰੁਪਏ ਵੀ ਲੈ ਲਓ ਭਾਵੇਂ ਕਿਉਂਕਿ ਜਿਹੜੇ ਬਾਹਰੋਂ 100 ਦੀ ਲੈਂਦੇ ਜ ਉਹਨਾਂ ਨੂੰ 25 ਦੇ ਦੋਗੇ ਉਹ ਲੈ ਲੈਣਗੇ ਤੁਸੀਂ ਥੋੜਾ ਰੇਟ ਰੱਖਦੇ ਹੋ ਕਿ ਤੁਸੀਂ ਸਕੀਮ ਲੰਬਾ ਸਮਾਂ ਚਲਾ ਸਕੋ ਤੁਹਾਨੂੰ ਅਗਲੀ ਵਾਰੀ ਵੋਟਾਂ ਮੰਗਣ ਆਉਣ ਦੀ ਲੋੜ ਨਹੀਂ ਇਹ ਗੱਲ ਪੱਕੀ ਹੈ ਕਿਉਂਕਿ ਜਿਹਦੇ ਪੈਸੇ ਬਚ ਜਾਣੇ ਹਨ ਨਾ ਉਹਨੇ ਫਿਰ ਆਖਰੀ ਸਮਝਦੀਆਂ ਚਾਰ ਬੋਤਲਾਂ ਦੇ ਉੱਤੇ ਨਹੀਂ ਵੋਟ ਪਾਉਣੇ ਉਹਨੇ ਜਿਹਦੀ ਉੱਥੋਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕਿੱਡੇ ਵੱਡੇ ਹਾਲਾਤ ਨੇ ਸਿੱਖਿਆ ਤੇ ਸਿਹਤ ਦੋ ਚੀਜ਼ਾਂ ਤੇ ਖਰਚਾ ਹੁੰਦਾ ਉਹ ਥੋੜੇ ਜਿਹਾ ਕੰਟਰੋਲ ਦੇ ਵਿੱਚ ਕਰਦੇ ਹੋ ਬੱਲੇ ਬੱਲੇ ਤੁਹਾਡੀ ਨਹੀਂ ਤਾਂ ਸਿੰਘਲਾ ਸਾਹਿਬ ਪਟ ਤੇ ਥਾਪੀ ਮਾਰਦੇ ਸੀ ਉਸ ਦਿਨ ਗੱਡੀ ਤੇ ਖੜ ਕੇ ਅਰੇ ਨਹੀਂ ਫਿਰ ਲੋਕਾਂ ਮਾਰਨੀ ਐ ਪ੍ਰਕਾਰ ਨਹੀਂ ਐਂਡ ਉਹ ਉਹ ਵਿਰੋਧੀਆਂ ਨੇ ਵੀ ਮਾਰਨ ਲੱਗ ਪੈਣਾ ਆਣਾ ਵੀ ਹਾਂ ਤੁਸੀਂ ਕਹਿੰਦੇ ਵੀ ਇਦਾਂ ਕਰ ਦਾਂਗੇ ਬਾਕੀ ਚਲੋ ਜੇਸੇ ਹੱਬ ਨਾਲ ਹੁਣ ਉਹ ਮੀਟਿੰਗਾਂ ਕਰਕੇ ਤੇ ਕਿਦਾਉਣ ਸਿੰਘਲਾ ਸਾਹਿਬ ਨੇ ਤੇ ਡਾਕਟਰ ਭਾਈਚਾਰੇ ਨੂੰ ਵੀ ਕਿਹਾ ਉਹ ਕਹਿੰਦੇ ਵੀ ਦੇਖੋ ਕਾਰਨ ਆ ਪਤਾ ਲੱਗਾ ਵੀ ਆਪਣਾ ਡਿਊਟੀ ਤੇ ਇੱਥੇ ਹੁੰਦੀ ਐ ਪਰ ਡਾਕਟਰ ਸਾਹਿਬ ਕਹਿੰਦੇ ਹੋਰ ਹੁੰਦੇ ਨੇ ਉਹ ਕਹਿੰਦੇ ਵੀ ਇਦਾਂ ਨਾ ਕਰੋ ਉਹ ਸਾਰਾ ਰੋਕਣ ਦਾ ਕਰਕੇ ਤੁਹਾਨੂੰ ਅਲਾਉਂਸ ਵੀ ਮਿਲਦਾ ਤੇ ਉਹੀ ਆਪਾਂ ਇੱਕ ਘੰਟਾ ਇੱਥੇ ਹਸਪਤਾਲ ਚ ਵਾਧ ਦੇ ਦਈਏ ਵੀ ਆਪਾਂ ਨੂੰ ਰਲ ਮਿਲ ਕੇ ਕਰਨਾ ਪੈਣਾ ਚਲੋ ਵਧੀਆ ਗੱਲ ਐ ਮੇਰੇ ਖਿਆਲ ਨਾਲ ਆਪਾਂ ਇਹ ਨਹੀਂ ਕਹਿੰਦੇ ਵੀ ਹਰ ਇੱਕ ਬੰਦਾ ਇਹ ਕੰਮ ਕਰਦਾ ਪਰ ਜਿਹੜੇ ਵੀ ਕਰਦੇ ਹੋ ਆਪਣੇ ਤੌਰ ਤੇ ਆਪਣੀ ਡਿਊਟੀ ਕਰਨੀ ਹੈ ਹੁਣ ਨਿਭਾਉਣਗੇ ਇੱਕ ਇੱਕ ਜਿਤ ਮੁਕਾਤੀ ਤੁਸੀਂ ਨਹੀਂ ਨਹੀਂ ਸਿਹਤ ਵਾਲੀ ਨਿਭੜ ਗਈ ਹਾਂਜੀ ਮੈਂ ਇੱਕੋ ਹੀ ਗੱਲ ਕਹਿਣੀ ਸੀ ਉਹਨਾਂ ਨੇ ਇੱਕ ਬੜੀ ਉੱਥੇ ਠੀਕ ਗੱਲ ਵੀ ਆਖੀ ਉਹਨਾਂ ਨੇ ਕਿਹਾ ਕਿ ਜਾਂ ਬਾਹਰ ਪ੍ਰੈਕਟਿਸ ਕਰ ਲੋ ਜਾਂ ਨੌਕਰੀ ਛੱਡ ਜੇ ਨੌਕਰੀ ਛੱਡ ਦੋ ਬਾਹਰ ਕਰਨੀ ਤਾਂ ਪਰ ਮਤਲਬ ਇੱਕ ਇੱਕ ਪਾਸਾ ਕਰ ਲੋ ਪਰ ਉਹਨਾਂ ਇਥੇ ਗੱਲ ਹੋਰ ਵੀ ਕਹੀ ਉਹ ਕਹਿੰਦੇ ਜੀ ਸਾਨੂੰ ਪਤਾ ਹੈ ਘਾਟ ਬਹੁਤ ਹੈ ਦਵਾਈਆਂ ਦੀ ਟੈਸਟਾਂ ਦੀ ਉਹ ਪੂਰੀ ਕਰਕੇ ਤੁਹਾਨੂੰ ਪ੍ਰਬੰਧ ਪੂਰੇ ਕਰਕੇ ਦੇਾਂਗੇ ਵੀ ਤੁਸੀਂ ਠੋਕ ਪਿਆ ਕੇ ਵਧੀਆ ਤਰੀਕੇ ਨਾਲ ਕੰਮ ਕਰਿਓ ਪਰ ਉਹ ਕਹਿੰਦੇ ਅੱਗੇ ਤੁਹਾਨੂੰ ਪੈਸੇ ਉੱਪਰ ਤੱਕ ਚੜ੍ਹਨੇ ਪੈਂਦੇ ਸੀ ਉਹ ਤਾਂ ਅਸੀਂ ਕਹਿੰਦੇ ਬੰਦੀ ਕਰਤੇ ਹੂੰ ਹੁਣ ਤੁਹਾਡਾ ਖਰਚ ਵੀ ਤਾਂ ਘਟਾਈ ਦਿੱਤਾ ਇਸ ਕਰਕੇ ਸਰਕਾਰੀ ਹਸਪਤਾਲਾਂ 'ਚ ਕੰਮ ਕਰੋ ਨਹੀਂ ਇਹ ਇਹ ਗੱਲ ਹੈਗੀ ਐ ਜੀ ਮੇਰੇ ਖਿਆਲ ਨਾਲ ਇਹੀ ਗੱਲ ਕੁਲਦੀਪ ਸਿੰਘ ਧਾਲੀਵਾਲ ਹੋਰੀ ਹੂੰ ਪੰਚ ਉਹ ਵੀ ਬੀਟੀ ਅਫਸਰ ਬੈਠੇ ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਆਪਾਂ ਨੂੰ ਬਹੁਤ ਵੱਡਾ ਫਤਵਾ ਮਿਲ ਪਿਆ ਤੇ ਹੁਣ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਵਧ ਗਈ ਆ ਤੇ ਇੱਕ ਗੱਲ ਮੈਂ ਤੁਹਾਨੂੰ ਬੇਨਤੀ ਕਰਨੀ ਹੋਇਆ ਵੀ ਰੁਪਈਆ ਤੇਲੀ ਜਿਹੜਾ ਉਹ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ ਨਹੀਂ ਤੇ ਬਾਅਦ ਪਤਾ ਲੱਗਦਾਦਾ ਵੀ ਇਹ ਫਲਾਣੇ ਸਾਹਿਬ ਖਾ ਗਿਆ ਉਸ ਤੋਂ ਬਾਅਦ ਫਲਾਨੀ ਕੁਰਸੀ ਖਾ ਗਈ ਉਸ ਤੋਂ ਬਾਅਦ ਥੋੜਾ ਇੱਧਰ ਸਰਪੰਚਾਂ ਦੇ ਥਰੂ ਹੋ ਕੇ ਫਲਾਣੇ ਫਲਾਣੇ ਤਾਂ ਘੁੰਮ ਗਿਆ ਤੇ ਉਹ ਜਿਹੜੀ ਤੁਸੀਂ ਗਲੀ ਭਾਲਦੇ ਸੀ ਉਹ ਗਲੀ ਤੇ ਉਦਾਂ ਦੀ ਉਦਾਂ ਹੀ ਆ ਪਰ ਹਾਂ ਉੱਪਰੋਂ ਮਾਇਆ ਆ ਕੇ ਫਰਰ ਹੋ ਗਈ ਉਹ ਕਹਿੰਦੇ ਵੀ ਇਹ ਕੰਮ ਨਹੀਂ ਹੈਗਾ ਇਹ ਕੰਮ ਆਪ हां गारंटी ਉਹਨਾਂ ਨੇ ਵੀ ਇਹੋ ਦਿੱਤੀ ਉਹ ਕਹਿੰਦੇ ਵੀ ਦੇਖੋ ਪਹਿਲਾਂ ਤੁਹਾਨੂੰ ਹੁੰਦਾ ਸੀ ਵੀ ਯਾਰ ਮੰਤਰੀ ਸਾਹਿਬ ਦੀ ਵਗਾਰ ਆ ਕਹਿੰਦੇ ਜੀ ਮੈਂ ਤੁਹਾਨੂੰ ਲੇਖ ਕੇ ਦਿੰਦਾ ਵੀ ਸਾਡੇ ਵੱਲੋਂ ਵਗਾਰ ਤੁਹਾਨੂੰ ਕੋਈ ਨਹੀਂ ਆਉਂਦੀ ਕੰਮ ਤੁਸੀਂ ਆਪਣਾ ਠੋਕੇ ਕਰਨਾ ਕੰਮ ਮੈਂ ਆਪਣਾ ਠੋਕੇ ਕਰਨਾ ਪਰ ਹਾਂ ਇਹ ਦਿਸਣਾ ਚਾਹੀਦਾ ਲੋਕਾਂ ਨੂੰ ਤੇ ਇਸੇ ਕਰਕੇ ਉਹਨਾਂ ਨੇ ਮੇਰੇ ਖਿਆਲ ਨਾਲ ਉਹ ਕਹਿੰਦੇ ਵੀ ਦੋ ਹੀ ਗੱਲਾਂ ਹੁੰਦੀਆਂ ਸੀ ਪਹਿਲਾਂ ਇੱਕ ਲੋਕ ਸਭਾ ਇੱਕ ਵਿਧਾਨ ਸਭਾ ਪਰ ਇੱਕ ਹੋਰ ਇੰਪੋਰਟੈਂਟ ਹੁੰਦੀ ਸੀ ਸਭਾ ਹੁੰਦੀ ਸੀ ਗ੍ਰਾਮ ਸਭਾ ਜਿਹੜੀ ਕਿ ਖਤਮ ਹੀ ਕਰ ਦਿਓ ਕਹਿੰਦੇ ਵੀ ਨਹੀਂ ਕੀ ਲੋੜ ਆ ਯਾਰ ਪੰਜਾਬ ਦੇ ਲੋਕਾਂ ਨੂੰ ਪੁੱਛਣ ਦੀ ਪਰ ਹੁਣ ਪਹਿਲੀ ਵਾਰ 26 ਜੂਨ ਨੂੰ ਪੰਜਾਬ ਦੇ 12000 ਸਮਥਿੰਗ ਪਿੰਡ ਜਿੰਨੇ ਵੀ ਉਹ ਕਹਿੰਦੇ ਨੇ ਉਹਨਾਂ ਦੇ ਵਿੱਚ ਗ੍ਰਾਮ ਸਭਾ ਹੋਊਗੀ ਤੇ ਉਹ ਕਹਿੰਦੇ ਤਿਆਰੀਆਂ ਕਰੋ ਦੇਖੋ ਸੰਧਾਲੀਆ ਸਭ ਪਹਿਲੀ ਗੱਲ ਇਹ ਆ ਕਿ ਜੂਨ ਮਹੀਨੇ ਦਾ ਮਤਲਬ ਹੈ ਕਿ ਸਾਰਾ ਅਪ੍ਰੈਲ ਸਾਰੀ ਮਈ ਤੇ 25 ਦਿਨ ਜੂਨ ਦੇ ਹਨ ਜਾਨੀ 30 ਤੱਕ 60 ਤੱਕ ਵੀ 80 ਤੱਕ 585 ਅਪਰੋਕਸਿਮਲੀ 3 ਮਹੀਨੇ 3 ਮਹੀਨੇ ਲਾ ਲਓ ਜਾਨੀ 2 ਦਿਨ ਘਟਦੇ ਆ ਮੁੜ ਕੇ ਤਰਾਜ ਨਾ ਕੋ ਕਰ ਦਵੇ ਨਹੀਂ ਇੱਕ ਅੱਧਾ 31 ਦਾ ਵਿੱਚ ਚਲੋ ਠੀਕ ਹੈ 3 ਮਹੀਨੇ ਕਰਤੇ ਹੁਣ 3 ਮਹੀਨੇ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤਿਆਰੀ ਕਰਨੀ ਹੈ ਜੇ ਤੁਸੀਂ ਆਪਣੇ ਲਈ ਕਰਨੀ ਹੈ ਤੇ ಗ್ರಾಮ ਸਭਾ ਦੇ ਵਿੱਚ ਤੁਸੀਂ ਪਿਛਲਾ ਸਾਬ ਲੈ ਸਕਦੇ ਹੁੰਨੇ ਆ ਅਗਲੀ ਯੋਜਨਾ ಗ್ರಾಮ ਸਭਾ ਚ ਸਾਰੇ ਹੀ ਪਿੰਡ ਦੇ ਮੈਂਬਰ ਨੇ ਤੁਹਾਨੂੰ ਸਪੈਸ਼ਲ ਬੋਰਡ ਨਹੀਂ ਬਣਾਉਣੀ ਪੈਂਦੀ ਕਿ ਆ ਹੈਗਾ ਕਿ ਨਹੀਂ ਸਾਰਾ ਪਿੰਡ ਮੈਂਬਰ ਹੈ 26 ਜੂਨ ਨੂੰ ਵੱਡੇ ਦਿਨ ਹੋ ਜਾਂਦੇ ਉਦੋਂ ਬਹੁਤ ਹੂੰ ਤੇ ਉਹ ਵੱਡੇ ਦਿਨ ਤੁਸੀਂ ਇਕੱਠੇ ਹੋਣਾ ਤੇ ਤੁਸੀਂ ਅਗਲੀਆਂ ਯੋਜਨਾਵਾਂ ਹੋਣੇ ਕਿ ਸਰਪੰਚ ਸਾਹਿਬ ਮੈਂਬਰ ਸਾਹਿਬ ਅਸੀਂ ਆ ਚਾਹੁੰਨੇ ਆ ਪਰ ਅਸੀਂ ਇੱਕ ਬੇਨਤੀ ਕਰਦੇ ਆਂ ਜੇ ਪੰਜਾਬ ਦੀਆਂ ਗ੍ਰਾਮ ਸਭਾਵਾਂ ਦੇ ਵਿੱਚ ਅਸੀਂ ਕਹਾਂ ਸਾਡੇ ਘਰ ਮੁਰਦੀ ਗਲੀ ਬਣਾ ਦੋ ਗਲਤ ਹੋ ਜੂ ਹੂੰ ਉਦੋਂ ਪਿੰਡ ਦਾ ਸੋਚਿਓ ਕਿ ਪਿੰਡ ਨੂੰ ਸਭ ਤੋਂ ਪਹਿਲਾਂ ਕੀ ਚਾਹੀਦਾ ਸ਼ਮਸ਼ਾਨ ਘਾਟ ਦਾ ਰਸਤਾ ਬਾਅਦ ਚ ਬਣ ਜੂ ਸ਼ਮਸ਼ਾਨ ਘਾਟ ਨੂੰ ਚਾਰ ਦਿਵਾਰੀ ਬਾਅਦ ਚ ਹੋ ਜੂ ਉੱਥੇ ਫਰਸ਼ ਬਾਅਦ ਚ ਲੱਗ ਜੂ ਕੋਈ ਗੱਲ ਨਹੀਂ ਗੇਟ ਬਣਾਉਣਾ ਉਹ ਵੀ ਬਾਅਦ ਚ ਹੋ ਜੂ ਸਕੂਲ ਵਾਲਾ ਕੰਮ ਦੇਖੋ ਛੱਪੜ ਦੀ ਸਫਾਈ ਵਾਲਾ ਦੇਖੋ ਸਾਫ਼ ਪੀਣ ਵਾਲੇ ਪਾਣੀ ਦਾ ਦੇਖੋ ਜਿਹਦੇ ਨਾਲ ਕਿ ਫੌਰੀ ਤੌਰ ਦੇ ਉਤੇ ਆਪਾਂ ਮੌਜੂਦਾ ਵਰਤਮਾਨ ਸਮਾਂ ਬਚਾਉਣਾ ਤੇ ਜੇ ਗ੍ਰਾਮ ਸਭਾਵਾਂ ਦੇ ਵਿੱਚ ਵੀ ਆਪਾਂ ਇਹ ਕਰਦੇ ਰਹਿ ਨਹੀਂ 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 ਸਾਡੇ ਖੜੰਜਾ ਲੱਗਾ ਪਹਿਲਾਂ ਸਾਡੇ ਤੁਸੀਂ ਸਿਮੈਂਟਡ ਬਣਾਓ 32 ਸੋਲਰ ਲਾਈਟ ਜੇ ਲਵਾਉਣੀ ਹੈ ਸਾਰੇ ਪਿੰਡ ਨੂੰ ਚਾਹੀਦੀ ਹੈ ਸਾਡੇ ਘਰ ਨੂੰ ਕਲਿਆਂ ਦੇ ਨੂੰ ਨਹੀਂ ਚਾਹੀਦੀ ਇਸ ਕਰਕੇ ਜੇ ਤਾਂ ਉਸੇ ਹਿਸਾਬ ਕਿਤਾਬ ਦੇ ਨਾਲ ਗ੍ਰਾਮ ਸਭਾ ਹੋਊਗੀ ਤਾਂ ਬਹੁਤ ਵਧੀਆ ਟੋਟਲ ਸਫਲ ਹੋਣੀ ਚਾਹੀਦੀ ਹੈ ਇਹਦੇ ਨਾਲ ਇਹ ਨਹੀਂ ਹੋਊਗਾ ਮੁੜ ਕੇ ਸਰਪੰਚ ਸਾਹਿਬ ਕਹਿਣਗੇ ਦੇਖੋ ਜੀ ਮੈਂ ਤਾਂ ਫਿਰ ਉਹਨਾਂ ਨੇ ਪੈਸੇ ਹੀ ਇਸ ਕੰਮ ਲਈ ਦਿੱਤੇ ਸੀ ਤੁਸੀਂ ਆਪਣੀ ਪੰਚਾਇਤ ਨੂੰ ਉਸ ਦਿਨ ਗ੍ਰਾਮ ਸਭਾ 'ਚ ਤਰਜੀਹ ਦੇ ਸਕਦੇ ਹੋ ਕਿ ਆਹ ਤਿੰਨ ਕੰਮ ਸਰਪੰਚ ਸਾਹਿਬ ਪਹਿਲਾਂ ਕਰਨੇ ਆ ਮੁੜ ਕੇ ਜੇ ਪੈਸੇ ਟਕੇ ਬਚ ਗਿਆ ਤਿੰਨ ਬਾਅਦ ਚ ਕਰਨੇ ਆ ਆ ਤਿੰਨ ਅਖੀਰ ਚ ਕਰਨੇ ਆ ਥੋਡੇ ਬਣਾਏ ਹੋਏ ਪਲਾਨ ਤੋਂ ਥੋਡੇ ਪਿੰਡ ਦੀ ਪੰਚਾਇਤ ਅੱਗੇ ਪਿੱਛੇ ਨਹੀਂ ਜਾ ਸਕਦੀ ਪਰ ਮੰਚ ਕਿੱਡ ਰੱਖ ਕੇ ਨਾ ਪਲਾਨ ਬਣਾਇਓ ਅਣੀ ਇੱਥੇ ਆਪਾਂ ਥੋੜਾ ਜਿਹਾ ਹੋਰ ਦੇਸੀ ਸਮਝਾ ਦਈਏ ਜੀ ਦੇਖੋ ਹੁਣ ਲੋਕ ਸਭਾ ਦੇ ਲਈ ਐਮਪੀ ਚੁਣਨਾ ਪੈਂਦਾ ਹੂੰ ਹੂੰ ਵੀ ਅਗਲਾ ਬੰਦਾ ਇੰਨਾ ਖਰਚ ਕਰਦਾ ਕਾ ਲੋ ਕਾ ਲੋ ਕਈ ਕੁਝ ਹੁੰਦਾ ਫੇਜ ਆ ਕੇ ਉਹ ਐਮਪੀ ਬਣਦਾ ਐਮਐਲਏ ਦੇ ਹੁਣੇ ਤਤੇ ਤਾਜੇ ਚੁਣ ਕੇ ਹਟੇ ਪੰਜਾਬ ਵਾਲੇ ਪਤਾ ਉਹਨਾਂ ਨੂੰ ਲੱਗਾ ਵੀ ਕਿਵੇਂ ਬਣਦਾ ਇਹ ਤਾਂ ਹੋ ਗਿਆ ਵੀ ਮੈਂਬਰ ਆਫ ਪਾਰਲੀਮੈਂਟ ਦਾ ਚੁਣਿਆ ਗਿਆ ਮੈਂਬਰ ਵਿਧਾਨ ਸਭਾ ਦਾ ਚੁਣਿਆ ਗਿਆ ਫਿਰ ਉਹਦੇ ਕੋਲੇ ਤਾਕਤ ਆਈ ਵੀ ਫਲਾਨਾ ਮਤਾ ਆਇਆ ਮੈਂ ਇਹਦੀ ਪ੍ਰੋੜਤਾ ਕਰਨੀ ਜਾਵੇਂ ਦਾ ਵਿਰੋਧ ਕਰਨਾ ਵੀ ਪਿੰਡ ਵਾਲੇ ਨੂੰ ਕੋਈ ਵੋਟ ਲੈਣ ਦੀ ਲੋੜ ਨਹੀਂ ਪਿੰਡ ਦਾ ਉਹ ਨਿਵਾਸੀ ਹੈ ਉਹ ਨਿਵਾਸੀ ਹੈ ਤੇ ਉਹ ਗ੍ਰਾਮ ਦਾ ਮੈਂਬਰ ਹੈ ਉਸ ਗ੍ਰਾਮ ਸਭਾ ਦਾ ਤੇ ਗ੍ਰਾਮ ਸਭਾ ਦੇ ਮੈਂਬਰ ਹੋਣ ਦੇ ਨਾਤੇ ਤੁਸੀਂ ਉੱਥੇ ਸਿਆਣਪਨਾ ਕੰਮ ਕਰਿਓ ਵੀ ਯਾਰ ਦੇਖੋ ਗੱਲ ਇਹ ਹੈ ਵੀ ਇਦੋਂ ਪਹਿਲਾਂ ਇੱਕ ਸਰਪੰਚ ਹੁੰਦਾ ਸੀ ਬੰਦੇ ਚਾਰ ਕਨਾਲ ਹੁੰਦੇ ਸੀ ਪੰਜ ਚਾਰ ਤੁਸੀਂ ਇੱਧਰ ਉੱਧਰ ਰਾਲੀਂਦੇ ਸੀ ਪਤਾ ਉਦੋਂ ਲੱਗਦਾ ਜਦੋਂ ਸਵੇਰੇ 7:00 'ਚ ਨਹੀਂ ਗੱਲਾਂ ਹੁੰਦੀਆਂ ਨੇ ਉਹ ਚਾਉ ਫਰੇ ਨਹੀਂ ਨ ਕਰਨ ਲੱਗ ਪਿਉਣ ਉਹ ਆਹੋ ਭਰਾਵਾ ਮੰਦੇ ਮੁੰਦੇ ਨਹੀਂ ਕਿਸੇ ਦੀ ਉਹ ਮੈਂ ਦੋ ਗਵਰਾਂ ਕਿਹਾ ਤੇ ਉਧਰੋਂ ਫਿਰ ਐਮ ਐਲ ਏ ਦਾ ਫੋਨ ਆ ਗਿਆ ਉਹ ਕਹਿੰਦੇ ਵੀ ਕਿਹੜਾ ਦੱਸਿਓ ਫੇ ਕੋਈ ਨਹੀਂ ਮਿਲ ਲਵਾਗੇ ਉਹਨੂੰ ਉਹ ਕੰਮ ਜੇ ਆਪਾਂ ਹੁਣ ਵੀ ਜਾਰੀ ਰੱਖ ਲਿਆ ਤੇ ਫਿਰ ਆਪਾਂ ਤਾਂਗ ਹੋਵਾਂਗੇ ਜੇ ਮੰਤਰੀ ਹੋਣਾ ਨੇ ਕਰਤਾ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਕਹਿ ਤਾ ਜੋ ਹੋ ਗਿਆ ਜੇ ਕਰਤਾ ਆਉਣ ਵਾਲੇ ਟਾਈਮ ਤੇ 26 ਜੂਨ ਨੂੰ ਵੀ ਇਹ ਗ੍ਰਾਮ ਸਭਾਵਾਂ ਹੋਣ ਲੱਗ ਪਈਆਂ ਤੇ ਪੰਜਾਹ ਦੇ ਮੈਨਿਆਂ ਦਾ ਵੀ ਇੱਕੇ ਦਿਨ ਹੀ 100 ਦੇ 100% ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਹਾਂ ਵੀ ਹੁਣ ਫੇਰ ਸਰਪੰਚ ਸਾਹਿਬ ਨੂੰ ਦੱਸਾਂਗੇ ਤੇ ਸਰਪੰਚ ਵੀ ਸਾਰੇ ਬੜੇ ਵਧੀਆ ਹੋਣਗੇ ਅੱਛਾ ਜੀ ਫੇਰ ਇਦਾਂ ਹੀ ਕਰ ਲਾਂਗੇ ਇਦਾਂ ਦੇ ਕਿਤੇ ਨਹੀਂ ਹੋਣੀ ਗੱਲ ਹੋਣਾ ਦੇ ਉੱਥੇ ਕੰਮ ਦੂਜਾ ਤਗੜ ਤਗੜੀ ਇਹ ਆਪਾਂ ਨੂੰ ਪਤਾ ਆਪਣੇ ਪੰਜਾਬੀਆਂ ਦੇ ਸੁਭਾਅ ਦਾ ਹੋ ਸਕਦਾ ਪੰਜ ਚਾਰ ਗ੍ਰਾਮ ਸਭਾਵਾਂ ਤੋਂ ਬਾਅਦ ਸਾਨੂੰ ਅਗਲਾ ਆਵੇ ਵੀ ਨਹੀਂ ਨਹੀਂ ਯਾਰ ਉਹ ਇਹ ਕਹਿ ਕੇ ਨਹੀਂ ਬੋਲੀਦਾ ਚਾਚਾ ਜੀ ਤਾਇਆ ਜੀ ਕਹਿ ਕੇ ਵੀ ਗੱਲ ਕਰ ਲਈਦੀ ਆ ਪਰ ਉਹਦੀ ਜੇ ਆਦਤ ਪੈ ਗਈ ਨ ਤੇ ਹੋ ਸਕਦਾ ਵੀ ਇਹਨਾਂ 5 ਸਾਲਾਂ ਦੇ ਵਿੱਚ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਵੀ ਯਾਰ ਐਵੇਂ ਹੀ ਉੱਪਰ ਤੱਕ ਜਾ ਕੇ ਅਫਸਰਾਂ ਨੂੰ ਟੀਟਨੇ ਮਾਰਦੇ ਰਹੇ ਆਦੇ ਕੰਮ ਹੀ ਬੜਾ ਵਧੀਆ ਹੈ ಗ್ರಾಮ ਸਭਾ ਦੇ ਵਿੱਚ ਮਤਾ ਪਵਾ ਦਿਓ ਉੱਥੇ ਲਿਖਾ ਦੇ ਵੀ ਫਲਾਣਾ ਫਲਾਣਾ ਕੰਮ ਸਰਪੰਚ ਜੀ ਹੁਣ ਤੁਹਾਡੀ ਜਿੰਮਰੀ ਹੈ ਸਾਨੂੰ ਨਾ ਆਖਿਓ ਨਹੀਂ ਬਹੁਤ ਜ਼ਰੂਰੀ ਹੈ ਤੇ ਦੂਸਰਾ ਇੱਕ ਪੰਚਾਇਤ ਸੈਕਟਰੀ ਸਾਹਿਬ ਹੁੰਦੇ ਪੰਚਾਇਤ ਸਕੱਤਰ ਉਹ ਤੁਹਾਡੇ ਸੇਵਕ ਨੇ ਹਮ ਕਈ ਵਾਰੀ ਹੁੰਦਾ ਨਾ ਸੈਕਟਰੀ ਸਾਹਿਬ ਦਾ ਕਰਨਾ ਹੈ ਹਾਂ ਸੈਕਟਰੀ ਸਾਹਿਬ ਕੋਲ ਵਰਕ ਲੋਡ ਨਾ ਵੱਧ ਹੋਵੇ ਉਹ ਤੁਹਾਡੇ ਸੇਵਕ ਨੇ ਤੁਹਾਡੇ ਕੰਮ ਲਈ ਹੈ ਕਿ ਤੁਹਾਡਾ ਪੰਚਾਇਤ ਦਾ ਲਿਖਤੀ ਪੱਤਰੀ ਕੰਮ ਉਹਨ ਕਿਉਂ ਜਿੱਦਾਂ ਕਹਿਣਗੇ ਆਪਾਂ ਕੰਮ ਓਦਾਂ ਕਰਨਾ ਹੈ ਦੂਸਰਾ ਤਾਲੀਆ ਸਾਹਿਬ ਵਧੀਆ ਬੰਦੇ ਨੇ मिनिस्टर ਬਣਾਏ ਪੰਜਾਬ ਦੇ ਲੋਕਾਂ ਨੇ ਚੁਣੇ ਵਧੀਆ ਹੀ ਨੇ ਇੱਕ ਬੇਨਤੀ ਜ਼ਰੂਰ ਹੈ ਕਿ ਤਾਲੀਆ ਸਾਹਿਬ ਤੁਸੀਂ ਕੋਸ਼ਿਸ਼ ਕਰਿਓ ਕੁਲਦੀਪ ਸਿੰਘ ਜੀ ਮੰਤਰੀ ਹੋ ਤੁਸੀਂ ਕਿ ਰਾਜ ਮਿਸਤਰੀ ਸਧਾਰਨ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਕਿੰਨੇ ਰੁਪਏ ਚ ਦਿਹਾੜੀ 'ਚ ਮਿਲ ਜਾਂਦਾ ਹੈ ਤੇ ਉਹਦੇ ਨਾਲ ਜਿਹੜਾ ਹੈਲਪਰ ਹੁੰਦਾ ਕਿਰਤੀ ਬੰਦਾ ਮਜ਼ਦੂਰ ਹੁੰਦਾ ਉਹ ਕਿੰਨੇ ਰੁਪਏ ਦੇ ਵਿੱਚ ਮਿਲਦਾ ਹੈ ਕਿਉਂਕਿ ਬਹੁਤੀ ਵਾਰ ਕਈ ਵਾਰ ਪੰਚਾਇਤਾਂ ਨੂੰ ਪੁੱਛੇਦਾ ਉਹ ਕਹਿੰਦੇ ਜੀ ਦੇਖੋ ਰਾਜ ਮਿਸਤਰੀ ਦਾ ਮਿਲਦਾ 500 ਰੁਪਏ ਨੂੰ ਦਿਹਾੜੀ ਸਰਕਾਰੀ ਦਿਹਾੜੀ ਇੰਨੀ ਦੇਣੀ ਹੁੰਦੀ ਐ ਇਸ ਕਰਕੇ ਵੱਧ ਪਾਉਣੀਆਂ ਪੈਂਦੀਆਂ ਮਜ਼ਦੂਰ ਜਿਹੜਾ ਸੁਧਾਰਨਾ ਹੈ ਉਹ ਮਿਲਦਾ ਜੀ 300 ਨੂੰ ਸਰਕਾਰੀ ਦਿਹਾੜੀ ਅਸੀਂ ਇੰਨੀ ਪਾਉਣੀ ਹੁੰਦੀ ਐ ਫਿਰ ਜੇ 4 ਲਵਾਈਏ ਤਾਂ 6 ਪਾਉਣੀਆਂ ਪੈਂਦੀਆਂ ਯਾਨੀ ਪ੍ਰੈਕਟੀਕਲੀ ਜੋ ਮਜ਼ਦੂਰੀ ਦੀ ਮਿਹਨਤ ਦੀ ਦਰ ਐ ਉਹ ਵੀ ਤਬਦੀਲ ਜੇ ਕਿਤੇ ਕੀਤੀ ਜਾ ਸਕੇ ਜੇ ਪੋਸੀਬਲ ਹੋਵੇ ਤਾਂ ਬਹੁਤੀਆਂ ਚੋਰ ਮੋਰੀਆਂ ਖਤਮ ਹੋ ਜਾਣੀ ਨਹੀਂ ਇਹ ਕਰਨ ਦੀ ਲੋੜ ਵੀ ਐ ਪਤਾ ਕਿਉਂ ਕਿਉਂਕਿ ਇਹੀ ਉਹ ਡਾਟਾ ਆ ਜਿਹੜਾ ਇਕੱਠਾ ਕਰਕੇ ਮੁੜ ਕੇ ਇੱਕ ਭੇਜਿਆ ਜਾਂਦਾ ਕੇਂਦਰ ਫਿਰ ਉੱਥੇ ਸਿਆਣੇ ਸਿਰ ਈਸੀ ਵਾਲੇ ਕਮਰੇ 'ਚ ਬੰਦ ਬੋਤਲ ਵਾਲਾ ਪਾਣੀ ਲੈ ਕੇ ਪੈਨਾਂ ਦੇ ਉੱਪਰ ਚਰੀਟਾਂ ਵਾਹ ਕੇ ਦੇ ਦੇ ਓਕੇ ਡਾਟਾ ਤੋਂ ਇਹ ਬੋਲ ਰਹਾ ਹੈ ਤੋ ਇਸ ਹਿਸਾਬ ਸੇ ਤੋ ਇਤਨਾ ਪੈਸਾ ਪ੍ਰਯਾਪਤ ਹੋਗਾ ਉਹ ਪ੍ਰਯਾਪਤ ਇਸੇ ਕਰਕੇ ਨਹੀਂ ਹੁੰਦਾ ਵੀ ਜਦੋਂ ਤੁਸੀਂ ਉੱਤੇ 100 ਦਿਹਾੜੀ ਗਿਣੀ ਜਾਣੀ ਹੈ ਅਗਲਾ 400 ਲੈਂਦਾ ਜਾਂ ਉਹਨੂੰ ਕਹਿੰਦਾ ਵੀ ਯਾਰ ਕੰਮ ਕਰਾਉਣ ਨੂੰ ਹੁਣ ਫਸਿਆਂ ਨੂੰ 500 ਵੀ ਦੇਣੀ ਪੈਣੀ ਹੈ ਉਹਨਾਂ ਅੰਦਾਜ਼ਾ ਲਾਓ ਵੀ ਜੇ ਅਗਲੇ ਨੇ ਪੈਸੇ 100 ਦੇ ਹਿਸਾਬ ਨਾਲ ਦਿੱਤੇ ਆ ਤੁਸੀਂ 500 ਦੇ ਹਿਸ ਹੁਣ ਉਹਨੇ ਤਾਂ ਸੋਚਿਆ ਵੀ ਇੰਨੇ ਕ ਪੈਸਿਆਂ ਦੇ ਵਿੱਚ 100 ਦਿਨ ਕੰਮ ਮਿਲੂ ਤੇ ਜੇ ਆਪਾਂ ਉਹਦਾ 5 ਗੁਣਾ ਘਟਾ ਕੇ ਲਾ ਲਈ ਤਾਂ ਆਪ ਹੀ ਹਿਸਾਬ ਲਾ ਲਈ ਵੀ ਕਿੰਨੇ ਦਿਨ ਕੰਮ ਹੋਊਗਾ ਸ਼ਾਇਦ ਇਹ ਵੀ ਕਿਤੇ ਕਾਰਨ ਦੇ ਨੇ ਵੀ ਆਪਾਂ ਕਾਗਜ਼ਾਂ 'ਚ ਕੁਝ ਲਿਖਦੇ ਆ ਪ੍ਰੈਕਟੀਕਲ ਕੁਝ ਹੋ ਰਿਹਾ ਇਹ ਕਹਾਣੀ ਉਹੀ ਹੈ ਨਾ ਵੀ ਉਹ ਕਹਿੰਦਾ ਵੀ ਉਹ ਜਮੀਨ ਕਿੰਨਾ ਕਹਿੰਦਾ ਹੈ ਜੀ 30 ਲੱਖ ਨੂੰ ਕਿਲਾ ਤੇ ਸਰਕਾਰੀ ਰੇਟ 7.5 ਬੋਲਦਾ 7.5 ਉਹ 7.5 ਤੇ 30 ਆਲਾ ਫਰਕ ਜਿਹੜਾ ਉਹ ਆਪਾਂ ਗੱਡੀ ਹਉਣ ਹਾਲੀ ਨਹੀਂ ਜ਼ਰੂਰੀ ਹੈ ਬਾਕੀ ਲਾਲਜੀਤ ਸਿੰਘ ਭੁੱਲਰ ਹੋਰੀ ਟਰਾਂਸਪੋਰਟ ਮਨਿਸਟਰ ਨੇ ਉਹਨਾਂ ਨੇ ਵੀ ਚਰਚਾ ਛੇੜ ਲਈ ਉਹ ਕਹਿੰਦੇ ਜੀ ਬਿਨਾ ਪਰਮਰ ਤੋਂ ਬਸ ਕੋਈ ਚੱਲਣੀ ਨਹੀਂ ਜਿੰਨੇ ਟੈਕਸ ਨਹੀਂ ਤਾਰਿਆ ਉਹਨੂੰ ਆਪਾਂ ਟਾਈਮ ਟੇਬਲ ਦੇ ਵਿੱਚ ਲਿਆਉਣਾ ਨਹੀਂ ਟਾਈਮ ਟੇਬਲ ਬਣਾਉਣ ਲੱਗੇ ਆ ਫਿਰ ਇਹ ਵੀ ਕਹਿ ਦਿੱਤਾ ਉਹ ਕਹਿੰਦੇ ਜੀ ਸਾਰੀਆਂ ਬੱਸਾਂ ਬੱਸ ਅਡੇ ਤੋਂ ਅੰਦਰੋਂ ਹੋ ਕੇ ਜਾਣਗੀਆਂ ਬਾਹਰੋਂ ਬੱਸ ਕੋਈ ਚੱਲਣੀ ਨਹੀਂ ਦੇਣੀ ਜੇ ਤਾਂ ਟਾਈਮ ਟੇਬਲ ਦੁਬਾਰਾ ਬਣਾਉਣ ਲੱਗੇ ਆ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਟਾਈਮ ਟੇਬਲ ਹੀ ਨਹੀਂ ਬਣਿਆ ਦੁਬਾਰਾ ਤੇ ਟਾਈਮ ਟੇਬਲ ਦਾ ਹੀ ਸਾਰਾ ਮਸਲਾ ਹੈ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਿਹਾ ਕਿ ਬੱਸ ਅਡੇ ਦੇ ਅੰਦਰੋਂ ਤੁਰਨੀ ਹੈ ਉਹ ਵੀ ਬਹੁਤ ਵਧੀਆ ਨਹੀਂ ਤਾਂ ਬੱਸ ਅਡਿਆਂ ਦੇ ਬਾਹਰੋਂ ਉਦਾਂ ਹੀ ਤੁਰ ਜਾਂਦੀਆਂ ਹੁੰਦੀਆਂ ਕਈ ਜਿਹੜੀ ਤੁਸੀਂ ਗੱਲ ਕਿਨੇ ਬੱਸ ਛੱਡੇ ਅੰਦਰੋਂ ਇੰਨੀਆਂ ਤੁਰੀਆਂ ਇੱਥੇ ਇਨਸਪੈਕਟਰ ਸਾਹਿਬ ਖੜੇ ਸੀ ਉਹਨਾਂ ਨੇ ਇੰਨੀਆਂ ਗਿਣੀਆਂ ਵੀ ਅੰਦਰੋਂ ਤਾਂ ਥੋੜੀਆਂ ਤੁਰੀਆਂ ਉਹ ਬਾਹਰੋਂ ਤੁਰਦੀਆਂ ਬੱਸਾਂ ਕਹਿੰਦੇ ਅਸੀਂ ਬੰਦ ਕਰ ਦੇਣੀ ਆ ਬਾਕੀ ਟੈਕਸ ਦੀ ਗੱਲ ਬਹੁਤ ਵਧੀਆ ਪਲੱਸਾ ਹੋਣਾ ਚਾਹੀਦਾ ਟਰਾਂਸਪੋਰਟ ਵਾਲਾ ਕੰਮ ਵਧੀਆ ਤਰੀਕੇ ਦੇ ਨਾਲ ਪਰ ਵੜਿੰਗ ਸਾਹਿਬ ਨੇ ਵੀ ਸ਼ੁਰੂ ਕੀਤਾ ਸੀ ਤੁਸੀਂ ਪਹਿਲਾਂ ਸਾਰਾ ਹੋਮਵਰਕ ਕਰ ਲੈਣਾ ਸਰਕਾਰ ਦੇ ਵਕੀਲ ਨੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਨਰਲ ਸਾਹਿਬ ਤੁਹਾਡੇ ਕੋਲੇ ਟੀਮ ਵੱਡੀ ਸਲਾਹਬਲਾ ਕਰ ਲਿਓ ਕਿ ਭਾਈ ਉੱਪਰੋਂ ਮੁੜ ਕੇ ਸਟੇ ਕਿਉਂ ਮਿਲਦੇ ਆ ਕਿਤੇ ਕਹਾਣੀ ਕੋਈ ਹੋਰ ਤਾਂ ਨਹੀਂ ਪਰਮਟ ਵੀ ਅੱਗੇ ਵਧਾਤਾ ਜੀ ਵਧਾਤਾ ਜੀ ਰੂਟ ਇੰਨਾ ਵਧਾਤਾ 24 ਕਿਲੋਮੀਟਰ ਫੇ 24 ਕਿਲੋਮੀਟਰ ਫੇ 24 ਕਿਲੋਮੀਟਰ ਮੋਢਲੇ ਰੂਟ ਤੋਂ ਵੀ ਉਹ ਕੋਈ ਦੁੱਗਣਾ ਹੋ ਜਾਂਦਾ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜੇ ਪਹਿਲਾਂ ਕਰ ਲਈਆਂ ਜਾਣਗੀਆਂ ਤਾਂ ਚੰਗਾ ਨਹੀਂ ਤਾਂ ਅਗਲੇ ਫਿਰ ਮੁੱਛਾਂ ਨੂੰ ਵੱਟ ਦੇ ਕੇ ਕਹਿੰਦੇ ਹੁੰਦੇ ਚੱਲ ਪਈਆਂ ਨਾ ਸਾਰੀਆਂ ਇੱਕ ਬੇਨਤੀ ਹੋਰ ਕਰਾਂ ਹੂੰ ਹੂੰ ਨਹੀਂ ਅੱਜ ਬੇਨਤੀਆਂ ਕੀਤੀਆਂ ਆਪਾਂ ਇਹ ਪਾਨੇ ਮੈਂ ਤੜੇ ਆਖਿਆ ਵੀ ਦੇਖੋ ਕਾਰਨ ਹੈ ਵੀ ਤੁਸੀਂ ਮੁੜ ਕੇ ਕਹਿ ਦਿੰਦੇ ਵੀ ਯਾਰ ਸਾਨੂੰ ਦੱਸਿਆ ਨਹੀਂ ਇਸ ਕਰਕੇ ਅਸੀਂ ਤਾਂ ਦੱਸਦੇ ਆ ਉਹ ਇਹ ਬੇਨਤੀ ਹੈ ਵੀ ਹੁਣ ਤੱਕ ਨਾ ਸਿਆਸਤ ਇਹ ਹੁੰਦੀ ਮੈਂ ਫਲਾਣੇ ਦੀ ਬੰ ਫਲਾਣੇ ਦੀ ਤੁਸੀਂ ਬੰਦ ਕਰਾਓਗੇ ਤੇ ਅਗਲਾ ਭਾਈ ਸਾਹਿਬ ਉਹ ਕਿਤੇ ਵਿਹਲਾ ਥੋੜਾ ਤੁਰਿਆ ਫਿਰਦਾ ਅਗਲੇ ਅਗਲਿਆਂ ਨੇ ਵੀ ਸਰਕਾਰਾਂ ਚ ਲਾਈਆਂ ਉਹਨਾਂ ਦੇ ਵੀ ਬੰਦੇ ਨੇ ਉਹਨਾਂ ਨੂੰ ਪਤਾ ਵੀ ਕਿਹੜੀ ਕੁੰਡੀ ਕਿਥੋਂ ਕਿਹੜੀ ਤਾਰ ਕਿਥੋਂ ਝੇੜਨੀ ਆ ਤੇ ਕਿਥੇ ਕਰੰਟ ਵਜਣਾ ਪਿਛਲੇ ਦਿਨਾਂ ਦੇ ਵਿੱਚ ਕਰੰਟ ਵਾਜ ਵਾਜ ਵੀ ਹਟਿਆ ਜਦੋਂ ਲੋਕਿਆਂ ਦੇ ਵੀ ਹੈ ਅੱਛਾ 1 ਘੰਟੇ ਛੱਡਦੀਆਂ ਬੱਸਾਂ ਭਾਈ ਸਾਹਿਬ ਉਹ ਵੀ ਫਿਰ ਡੇਪਿਟ ਲੋ ਸਾਹਿਬ ਉਹਦਾ ਮੋਸ਼ਨ ਉਹ ਤਾ ਦਿੰਦੇ ਕਹਿੰਦਾ ਹਾਂ ਛਡਾਈਆਂ ਕਿ ਨਹੀਂ ਫਿਰ ਉਸ ਲੜਾਈ ਝਗੜੇ ਜੇ ਪੈ ਗਏ ਤੇ 5 ਸਾਲ ਥੋੜੇ ਆ ਭਾਵੇਂ ਅੱਗੇ ਬਹੁਤ ਲੰਘੇ ਉਹਦੇ ਨਾਲੋਂ ਚੰਗਾ ਵੀ ਯਾਰ ਤੁਸੀਂ ਸਰਕਾਰ ਚੋਂ ਤੁਸੀਂ ਰ ਤੁਸੀਂ ਪਲਾਨ ਵੀ ਕਰ ਸਕਦੇ ਹੋ ਵੀ ਕਿੱਥੇ ਕੀ ਲੋੜ ਆ ਤੇ ਕਿਹੋ ਜੀ ਸਹੂਲਤ ਚਾਹੀਦੀ ਤੁਸੀਂ ਨਵੀਆਂ ਪਾਓ। ਵੀ ਅੱਜ ਕੱਲ੍ਹ ਭਾਈ ਅਸੀਂ ਏਸੀ ਪਾਉਣੀਆਂ ਆ ਅਸੀਂ ਵਾਲਵੋ ਪਾਉਣੀਆਂ ਆ ਅਸੀਂ ਫਲਾਣੇ ਥਾਂ ਦੇ ਪ੍ਰੈਸ ਰੂਟ ਤੇ ਚਲਾਉਣੀਆਂ ਆ ਅਸੀਂ ਇੱਧੇ ਚਲਾਉਣੀਆਂ ਉੱਥੇ ਵੀ ਚਲਾਉਣੀਆਂ। ਉਹਦੇ ਖਿਲਾਫ ਨਹੀਂ ਨਾ ਕੋਈ ਕੋਰਟ ਜਾਊਗਾ ਵੀ ਯਾਰ ਅਸੀਂ ਨਹੀਂ ਖੇਡਦੇ ਯਾਰ ਇਹਨਾਂ ਨੇ ਪੰਜ ਬੱਸਾਂ ਪਾ ਲਈਆਂ। ਉਹਦੇ ਤੁਸੀਂ ਆਪਣੀਆਂ ਪਾ ਲਈ। ਸੋ ਉਹਦੇ ਨਾਲ ਉਹ ਇਹ ਵੀ ਹੋਊਗਾ ਵੀ ਜਦੋਂ ਪੰਜ ਬੱਸਾਂ ਉੱਥੇ ਸੜਕ ਤੇ ਤੁਰੀਆਂ ਫਿਰਦੀਆਂ ਉਹਦੇ ਵਿੱਚ ਤੁਹਾਡੀਆਂ ਵੀ ਹੋਣਗੀਆਂ ਅਗਲੇ ਨੇ ਵੀ ਹੁਣ ਕੀ ਫਰਕ ਪੈਂਦਾ ਤੇ ਫਰਕ ਉੱਥੇ ਆਊਗਾ ਸਰਵਿਸ ਤੇ। ਫਿਰ ਹੋ ਸਕਦਾ ਵੀ ਤੁਹਾਡੇ ਵਾਲੇ ਬੰਦੇ ਨੂੰ ਹੀ ਲੋਡ ਪਵੇ ਵੀ ਨਹੀਂ ਯਾਰ ਇਦਾਂ ਨਹੀਂ ਮੰਤਰੀ ਸਾਹਿਬ ਉਹ ਤੋਂਵੇਂ ਦਿਆ ਆਪਾਂ ਨੂੰ ਹੀ ਰੁਗਣਾ ਪੈਣਾ ਮਾਤਾ ਨੂੰ ਮਾਤਾ ਕਹਿ ਕੇ ਭਾਉ ਨੂੰ ਭਾਉ ਜੀ ਕਹਿ ਕੇ ਚੜਾਉਣਾ ਪੈਣਾ ਤੇ ਟਾਈਮ ਨਾਲ ਉੱਥੇ ਪਹੁੰਚਾਉਣੀ ਵੀ ਪੈਣੀ ਹੈ ਮਤਲਬ ਉਸ ਵਾਲੇ ਪਾਸੇ ਆਇਆ ਜਾਵੇ ਤੇ ਫਿਰ ਹੋ ਸਕਦਾ ਵੀ ਇੱਕ ਕੰਪੀਟੀਸ਼ਨ ਇੱਕ ਹੈਲਦੀ ਕੰਪੀਟੀਸ਼ਨ ਹੋਵੇ ਜਿਹਦੇ ਨਾਲ ਅਸਲ ਫਾਇਦਾ ਲੋਕਾਂ ਦਾ ਹੋਵੇ ਇਹ ਨਹੀਂ ਵੀ ਆਪਾਂ ਚੋਕੇ ਅੰਦਰ ਦੇਤੀਆਂ ਤੇ ਲੋਕ ਵਿਚਾਰੇ ਬਸ ਢੀਕ ਦੇ ਫਿਰਦੇ ਸੰਤਾਲੀਆ ਸਾਹਿਬ ਵੈਸੇ ਵੀ ਕਿਸੇ ਦੀਆਂ ਬੱਸਾਂ ਕਾ ਨੂੰ ਅੰਦਰ ਦੇਣੀਆਂ ਜਿਹੜੀਆਂ ਕਾਨੂੰਨ ਮੁਤਾਬਕ ਨਹੀਂ ਚਲਦੀਆਂ ਉਹ ਅੰਦਰ ਦੇਣੀਆਂ ਕਿਸੇ ਸਪੈਸ਼ਲ ਬੰਦੇ ਦੀਆਂ ਤਾਂ ਦੇ ਦੂਸਰੀ ਵੀ ਗੱਲ ਜਿੰਨੇ ਇਹ ਗੱਲ ਤਾਂ ਹਰਪਾਲ ਸਿੰਘ ਚੀਮਾ ਸਾਹਿਬ ਨੂੰ ਭੁੱਲਰ ਸਾਹਿਬ ਨੂੰ ਆਕੇ ਥਾਪ ਦੇਣੀ ਚਾਹੀਦੀ ਛੇਤੀ ਕਰੋ ਯਾਰ ਛੇਤੀ ਕਰੋ ਤੇ ਦੋ ਕਾਰਨ ਨੇ ਇੱਕ ਤਾਂ ਜੇ ਬੱਸਾਂ ਵੱਧ ਚੱਲਣਗੀਆਂ ਚਾਰ ਪੈਸੇ ਆਉਣਗੇ ਤਾਂ ਉਹ ਖਜ਼ਾਨਾ ਮੰਤਰੀ ਨੇਰਪਾਲ ਸਿੰਘ ਚੀਮਾ ਸਾਹਿਬ ਹੂੰ ਉਹਨਾਂ ਦੇ ਕਟੋਰੇ 'ਚ ਵੱਧ ਪੈਸੇ ਆਉਣਗੇ ਦੂਸਰਾ ਜੇ ਬੱਸਾਂ ਵੱਧ ਚੱਲਣਗੀਆਂ ਉਹਦੇ ਪਿੱਛੇ ਐਡਵਰਟਾਈਜ਼ਮੈਂਟ ਵਾਲੇ ਬੋਰਡ ਲੱਗਦੇ ਹੁੰਦੇ ਆ ਜੇ ਐਸ ਕੰਪਨੀ ਨੇ ਮਸ਼ਹੂਰੀ ਕਰਨੀ ਉਹ ਚਾਰ ਪੈਸੇ ਹੋਰ ਵੱਧ ਆਉਣਗੇ ਤੀਸਰਾ ਘਟੋ ਘਟ ਆਪਣੇ ਕੀਤੇ ਕੰਮਾਂ ਦੀ ਮਸ਼ਹੂਰੀ ਤਾਂ ਆਪਣੀਆਂ ਬੱਸਾਂ ਤੁਸੀਂ ਕਰ ਹੀ ਸਕਦੇ ਹੋ ਆਹ ਯਾਨੀ ਬਹੁਤ ਵਧੀਆ ਕੰਮ ਹੈ ਜੇ ਅਗਲੇ ਪਾਸੇ ਹਾਂ ਜਿਨ੍ਹਾਂ ਦੀਆਂ ਕਿ ਤੂੰ ਕਾਨੂੰਨ ਮੁਤਾਬਕ ਚਲਦੀਆਂ ਪਾਰਟੀ ਭਾਵੇਂ ਕਿਸੇ ਦੀ ਵੀ ਉਹਨਾਂ ਨੂੰ ਹੱਥ ਨਾ ਲਾਉ ਭਾਈ ਹਾਂ ਨਹੀਂ ਕਿਉਂਕਿ ਉਹ ਲੜਾਈ ਹੈ ਉਸ ਲੜਾਈ ਚ ਪੈ ਕੇ ਹੋਣਾ ਗਿਆ ਵੀ ਉੱਪਰੋਂ ਕਿਸੇ ਨਾ ਕਿਸੇ ਕਿਸੇ ਕਸੂਤੇ ਜੇ ਪਰਮਟ ਸਟੇ ਲੈ ਆਇਆ ਨਾ ਅਗਲਾ ਬੰਦਾ ਤੇ ਮੁੜ ਕੇ ਤੁਸੀਂ ਬਾਅਦ ਚ ਕਹਿੰਦੇ ਵੀ ਅਸੀਂ ਕਰਨਾਂ ਤੇ ਚਾਹੁੰਨੇ ਆ ਉਸ ਟੇਲ ਆਏ ਆ ਅਦਾਲਤ ਨੇ ਹੱਥ ਬੰਨੇ ਆ ਅਦਾਲਤ ਨੇ ਸਾਡੇ ਹੱਥ ਬੰਨੇ ਤੇ ਅਦਾਲਤਾਂ ਦੇ ਜਿੰਨੇ ਜਿਹੜੇ ਇੱਕ ਰਾਂਹ ਹੱਥ ਬੰਨ੍ਹਦੇ ਨੇ ਅਗਲੇ ਨੂੰ ਪਤਾ ਉਹ ਲੈ ਹੁਣ ਆਪਣੇ 10 ਸਾਲ ਲੰਘ ਗਏ ਉਸ ਚੱਕਰ ਚ ਪੈਣ ਨਾਲੋਂ ਜਿਹੜਾ ਕੰਮ ਉਹ ਕਰਨ ਦੀ ਲੋੜ ਆ ਵੀ ਆਪਾਂ ਨੂੰ ਇਸ ਕੰਮ ਦੇ ਵਿੱਚ ਇੱਕ ਤੇ ਲੋਕਾਂ ਦਾ ਫਾਇਦਾ ਤੇ ਉਹਦੇ ਨਾਲ ਆਪਣੇ ਖਜ਼ਾਨੇ 'ਚ ਪੈਸੇ ਆਉਣ ਹੁਣ ਜਿਹੜਾ ਇਹ ਰੋਕਣਾ ਵੀ ਫੁਲਾਨੇ ਦੇ ਨਾਲ ਜਾਣ ਮੇਰੇ ਖਿਆਲ ਨਾਲ ਉਸ ਲੜਾਈ ਤੋਂ ਬਚਣਾ ਚਾਹੀਦਾ ਨਹੀਂ ਬਚਣਾ ਚਾਹੀਦਾ ਲਾਲਚੰਦ ਕਟਾਰੂ ਚੱਕ ਸਾਹਿਬ ਦੀ ਛੇਤੀ ਛੇਤੀ ਗੱਲ ਕਰ ਲਈ ਹੈ ਜੰਗਲਾਤ ਮੰਤਰੀ ਵੀ ਨੇ ਉਹ ਉਹਨ ਕਪਈ ਜ਼ਮੀਨ ਕੋ ਦੱਬਦਾ ਦੁੱਬਦਾ ਤਾਂ ਨਹੀਂ ਦਰਖਤ ਤਾਂ ਨਹੀਂ ਵੱਢ ਕੇ ਲਈ ਜਾਂਦਾ ਮਾਈਨਿੰਗ ਤਾਂ ਨਹੀਂ ਕਿਉਂ ਕਰੀ ਜਾਂਦਾ ਹੂੰ ਤਾਂ ਕਿਉਂਕਿ ਸੜਕਾਂ ਨਹੀਂ ਨਾ ਹੁੰਦੀਆਂ ਜੰਗਲਾਤ ਵਿਭਾਗ ਦੇ ਏਰੀਆ ਚ ਬਹੁਤੀਆਂ ਫੇਰ ਕਹਿੰਦੇ ਕਿਤੇ ਅੱਗ ਲੱਗ ਜੂ ਉਦੋਂ ਪਤਾ ਲੱਗਦਾ ਬਹੁਤਾ ਨੁਕਸਾਨ ਹੋ ਜਾਂਦਾ ਤੁਰੰਤ ਪਤਾ ਲੱਗ ਜਾ ਕੇ ਉਹ ਡਰੋਨ ਨਾਲ ਪਤਾ ਕਰਾਂਗੇ ਇੱਕ ਕਹਿੰਦੇ ਐਪ ਬਣਾ ਲੈਣੀ ਆ ਕਿ ਜੇ ਮੰਨ ਲਓ ਕਿਤੇ ਕੋਈ ਦਰਖਤ ਵੱਢਣ ਵਾਲਾ ਹੈਗਾ ਲੋੜ ਹੁੰਦੀ ਕਈ ਵਾਰੀ ਜ਼ਰੂਰੀ ਹੋ ਜਾਂਦਾ ਤੇ ਉਹ ਐਪ ਦੇ ਉੱਤੇ ਰਿਕੁਐਸਟ ਕਰੂਗਾ ਉਹਦੇ ਉੱਤੇ ਹੀ ਅਸੀਂ ਯੈਸ ਕਰਦਿਆ ਕਰਨੀ ਜਾਂ ਨੋ ਕਰਦਿਆ ਕਰਨੀ ਆ ਹੂੰ ਦਰਖਤ ਨਹੀਂ ਜੇ ਕਿਸੇ ਨੂੰ ਵੱਢਣ ਦਿੰਦੇ ਜੇ ਕਿਤੇ ਡਰੋਨ ਦੇ ਨਾਲ ਹੀ ਘਟਾਰੂ ਚੱਕ ਸਭ ਮੰਤੀ ਕਰ ਲੈਣਾ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਕਿਹਨੇ ਕਿਹਨੇ ਕਿੰਨੀ ਦੱਬੀ ਆ ਤੇ ਕਿੱਡੇ ਕਿੱਡੇ ਟੋਏ ਪਾਤੇ ਆ ਮਾਈਨਿੰਗ ਕਰ ਕਰਕੇ ਨਜਾਇਜ਼ ਉਹ ਵੀ ਹੂੰ ਫਿਰ ਚਾਰ ਪਾਈ ਹੋ ਰਾ ਸਕਦੇ ਆ ਨਹੀਂ ਨਹੀਂ ਬੜੇ ਸਾਮਨਾ ਆ ਸਕਦੇ ਬਾਕੀ ਚਲੋ ਤੁਰੇ ਆ ਇਸ ਪਾਸੇ ਹੁਣ ਜੇ ਤੁਰੇ ਆ ਤੇ ਮੇਰਾ ਖਿਆਲ ਕੁਛ ਨਾ ਕੁਛ ਤੇ ਕਰਕੇ ਵਿਖਾਉਣਗੇ ਬਾਕੀ ਜਦੋਂ ਕਰਕੇ ਵਿਖਾਉਣਗੇ ਫਿਰ ਆਪਾਂ ਉਹਨਾਂ ਦੀ ਗੱਲ ਵੀ ਕਰ ਲਵਾਂਗੇ ਜੀ ਹੁਣ ਕਿਹਦੀ ਗੱਲ ਕਰਨੀ ਆ ਮੈਨੂੰ ਲੱਗਦਾ ਮਨੀਸ਼ ਤਵਾੜੀ ਹੋਣ ਨਾਲ ਹੋਈ ਆ ਆਪਾਂ ਥੋੜਾ ਜਿਹਾ ਨਹੀਂ ਆਪਾਂ ਆ ਗਿਉਣਾ ਉਹ ਅੱਗੇ ਹੀ ਕਈਆਂ ਦਿਵਾਲੇ ਹੋਏ ਆ ਆਪਾਂ ਹੋ ਸਕਦੇ ਉਹ ਕਹਿੰਦੇ ਮਾੜੀ ਜਵਾਬ ਦਿਓ ਤੁਸੀਂ ਇੱਕ ਕਮੇਟੀ ਬਣਾਈ ਸੀ ਹਾਈ ਕਮਾਂਡ ਵਾਲਿਓ ਉਹ ਕਮੇਟੀ ਤੋਂ ਜਵਾਬ ਦੇ ਹੀ ਲਈ ਹੈ ਉਹ ਕਮੇਟੀ ਸੀ ਵੱਡੇ ਲੀਡਰਾਂ ਦੀ ਜਿਹੜੇ ਉੱਪਰਲੇ ਨੇ ਹੂੰ ਉਹ ਕਹਿੰਦੇ ਕਮੇਟੀ ਬਣਾ ਕੇ ਫੈਸਲੇ ਕਰਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਲਾਇਆ ਗਿਆ ਤੇ ਉਹਦਾ ਕੀ ਲਹਾ ਹੋਇਆ ਕਹਿੰਦੇ ਉਹ ਦੱਸੋ 2017 ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਕੇ ਤੁਸੀਂ ਕੀ ਖਟਿਆ ਕਹਿੰਦੇ ਉਹਦਾ ਜਵਾਬ ਦਿਓ ਫਿਰ ਕਹਿੰਦੇ ਹਰੀਸ਼ ਚੌਧਰੀ ਸਾਹਿਬ ਉਹਨਾਂ ਨੇ ਕਹਿੰਦੇ ਚੱਕ ਚਕਾ ਕੇ ਆ ਵੀ ਫੈਸਲਾ ਕਰਾਤਾ ਉਹ ਵੀ ਕਰਾਤਾ ਨੁਕਸਾਨ ਬੜਾ ਕਰਾਇਆ ਜਵਾਬਦੇਹੀ ਤੈਅ ਕਰੋ ਉਹਨਾਂ ਦੀ ਰਾਬਤ ਸਾਹਿਬ ਕਹਿੰਦੇ ਪਹਿਲਾਂ ਭਾਂਡਾ ਹੀ ਖਰਾਬ ਕਰ ਗਿਆ ਸਾਰਾ ਜਵਾਬਦੇਹੀ ਉਹਨਾਂ ਦੀ ਵੀ ਤੈਅ ਕਰੋ ਫਿਰ ਉਹਨਾਂ ਨੇ ਕਹਿ ਦਿੱਤੀ ਆਖਰੀ ਗੱਲ ਕਹਿੰਦੇ ਆ ਦੱਸੋ ਮਾੜਾ ਜਿਆ ਜਾਖੜ ਸਾਹਿਬ ਵਾਲੇ ਮਸਲੇ ਤੇ ਜਿੱਧਰਲੇ ਪਾਸੇ ਬਾਕੀ ਐਮਐਲਏ ਸੀ ਉਧਰਲੇ ਪਾਸੇ ਮੁੱਖ ਮੰਤਰੀ ਦੀ ਕੁਰਸੀ ਕਿਉਂ ਨਹੀਂ ਗਈ ਦੂਜੇ ਪਾਸੇ ਕਿਉਂ ਗਈ ਬਈ ਜਿੰਨੇ ਕ ਸਵਾਲ ਉਹਨਾਂ ਨੇ ਚੁੱਕ ਦਿੱਤੇ ਆ ਕਾਂਗਰਸ ਹਾਈ ਕਮਾਂਡ ਦੇ ਉੱਤੇ ਜਵਾਬ ਇੱਕ ਦਾ ਵੀ ਨਹੀਂ ਆਉਣਾ ਨੇ ਅਗਲੇ ਕੀ ਪਤਾ ਜਵਾਬ ਹੀ ਨਹੀਂ ਦੇ ਦਿਨ ਮੁੜ ਕੇ ਹੋਣਾ ਹੈ ਨਾ ਵੀ ਇਹ ਵੀ ਗੱਲ ਹੁੰਦੀ ਉਹ ਕਹਿੰਦਾ ਵੀ ਸਾਡੇ ਕੋਲ ਕੋਈ ਜਵਾਬ ਹੀ ਹੈ ਯਾਰ ਕਦੇ ਕਦੇ ਐ ਲੱਗਦਾ ਤਵਾੜੀ ਸਵਾ ਵੀ ਜਵਾਬ ਹੀ ਭਾਲ ਦਿਆ ਆਓ ਜੇ ਸਾਹ ਨਾ ਉਹਨਾਂ ਨੇ ਮਤਲਬ ਇਹ ਅੱਜਕੱਲ੍ਹ ਗਰਮੀ ਵਾਲਾ ਕੰਮ ਫੜਿਆ ਨਾ ਉਹ ਲੱਗਦਾ ਇਹੀ ਰਿਹਾ ਵੀ ਉਹ ਚਾਹੁੰਦੇ ਜ਼ਰੂਰ ਆ ਵੀ ਯਾਰ ਇੱਕ ਪਾਸਾ ਕਰ ਲੋ ਜਾਂ ਤੁਸੀਂ ਠੀਕ ਜਾਂ ਮੈਂ ਠੀਕ ਪਰ ਚੱਕਰ ਇਹ ਆ ਵੀ ਉਹਨਾਂ ਦੇ ਇਸ ਵਕਤ ਕਹਿਣ ਦਾ ਮੈਨੂੰ ਲੱਗਦਾ ਨਹੀਂ ਕੋਈ ਬਹੁਤਾ ਫਾਇਦਾ ਹੋ ਜੀ ਕਿਉਂਕਿ ਜਦੋਂ ਤੇ ਲੋਡ ਹੁੰਦੀ ਆ ਉਦੋਂ ਲੀਡਰ ਇਹਨਾਂ ਦੀ ਗੱਲ ਨਹੀਂ ਕਰਦਾ ਸਾਰੇ ਹੀ ਕੀ ਕਰੀਏ ਪਾਰਟੀਆਂ ਅਨਸ਼ਾਸਨ ਚ ਬੱਜੇ ਆ ਤੇ ਅਨਸ਼ਾਸਨ ਦੇ ਵਿੱਚ ਰਹਿੰਦਿਆਂ ਮੈਂ ਇੰਨੀ ਕੀ ਗੱਲ ਕਰ ਸਕਦਾ ਉਹ ਜਿਹੜੀ ਇੰਨੀ ਗੱਲ ਹੁੰਦੀ ਜਦੋਂ ਮਤਲਬ ਪੂਰਾ ਹੀ ਕੰਮ ਖਤਮ ਹੋ ਜਾਂਦਾ ਤੇ ਉਦੋਂ ਬਾਅਦ ਕੀ ਫਾਇਦਾ ਰੌਲਾ ਪਾਉਣ ਦਾ ਨਹੀਂ ਜ਼ਰੂਰੀ ਹੈ ਬਾਕੀ ਸੰਧਾਲਿਆ ਸਾਹਿਬ ਅਨਸ਼ਾਸਨ ਚ ਵੀ ਰਹਿਣ ਅਸੀਂ ਤਾਂ ਪੰਜਾਬ ਦੇ 117 ਵਿਧਾਇਕਾਂ ਨੂੰ ਬੇਨਤੀ ਕਰਦੇ ਤੁਸੀਂ ਵੀ ਅਨਸ਼ਾਸਨ ਚ ਰਹੋ ਨਹੀਂ ਤਾਂ ਪੱਛਮੀ ਬੰਗਾਲ ਚ ਜਿੱਦਾਂ ਇੱਕ ਦੂਜੇ ਦੇ ਕੱਪੜੇ ਪਾੜੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਜਿੱਦਾਂ ਇੱਕ ਦੂਸਰੇ ਨੂੰ ਚੱਕ ਚੱਕ ਮਾਰਿਆ ਝਈਆਂ ਲੈ ਲੈ ਪੈਂਦੇ ਸੀ ਇੱਕ ਜ਼ਖਮੀ ਵੀ ਹੋ ਗਿਆ ਕਈ ਸਸਪੈਂਡ ਵੀ ਕੀਤੇ ਹੁਣ ਇੱਕ ਦੂਸਰੇ ਦੋਸ਼ ਲਾਈ ਜਾਂਦੇ ਇਹ ਕੰਮ ਥੋੜੇ ਨਹੀਂ ਹੈਗੇ ਤੁਹਾਡਾ ਕਰਨ ਵਾਲਾ ਕੰਮ ਉਥੇ ਕੁਰਸੀ ਦੇ ਬੈਠ ਕੋਈ ਹੋਰ ਆ ਨਹੀਂ ਉਹ ਮਾੜੀ ਗੱਲ ਹੈ ਵੈਸੇ ਪੱਛਮੀ ਮਗਾਲ ਤੇ ਸਮਝ ਨਹੀਂ ਆਈ ਪੀ ਉਧਰ ਕਹਾਣੀ ਚਲੀ ਕਿਧਰ ਨੂੰ ਗਈ ਆ ਮਨੂ ਦਿਓ ਮੇਰੇ ਖਿਆਲ ਨਾਲ ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨਾਂ ਹੋਈਆਂ ਤੇ ਉਹਦੇ ਤੋਂ ਬਾਅਦ ਇਦਾਂ ਜਾਪਦਾ ਸੀ ਵੀ ਹਾਂ ਵੀ ਮਮਤਾ ਜੀ ਦੁਬਾਰਾ ਆ ਗਏ ਨੇ ਤੇ ਹੁਣ ਸ਼ਾਇਦ ਪੱਛਮੀ ਬੰਗਾਲ ਤਰੱਕੀ ਕਰ ਜੂਗਾ ਪਰ ਜਿਸ ਹਿਸਾਬ ਨਾਲ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਤੇ ਜਦੋਂ ਬਾਅਦ ਚੌਥਾ ਰੇਡ ਦਾ ਪਹਿਲਾਂ ਤੇ ਸੀ ਨਾ ਵੀ ਪੂਰੇ ਸਟੇਟ ਦੇ ਵਿੱਚ ਹੁੰਦਾ ਤੇ ਹੁਣ ਉਹੀ ਰੌਲਾ ਰੱਪਾ ਜੇ ਵਿਧਾਨ ਸਭਾ ਦੇ ਵਿੱਚ ਵੀ ਹੋਣ ਲੱਗ ਪਿਆ ਤੇ ਹੋਰ ਦੱਸੋ ਕੀ ਭਾਲਦੇ ਆ ਨਹੀਂ ਮੁਸ਼ਕਲ ਹੋ ਜਾਂਦਾ ਸੰਧਾਲੀਆ ਸਾਹਿਬ ਇਹ ਉਹ ਅੰਦਰ ਨਹੀਂ ਉਹ ਤਾਂ ਲੱਗਦਾ ਕਿ ਸੂਬੇ ਨੂੰ ਬਾਹਰ ਹੀ ਲੈ ਆਉਣਾ ਉਹਨਾਂ ਨੇ ਜੋ ਕੁਝ ਹਾਲਾਤ ਨੇ ਬਾਕੀ ਚੰਡੀਗੜ੍ਹ ਵਾਲਾ ਮਸਲਾ ਜਿਹੜਾ ਉਹ ਥੋੜੇ ਜਿਹਾ ਅੱਗੇ ਵਧ ਗਿਆ ਚੰਦੂ ਮਾਇਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਅਕਾਲੀ ਦਲ ਵੱਲੋਂ ਉਹ ਕਹਿੰਦੇ ਗਲਤ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੂੰ ਬਹੁਮਤ ਮਿਲਿਆ ਅੱਗੇ ਲੱਗਣਾ ਚਾਹੀਦਾ ਸੀ ਚੁੱਪ ਕਿਉਂ ਨੇ ਕੇਜਰੀਵਾਲ ਤੋਂ ਡਰਦੇ ਆ ਭਗਵੰਤ ਸਿੰਘ ਸਾਹਿਬ ਅਸੀਂ ਜਾਵਾਂਗੇ ਰਾਸ਼ਟਰਪਤੀ ਸਾਹਿਬ ਦੇ ਕੋਲੇ ਇਹ ਤਾਂ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਕੇਂਦਰ ਐ ਥੋੜੀ ਕਰ ਸਕਦੀ ਹੈ ਉਹਨਾਂ ਨੇ ਕਹਿਤਾ ਰੰਧਾਵਾ ਸਾਹਿਬ ਨੇ ਵੀ ਕਿਹਾ ਖੈਰਾ ਸਾਹਿਬ ਨੇ ਵੀ ਕਿਹਾ ਤੇ ਕਈ ਕੁਸ਼ ਕਿਹਾ ਤੇ ਮੁੜ ਕੇ ਫਿਰ ਚੀਮਾ ਸਾਹਿਬ ਨਿਤਰੇ ਆ ਅਨੇ ਉਧਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਵੀ ਪੁੱਛਦੇ ਸਵਾਲ ਉਹ ਕਹਿੰਦੇ ਵੀ ਮਹਾਰਾਜ ਆ ਤਾਂ ਕਮਾਲ ਹੋ ਗਈ ਹੈ ਮਾਨ ਸਾਹਿਬ ਇਹਦਾ ਸਾਰਾ ਕੁਝ ਮਤਲਬ ਤੁਸੀਂ ਦੇਖ ਉਧਰ ਫੜਾ ਕੇ ਤੇ ਮੁੜ ਗਿਆ ਕਿ ਨੇ ਮੈਨੂੰ ਪਤਾ ਹੀ ਨਹੀਂ ਵੱਡੇ ਬਾਦ ਸਾਹਿਬ ਬੋਲੇ ਉਹ ਕਹਿੰਦੇ ਵੀ ਬੜੇ ਦੁੱਖ ਦੀ ਗੱਲ ਹੈ ਵੀ ਪੰਜਾਬ ਨਾਲ ਇਹ ਸਾਰਾ ਕੁਝ ਹੁੰਦਾ ਆ ਵੀ ਯਾਰ ਜਿੰਨੇ ਵੀ ਤੁਸੀਂ ਸਟੇਟ ਤੋਂ ਬਾਅਦ ਦੂਜੀ ਸਟੇਟ ਬਣਾਏ ਤੇ ਜਿਹੜੀ ਪੇਰੈਂਟ ਸਟੇਟ ਹੁੰਦੀ ਸੀ ਪੇਰੈਂਟ ਸਟੇਟ ਵੀ ਜਿੱਥੋਂ ਕੱਟ ਕੇ ਦੂਜਾ ਰਾਜ ਬਣਾਇਆ ਵੀ ਰਾਜਧਾਨੀ ਤੁਸੀਂ ਉਹਨੂੰ ਦੇ ਦਿੰਦੇ ਹੋ ਤੇ ਜਾਂ ਜਿਹੜਾ ਬਣਾਇਆ ਜਾਂਦਾ ਹੁੰਦਾ ਉਹਨੂੰ ਰਾਜਧਾਨੀ ਬਣਾਉਣ ਲਈ ਸਹਾਇਤਾ ਦੇ ਦਿੱਤੀ ਜਾਂਦੀ ਵੀ ਆਲੋਜੀ ਤੁਸੀਂ ਆਪਣੀ ਨ ਵੀ ਇਹ ਪੰਜਾਬ ਨੂੰ ਕੱਟ ਕੇ ਜਦੋਂ ਸਾਰਾ ਕੁਝ ਕੀਤਾ ਗਿਆ ਵੀ ਨਾ ਤਾਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਨਾ ਕੁਝ ਹੋਰ ਹੀ ਕੀਤਾ ਹਾਂ ਜਿਹੜਾ ਉਹ ਮਾੜਾ ਮੋੜ ਕਹਿੰਦੇ ਵੀ ਅਸੀਂ ਸੋਚਦੇ ਸੀਗੇ ਵੀ ਸਾਡਾ ਆ ਸਾਡਾ ਆ ਚੰਡੀਗੜ੍ਹ ਜੀ ਉਹ ਵੀ ਕਹਿੰਦੇ ਹੌਲੀ ਹੌਲੀ ਖੋਲਿਆ ਦੱਸੋ ਸੰਧਾਲੀਆ ਸਭ ਗੱਲਾਂ ਠੀਕ ਐ ਕਾਂਗਰਸੀ ਕਹਿੰਦੇ ਅਸੀਂ ਵੀ ਸੰਘਰਸ਼ ਕਰਨਾ ਚੀਮਾ ਸਾਹਿਬ ਤੇ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਕਿ ਅਸੀਂ ਵੀ ਲੜਾਈ ਲੜਾਂਗੇ ਆਖਰੀ ਤਮ ਤੱਕ ਅਕਾਲੀ ਦਰਾਲ ਨੇ ਤਾਂ ਲੜਨੀ ਆ ਲੜਾਈ ਹੁਣ ਮੇਰੇ ਮਨ ਚ ਵੈਸੇ ਹੀ ਆਉਂਦਾ ਸੀ ਕਿ ਠੀਕ ਐ ਸਾਰੀਆਂ ਹੀ ਤਰ੍ਹਾਂ ਆਮ ਆਦਮੀ ਪਾਰਟੀ ਅਕਾਲੀ ਤੇ ਕਾਂਗਰਸ ਸਾਰੀ ਏ ਤਰ੍ਹਾਂ ਕਹਿੰਦੀਆਂ ਗਲਤ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਗਲਤ ਹੋਇਆ ਇਹ ਵਾਪਸ ਹੋਣਾ ਚਾਹੀਦਾ ਫੈਸਲਾ ਮੈਂ ਸੋਚਦਾ ਸੀ ਕਿ ਕਈ ਫੈਸਲੇ ਹੋਏ ਆ ਇੱਕ ਖੇਤੀਬਾੜੀ ਦੇ ਕਾਨੂੰਨ ਬਣੇ ਸੀ ਫੇਰ ਆ 50 ਕਿਲੋਮੀਟਰ ਤੱਕ ਬੀਐਸਐਫ ਨੇ ਦਿੱਤਾ ਸੀ ਇਦਾਂ ਹੀ ਇਹ ਸਾਰੇ ਲੀਡਰ ਪੰਜਾਬ ਦੇ 50 ਕਿਲੋਮੀਟਰ ਵਾਲੇ ਲੈ ਲਓ ਆਪਾਂ ਕਹਿੰਦੇ ਅਸੀਂ ਗਲਤ ਹੈ ਜੀ ਸੂਬੇ ਦੇ ਅਧਿਕਾਰਾਂ ਤੇ ਡਾਕਾ ਜੀ ਕੋਈ ਮੰਗ ਪੱਤਰ ਦੇਣ ਗਿਆ ਸੀ ਕਿਸੇ ਨੇ ਧਰਨਾ ਦਿੱਤਾ ਸੀ ਪ੍ਰੈਸ ਕਾਨਫਰੰਸਾਂ ਸਾਰਿਆਂ ਨੇ ਕੀਤੀਆਂ ਸੀ ਉਹ ਕਿਸੇ ਪਾਸੇ ਵੀ ਨਹੀਂ ਲੱਗਾ ਲੀਡਰਸ਼ਿਪ ਕਰਕੇ ਸੀ ਖੇਤੀ ਕਾਨੂੰਨਾਂ ਵਾਲੇ ਮਸਲੇ ਗਲਤ ਜੀ ਸੂਬੇ ਦੇ ਅਧਿਕਾਰ ਖੇਤਰ ਚੋਂ ਦਾ ਜੀ ਕੇਂਦਰ ਕਿੱਦਾਂ ਬਣਾ ਲੂ ਜੀ ਸੰਗੀ ਢਾਂਚੇ ਦਾ ਅਪਮਾਨ ਜੀ ਬੜਾ ਰੌਲਾ ਪਿਆ ਪ੍ਰੈਸ ਕਾਨਫਰੰਸਾਂ ਹੋਈਆਂ ਲਾਈਵ ਹੁੰਦੇ ਸੀ ਲੀਡਰ ਇਹਦੇ ਤੋਂ ਇਲਾਵਾ ਬੈਸਾਂ ਦੇ ਵਿੱਚ ਜਾਂਦੇ ਸੀ ਟੀਵੀ ਡਿਬੇਟਸ ਦੇ ਵਿੱਚ ਜਾਂਦੇ ਸੀ ਮੰਗ ਪੱਤਰ ਦੇ ਕੇ ਆਏ ਕੋਈ ਧਰਨਾ ਦੇ ਕੇ ਆਏ ਵੇਜ ਉਪਰ ਕਰਕੇ ਬਹਿ ਗਏ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਤੁਸੀਂ ਹਾਜ਼ਰੀਆਂ ਲਵਾਉਣੇ ਹੋ ਸਾਰੀਆਂ ਪਾਰਟੀਆਂ ਵਾਲੇ ਜਾਂ ਕਾਨੂੰਨੀ ਤੌਰ ਤੇ ਢਾਂਗ ਦੱਸੋ ਪੰਜਾਬ ਦੇ ਲੋਕਾਂ ਨੂੰ ਹੂੰ ਕੀ ਆ ਸੰਵਿਧਾਨ ਕਹਿੰਦਾ ਇੱਥੇ ਗਲਤ ਹੋਇਆ ਅਸੀਂ ਚੱਲੇ ਅਦਾਲਤ ਤਾਂ ਇਦਾਂ ਇਹਨੂੰ ਹੱਲ ਕਰਾ ਕੇ ਆਵਾਂਗੇ ਜੇ ਤੁਹਾਡਾ ਕੰਮ ਕੇਂਦਰ ਦਾ ਕੰਮ ਹੈ ਫੈਸਲਾ ਲੈਣਾ ਅਗਲੇ ਲਈ ਜਾਂਦੇ ਆ ਮਾੜਾ ਲੈਂਦੇ ਚੰਗਾ ਲੈਂਦੇ ਤੇ ਤੁਹਾਡਾ ਕੰਮ ਰਿਐਕਟ ਕਰਕੇ ਚੁੱਪ ਕਰਕੇ ਘਰੇ ਥੋੜੀ ਬਹਿ ਜਾਣਾ ਯਾਨੀ ਕੱਲ ਨੂੰ ਤੂੰ ਕੀ ਤੁਹਾਨੂੰ ਬੁਸ਼ੇ ਅਸੀਂ ਜੀ ਧਰਨਾ ਦਿੱਤਾ ਅਸੀਂ ਜੀ ਮੰਨ ਪੱਤਰ ਦਿੱਤਾ ਅਸੀਂ ਜੀ ਉਹਦੇ ਪ੍ਰੈਸ ਕਾਨਫਰੰਸ ਕੀਤੀ ਮਸਲਾ ਤਾਂ ਨਹੀਂ ਹੱਲ ਹੋਇਆ ਨਾ ਇਹਦਾ ਵੀ ਇਦਾਂ ਹੀ ਹੋਣਾ ਮੈਨੂੰ ਲੱਗਦਾ ਇਹ ਹੋਣਾ ਇਹਦੇ ਪਿੱਛੇ ਕਾਰਨ ਪਤਾ ਕੀ ਵਰਡਸ ਇਹਦੇ ਪਿੱਛੇ ਕਾਰਨ ਹੈ ਵੀ ਇਹ ਉਹ ਮੁੱਦੇ ਨੇ ਜਿਹੜੇ ਸਿਆਸਤ ਲਈ ਜ਼ਰੂਰੀ ਹੈ ਪਰ ਆਮ ਬੰਦਾ ਜਿਹੜਾ ਨਾ ਉਹਦੀ ਜ਼ਿੰਦਗੀ 'ਚ ਕੋਈ ਬਹੁਤਾ ਅਸਰ ਪਾਉਂਦੇ ਨਹੀਂ ਮੈਂ ਬੜੀ ਵਾਰ ਇਹ ਗੱਲ ਕਰਦਾ ਹਾਂ ਨਾ ਮੈਂ ਨਹੀਂ ਕਹਿੰਦਾ ਵੀ ਹਾਂ ਵੀ ਪੰਜਾਬ ਨੂੰ ਪੰਜਾਬ ਤੋਂ ਚੰਡੀਗੜ੍ਹ ਖੋਲੋ ਜੀ ਪੰਜਾਬ ਨੂੰ ਰਾਜਧਾਨੀ ਨਾ ਦਿਓ ਇਹ ਮੁੱਦੇ ਹੋਣੇ ਚਾਹੀਦੇ ਪਰ ਇਹਨਾਂ ਮੁੱਦਿਆਂ ਦੇ ਨਾਲ ਨਾਲ ਜਦੋਂ ਦਾ ਇਹ ਚੰਡੀਗੜ੍ਹ ਵਾਲਾ ਮੁੱਦਾ ਪੰਜਾਬ ਨੂੰ ਤੁਸੀਂ ਵੰਡ ਕੇ ਐਡ ਕੀਤਾ ਜਿਵੇਂ 66 ਤੋਂ ਤੁਰੇ ਹੋਣੇ ਆ ਇਹਦਾ ਮੁੱਦਾ ਹੀ ਬਣਾਇਆ ਆਪਾਂ ਜੀ ਜੇ 66 ਤੋਂ ਬਾਅਦ ਤੁਸੀਂ ਪੰਜਾਬ ਲੈ ਲਿਆ ਸੀ ਪੰਜਾਬ ਵੰਡ ਲਿਆ ਸੀ ਜਾਂ ਬਾਕੀ ਸੂਬੇ ਬਣ ਗਏ ਸੀ 66 ਤੋਂ ਲੈ ਕੇ ਹੁਣ 2022 ਤੱਕ ਪੰਜਾਬ ਨੂੰ ਇਦਾਂ ਦਾ ਬਣਾ ਦਿੰਦੇ ਵੀ ਯਾਰ ਪੰਜਾਬੀਆਂ ਕੋਲੇ ਹੋਰ ਕੋਈ ਮੁੱਦਾ ਨਾ ਹੁੰਦੇ ਉਹ ਕਹਿੰਦੇ ਯਾਰ ਵਿਹਲੇ ਹੋ ਗਏ ਹੁਣ बस ਇੱਕੋ ਆਪਾਂ ਰਾਜਧਾਨੀ ਲੈਣੀ ਆ ਆਓ ਚਲਿਏ ਦਿੱਲੀ ਆਓ ਚਲਿਏ ਫਿਰ ਤਾਂ ਗੱਲ ਹੁੰਦੀ ਇਹਦਾ ਮਤਲਬ ਇਹ ਹੋ ਗਿਆ ਵੀ 66 ਤੋਂ ਲੈ ਕੇ 22 ਤੱਕ ਆਪਾਂ ਹੋਰ ਤਾਂ ਸਿਆਪੇ ਇੰਨੇ ਕਿ ਖਿਲਾਰ ਦੇ ਵੀ ਲੋਕ ਕਹਿੰਦੇ ਵੀ ਭਰਾਵਾ ਸਾਡੇ ਕੋਲੇ ਤਾਂ ਆਪਣੀ ਤਾਂ ਨਹੀਂ ਸੁਲਝਾਈ ਜਾਂਦੀ ਤੇ ਆਪਾਂ ਤੁਹਾਡੇ ਚੰਡੀਗੜ੍ਹ ਨੂੰ ਕੀ ਲੈਣਾ ਹੈ ਬਾਕੀ ਅਸੀਂ ਇਸ ਗੱਲ 'ਚ ਨਹੀਂ ਹੈਗੇ ਕਿ ਚੰਡੀਗੜ੍ਹ ਲੈਣਾ ਜੇ ਤਾਂ ਪੰਜਾਬ ਦਾ ਪੰਜਾਬ ਨੂੰ ਮਿਲੇ ਭਾਈ ਪਰ ਅਸੀਂ ਇਹ ਵੀ ਗੱਲ ਕਰਦੇ ਕਿ ਅੱਧੇ ਲੀਡਰ ਮੈਂ ਕਿਹਨਾਂ ਸਿਆਸੀ ਪਾਰਟੀਆਂ ਦੇ ਇਧਰਲੇ ਪਾਸੇ ਨੂੰ ਲੱਗ ਜਾਣ ਕਿ ਚੰਡੀਗੜ੍ਹ ਲੈ ਆਓ। ਬਾਕੀ ਇਧਰ ਵੀ ਲਾਈਨ ਕਿ ਲੁਧਿਆਣੇ 'ਚ ਵੀ ਟ੍ਰੈਫਿਕ ਸਿਸਟਮ ਚੰਡੀਗੜ੍ਹ ਵਾਲਾ ਕਰਦੀ ਹੈ ਭਾਈ। ਵੈਸੇ ਗੱਲ ਹੀ ਕਰਦੇ ਆ ਨਾ ਕਿ ਮਾੜਾ ਜਿਹਾ ਕੋਈ ਹੋਰ ਜਿਹੜਾ ਹੁਣ ਮਨ ਲਾ ਕੇ ਮੈਂ ਤੁਹਾਡੇ ਨਾਲ ਲੜੀ ਜਾਵਾਂ ਕਿ ਆਹ ਜਿਹੜਾ ਕੱਪ ਜਿਹਦੇ ਵਿੱਚ ਚਾਹ ਦੀ ਜਗ੍ਹਾ ਤੇ ਪਾਣੀ ਹੈ ਇਸ ਵੇਲੇ ਇਹ ਕੱਪ ਨੂੰ ਮੈਂ ਛੱਡ ਦਿਆਂ। ਇਹ ਤੇ ਮੱਖੀਆਂ ਬੈਂਦੀਆਂ ਇਹ ਚ ਘਟਾ ਪੈਂਦਾਵੇਂ ਉਹਨੂੰ ਨਾ ਦੇਖਾਂ ਤੇ ਥੋੜੇ ਵਾਲੇ ਦੇ ਉੱਤੇ ਹੱਥ ਰੱਖੀਆਂ ਮੈਨੂੰ ਨਾ 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 ਇਹ ਚ ਨਾ ਕੁਝ ਬੈਜੇ ਇਹ ਮੇਰਾ ਜੀ ਨਹੀਂ ਇਹ ਸਿਆਸ ਕਰਦੇ ਵੀ ਚਲੋ ਇਹਦੇ ਤੇ ਜ਼ਰੂਰ ਸੋਚਿਆ ਜਾਊਗਾ ਬਾਕੀ ਕਦੀ ਤੇ ਐਂ ਲੱਗਦਾ ਵੀ ਯਾਰ ਕੇਂਦਰ ਨੂੰ ਲੱਗਦਾ ਵੀ ਹੁਣ ਤੰਗ ਕਰੂ ਪੰਜਾਬ ਨੂੰ ਹੂੰ ਹੂੰ ਕਦੀ ਐਂ ਲੱਗਦਾ ਵੀ ਯਾਰ ਨਹੀਂ ਕੇਂਦਰ ਵਾਲਿਆਂ ਨੂੰ ਜਾਬਦਾ ਵੀ ਨਹੀਂ ਇੰਨਾ ਤੰਗ ਨਾ ਕਰੀਏ ਕਿਉਂਕਿ ਹੁਣ ਪੰਜਾਬ ਦੇ ਵਿੱਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਆ ਤੇ ਆਪਾਂ ਬੜੀ ਬਿਨਾਂ ਜ਼ਿਕਰ ਕਰ ਦਿੰਨੇ ਵੀ ਯਾਰ ਇਹਦੇ ਲਈ ਪੈਸਾ ਕੇਂਦਰ ਤੋਂ ਆਣਾ ਓ ਸਿਸ਼ੀਅਲ ਲਿਮਟ ਹੁੰਦੀ ਹੈ ਰਿਜ਼ਰਵ ਬੈਂਕ ਨੇ ਅਪਰੂਵ ਕਰਨੀ ਜਿੰਨੀ ਕਿ ਇਹਨਾਂ ਨੇ ਮੰਗੀ ਆ ਉਹਦਾ ਕਾਫੀ ਜਿਹਾ ਮੇਰੇ ਖਿਆਲ 24000 ਕਰੋੜ ਸਮਥਿੰਗ ਕੁਝ ਉਹ ਉਹਨਾਂ ਨੇ ਅਪਰੂਵ ਕਰਕੇ ਦੇ ਦਿੱਤਾ ਹੈ ਨਾਲ ਦੀ ਨਾਲ ਹੀ ਸ਼ਾਮਾ ਜੀ ਨੂੰ ਭਗਵੰਤ ਸਿੰਘ ਸਾਹਿਬ ਨੇ ਟਵੀਟ ਕਰਤਾ ਉਹ ਕਹਿੰਦਾ ਪ੍ਰਵਾਹ ਨਹੀਂ ਕਰਨੀ ਖੂਨ ਪਸੀਨੇ ਨਾਲ ਕਮਾਈ ਜਿਹੜੀ ਕੀਤੀ ਹੈ ਨਾ ਉਹਦਾ ਕੱਲਾ ਕੱਲਾ ਦਾਣਾ ਆਪਾਂ ਚੁੱਕਾਂਗੇ ਮੇਰੇ ਤੇ ਯਕੀਨ ਰੱਖਿਓ ਤਾਂ ਮਤਲਬ ਹੁਣ ਕਣਕ ਦੀ ਚਕਾਈ ਤੇ ਹੋਜੂ ਟਾਈਮ ਨਾ ਨਹੀਂ ਜਿਹੜਾ ਉਹਨਾਂ ਨੇ ਟਵੀਟ ਦੇ ਵਿੱਚ ਕਹੀ ਨਾ ਕਿ ਕਿਸਾਨਾਂ ਦੇ ਰੁਲੰਦਾ ਸਮਾਂ ਹੁਣ ਲੰਘ ਚੁੱਕਿਆ ਬੀਤ ਚੁੱਕਿਆ ਹੂੰ ਮੈਨੂੰ ਲੱਗਦਾ ਕਿ ਜੇ ਕੈਸ਼ ਕ੍ਰੈਡਿਟ ਲਿਮਿਟ ਰਿਜ਼ਰਵ ਬੈਂਕ ਆਫ ਇੰਡੀਆ ਨੇ ਅਪਰੂਵ ਕਰਤੀ 24000 ਕਰੋੜ ਤੋਂ ਵੱਧਦੀ ਉਹਦੇ ਨਾਲ ਇੱਕ ਕੰਮ ਹੋ ਜਾਣਾ ਕਿ ਪੈਸੇ ਵੇਲੇ ਸਿਰ ਮਿਲ ਜਾਣੇ ਕਿਸਾਨਾਂ ਨੂੰ ਹੂੰ ਦੂਸਰਾ ਜੇ ਬਾਰਦਾਨਾ ਵੀ ਸਮੇਂ ਸਿਰ ਆ ਗਿਆ ਬਾਰਦਾਨਾ ਆਉਣ ਦਾ ਮਤਲਬ ਹੁੰਦਾ ਕਿ ਲਿਫਟਿੰਗ ਹੋ ਗਈ ਕਿਉਂਕਿ ਮੰਡੀ ਦੇ ਵਿੱਚ ਕਣਕ ਆ ਗਈ ਜੇ ਬੂਰੀਆਂ ਜਾਨੀ ਕਿ ਬਾਰਦਾਨਾ ਆਇਆ ਪਿਆ ਆਹ ਵਿਕੀ ਆਹ ਭਰੀ ਟਰੱਕ 'ਚ ਲੱਦੀ ਭੇਜਦੀ ਮਤਲਬ ਜੇਬ ਗੁਲਾਬੀ ਹੋ ਜਾਂਦੀ ਹੈ ਹਾਂ ਗੁਲਾਬੀ ਹੋ ਜਾਂਦੀ ਤੇ ਹਾਂ ਗੁਲਾਬੀ ਨੋਟਾਂ ਵਾਲੀ ਨਹੀਂ ਪਰਚੀ ਹੁੰਦੀ ਗਲਾਰੀ ਉਹ ਕੱਢ ਕੇ ਦੇ ਦਿੰਦਾ ਵੀ ਇੰਨੀਆਂ ਬੋਰੀਆਂ ਜਾਓ ਪਰ ਉਹਦੇ ਵਿੱਚ ਇਹਨਾਂ ਨਾਲ ਲਿਫਟਿੰਗ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਕਿ ਮੰਡੀ ਦੀ ਥਾਂ ਖਾਲੀ ਹੋ ਜਵੇ ਤੇ ਕੰਬਾਈਨ ਜਿਹਦੇ ਲੱਗੀ ਹੈ ਉਹ ਢੇਰੀ ਕਰ ਦੇਵੇ ਆਪਣੀ ਅਗਲੀ ਕਣਕ ਪਰ ਇੱਥੇ ਇੱਕ ਸਮੱਸਿਆ ਜ਼ਰੂਰ ਆ ਸਕਦੀ ਹੈ ਉਹ ਕੁਦਰਤੀ ਹੈ ਜੇ ਦਿਨ ਪੱਧਰੇ ਰਹਿਣ ਦਿਨ ਸਾਫ਼ ਹੋਣ ਹੁਣ ਵੈਸੇ ਗਰਮੀ ਥੋੜੀ ਘਟੀ ਹੈ ਜੇ ਦਿਨ ਸਾਫ਼ ਰਹਿਣਗੇ ਉਹ 20 ਦਿਨ ਦਾ ਸੀਜ਼ਨ ਹੁੰਦਾ ਹੁਣ ਉਹ 20 ਦਿਨ ਕਿਤੇ ਮੀਂਹ ਨਾ ਪਵੇ ਫਿਰ ਸਾਰਾ ਕੰਮ درست ਹੋ ਜਾਊਗਾ ਕਹਿਣ ਵਾਲੇ ਦੇ ਵੀ ਕਹਿੰਦੇ ਜੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕਣਕ ਦਾ ਭਾਅ ਬੜਾ ਵਧਿਆ ਰੂਸ ਤੇ ਯੂਕਰੇਨ ਦੀ ਲੜਾਈ ਲੱਗੀ ਐ ਇਸ ਕਰਕੇ ਐ ਕਿ ਕਣਕ ਬਹੁਤੀ ਤਾਂ ਵੀ ਵਿਕਣੀ ਐ ਕਿ ਉਧਰ ਭੇਜਣੀ ਕਿਸੇ ਕਾਰਨ ਕਰਕੇ ਵੀ ਵਿਗੇ ਕਣਕ ਵਿਕਣੀ ਚਾਹੀਦੀ ਐ ਅੱਗੋਂ ਤੋਂ ਪ੍ਰਬੰਧ ਆਪਾਂ ਦੁਰਸਤ ਕਰ ਲਈ ਐ ਪਰ ਇਥੇ ਸੰਧਾਲੀਆ ਸਭ ਇੱਕ ਚੀਜ਼ ਜਿੱਧਰਲੇ ਪਾਸੇ ਥੋੜਾ ਜਿਹਾ ਧਿਆਨ ਜਿਹੜਾ ਉਹ ਦੇਣਾ ਪਊਗਾ ਉਹ ਦੇਣਾ ਪਊਗਾ ਕਿ ਕੱਲਾ ਇਹੀ ਮਸਲਾ ਨਹੀਂ ਹੈ ਮਸਲੇ ਹੋਰ ਵੀ ਕਿੰਨੇ ਹੀ ਨੇ ਜਿਹੜੇ ਕਿ ਖੇਤੀਬਾੜੀ ਦੇ ਨਾਲ ਜੁੜਦੇ ਆ ਜੇ ਕਣਕ ਵਿਲੇ ਸਰਚੱਕ ਹੋ ਗਈ ਲੋਕਾਂ ਨੂੰ ਚੰਗਾ ਲੱਗਿਆ ਹੋਊਗਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਟਵੀਟ ਕੀਤਾ ਕਿ ਥੋੜਾ ਦਾਣਾ ਦਾਣਾ ਕਣਕ ਦਾ ਚੱਕਾਂਗੇ ਵਧੀਆ ਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਖੇਤੀ ਦੇ ਜਿਹੜੇ ਕਰਜ਼ ਦੇ ਮਸਲੇ ਨੇ ਆ ਦਵਾਈਆਂ ਕਿਉਂਕਿ ਜਦੋਂ ਆਪਾਂ ਛੋਨਾ ਲਾਉਣਾ ਨਾ ਖਾਦ ਤੇ ਦਵਾਈਆਂ ਸਭ ਤੋਂ ਵੱਧ ਛੋਨੇ ਨੂੰ ਹੀ ਪੈਂਦੀਆਂ ਬਹੁਤੇ ਪੰਜਾਬ ਦੇ ਵਿੱਚ ਉਹ ਠੀਕ ਹੋਣ ਚੰਗੇ ਤਰੀਕੇ ਆਉਣ ਉਹਦੇਲੇ ਪਾਸੇ ਵੀ ਧਿਆਨ ਚਾਹੀਦਾ ਇਹ ਵੀ ਪ੍ਰਬੰਧ ਕਰ ਲੈਣਾ ਚਾਹੀਦਾ ਕਿਉਂਕਿ ਡੀਪੀ ਦਾ ਰੋਲਾ ਮੜ ਮੜਾ ਜਾ ਪੈਣ ਲੱਗ ਪਿਆ ਹਾਲਾਂਕਿ ਚਲੋ ਹੁਣ ਬਹੁਤੀ ਲੋਡ ਨਹੀਂ ਪੈਂਦੀ ਪਰ ਫਿਰ ਵੀ ਜਿਹੜੀਆਂ ਬਾਕੀ ਫਸਲਾਂ ਉਹਨਾਂ ਨੂੰ ਤਾਂ ਲੋਡ ਪੈਣੀ ਪੈਣੀ ਆ ਦੂਜੀ ਚੀਜ਼ੇ ਵੀ ਵਿਚਵਾਜ ਵੀ ਰੌਲਾ ਵੀ ਸ਼ਾਇਦ ਕੇਂਦ੍ਰਿਤ ਕੀ ਫਿਰ ਦਬਾਅ ਪਾਵੇ ਤੇ ਪੈਸੇ ਸਿੱਧੇ ਕਿਸਾਨਾਂ ਦੇ ਖਾਤੇ ਚ ਪਾਇਓ ਇਹ ਪਿਛਲੀ ਵਾਰਾਂ ਵੀ ਪਿਆ ਸੀਗਾ ਰੌਲਾ ਉਦੋਂ بڑا ਇਸ਼ੂ ਬਣ ਗਿਆ ਓਹ ਹੋ ਹੋ ਅੱਛਾ ਇਹ ਤੇ ਹੁਣ ਸਾਡੀਆਂ ਫਰਦਾਂ ਹੀ ਲੈ ਲੈਣ ਲੱਗਿਆ ਆਏ ਤੇ ਫਿਰ ਹੁਣ ਉੱਥੇ ਜਾ ਕੇ ਸਾਰਾ ਕੁਝ ਨਿਸ਼ਰ ਹੋ ਜਾਣਾ ਉਹ ਫਰਦਾਂ ਲੈ ਕੇ ਉਹਨਾਂ ਕਿਹੜਾ ਵੀ ਚੋਕੇ ਮੋਢੇ ਤੇ ਰੱਖ ਕੇ ਤੇ ਹੋਰ ਲੈ ਜਾਣੀ ਜ਼ਮੀਨ ਤੇ ਉੱਥੇ ਰਹਿਣੀ ਹਾਂ ਇਹ ਵਾਲਾ ਮਸਲਾ ਮੇਰੇ ਖਿਆਲ ਨਾਲ ਜ਼ਰੂਰ ਸਰਕਾਰ ਹੱਲ ਕਰ ਲਵੇ ਵੀ ਯਾਰ ਆਰਤੀ ਕੀ ਕੰਮ ਕਰਦੇ ਨੇ ਉਹਨਾਂ ਦਾ ਕਿੰਨਾ ਯੋਗਦਾਨ ਹੈ ਜੀਰ ਨੂੰ ਲੱਗਦਾ ਵੀ ਅਸੀਂ ਯਾਰ ਪਹਿਲਾਂ ਐਡਵਾਂਸ ਦਿੱਤਾ ਹੁੰਦਾ ਤੇ ਸਾਨੂੰ ਆਪਣੇ ਪੈਸੇ ਮਰਨ ਦਾ ਫਿਕਰਾ ਉਹਦਾ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇ ਜੇ ਕੇਂਦਰ ਸਰਕਾਰ ਇਸ ਚੀਜ਼ ਲਈ ਮਜਬੂਰ ਕਰਦੀ ਹੈ ਵੀ ਯਾਰ ਅਸੀਂ ਨਹੀਂ ਚਾਹੁੰਦੇ ਵਿੱਚ ਵਿਚੋਲਾ ਪਵੇ ਸੀ ਸਿੱਧੇ ਪੈਸੇ ਦੇਣੇ ਆ ਤਾਂ ਉਹਦਾ ਵੀ ਕੋਈ ਇਹੋ ਜਿਹਾ ਹੱਲ ਕੱਢ ਲਿਆ ਜਾਵੇ ਇਹਦੇ ਕਿਉਂਕਿ ਕੇਂਦਰ ਦਾ ਤਾਂ ਲੈਣਾ ਦੇਣਾ ਕੋਈ ਨਹੀਂ ਨਾ ਆਗਲਾ ਨੇ ਪੈਸੇ ਦੇ ਦੇ ਤੁਸੀਂ ਕਿਸਾਨ ਨੂੰ ਦੇਣੇ ਇਹ ਇੱਕ ਸਟੇਟ ਦਾ ਰੌਲਾ ਵੀ ਇਹਦੇ ਵਿੱਚ ਆੜਤੀ ਭਾਈ ਜਰਾਜ ਕਹਿੰਦਾ ਵੀ ਸਾਨੂੰ ਪੈਸੇ ਮਿਲਣੇ ਚਾਹੀਦੇ ਜਾਂ ਕਿਸਾਨ ਨੂੰ ਮਿਲਣੇ ਚਾਹੀਦੇ ਉਹਦੀ ਸਟੇਟ ਮੇਰੇ ਖਿਆਲ ਨਾਲ ਕੋਈ ਨਾ ਕੋਈ ਇਹੋ ਜਿਹੀ ਪਾਲਿਸੀ ਜਾਂ ਕਾਨੂੰਨ ਬਣਾ ਲ ਉਹਦੇ ਲਈ ਇੰਨਾ ਹਿੱਸਾ ਫਲਾਨੇ ਦਾ ਬਣਦਾ ਤੇ ਉਹ ਜਿਹੜਾ ਬੰਦਾ ਵੀ ਆਪਣਾ ਕੋਈ ਵੇਚਦਾ ਜ਼ਿਮੀਂਦਾਰ ਕਣਕ ਉਹਦੇ ਚੋਂ ਜਿਹੜਾ ਉਹਨੂੰ ਕਾਟ ਜਾਵਦੀ ਵੀ ਆ ਮੇਰਾ ਯਾਰ ਦੇਣਦਾਰੀ ਆ ਉਹਨੂੰ ਇਮਾਨਦਾਰੀ ਨਦੀਲ ਵੀ ਅਣੀ ਚੰਗੀ ਗੱਲ ਹੈ ਜੇ ਕਿਤੇ ਇਦਾਂ ਹੋ ਜਵੇ ਤਾਂ ਬਹੁਤ ਵਧੀਆ ਬਾਕੀ ਇੱਕ ਬਿਜਲੀ ਸੰਕਟ ਦੀ ਵੀ ਚਰਚਾ ਕਿ ਪੰਜਾਬ ਦੇ ਕੋਲੇ ਬਿਜਲੀ ਘਟ ਗਈ ਜੀ ਕੇਂਦਰ ਨੇ ਮਨਾ ਕਰ ਦਿੱਤਾ ਕਿ ਅਸੀਂ ਤੁਹਾਨੂੰ ਹੋਰ ਕੋਲਾ ਨਹੀਂ ਦੇ ਸਕਦੇ ਬਿਜਲੀ ਦਾ ਵੀ ਰੌਲਾ ਪੈ ਗਿਆ ਸੰਧਾਲੀਆ ਸਾਹਿਬ 26 ਤਰੀਕ ਨੂੰ ਇੱਕ ਚਿੱਠੀ ਕੱਢੀ ਆ ਕੇਂਦਰ ਨੇ ਉਹਦੇ ਵਿੱਚ ਉਹਨਾਂ ਨੇ ਸਾਰੇ ਸੂਬਿਆਂ ਨੂੰ ਕਹਿ ਦਿੱਤਾ ਕਿ ਕੋਲਾ ਜਿਹੜਾ ਨਾ ਤਹਾਨੂੰ ਅਨੁਪਾਤ ਦੇ ਮੁਤਾਬਕ ਮਿਲੂਗਾ ਡਿਮਾਂਡ ਦੇ ਮੁਤਾਬਕ ਨਹੀਂ ਮਿਲੂਗਾ ਉਹ ਸਾਰੇ ਸੂਬਿਆਂ ਦੀ ਚਿੱਠੀ ਆ ਕੱਲੇ ਪੰਜਾਬ ਦੀ ਨਹੀਂ ਹਾਲਾਂਕਿ ਜੇ ਪੰਜਾਬ ਵੱਧ ਅਨਾਜ ਦਿੰਦਾ ਹੈ ਆਪਾਂ ਇਹ ਨਹੀਂ ਕਹਿੰਨੇ ਕਿ ਪੰਜਾਬ ਨੂੰ ਵੱਧ ਕੋਲਾ ਨਾ ਮਿਲੇ ਜਿਹਦੇ ਨਾਲ ਸਾਡੇ ਪਲਾਂਟ ਚੱਲਣੇ ਕਿਉਂਕਿ ਘੰਟਿਆਂ ਦਾ ਹੀ ਰਹਿ ਗਿਆ ਕੋਲਾ ਕਈ ਥਾਂ ਤੇ ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਸਬਕ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਪੰਜਾਬ ਦੇ ਲੋਕਾਂ ਲਈ ਬਾਕੀ ਸਿਆਸੀ ਧਿਰਾਂ ਦੇ ਲਈ ਵੀ ਕਿ ਕੱਲਾ ਹੁਣ ਇਹ ਨਹੀਂ ਕਹਿਣਾ ਕਿ ਵਿਦੇਸ਼ੀ ਕੋਲੇ ਤੇ ਵੱਧ ਪੈਸੇ ਖਰਚ ਹੁੰਦੇ ਆ ਜੀ ਅਸੀਂ ਕਿੱਥੋਂ ਲਈਏ ਜੀ ਹੁਣ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਅਸੀਂ ਆਤਮ ਨਿਰਭਰ ਕਿੱਦਾਂ ਹੋਣਾ ਬਹੁਤ ਸਾਰਾ ਅਸੀਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਸੀ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਦੇ ਦਿੱਤਾ ਸੀ ਕਿ ਭਾਈ ਉਹਨਾਂ ਤੋਂ ਅਸੀਂ ਬਿਜਲੀ ਲੈਣੀ ਹੈ ਉਹ ਕਈ ਵਾਰੀ ਹੁੰਦੇ ਨਹੀਂ ਜੀ ਘਟ ਹੈ ਜਦੋਂ ਲੋਡ ਹੁੰਦੀ ਹੈ ਉਦੋਂ ਬੰਦ ਹੀ ਰੱਖਦੇ ਆ ਉਹ ਹੈਨਾ ਖਰਚ ਵੱਧ ਹੁੰਦਾ ਹੈ ਐਤਕੀ ਪੰਜਾਬ ਦੇ ਬਿਜਲੀ ਮੰਤਰਾਲੇ ਨੇ ਇਹ ਵੀ ਕਿਹਾ ਕਿ ਭਾਈ ਦੇਖੋ ਜਿੰਨੇ ਜਣਾਂ ਨਾਲ ਸਮਝੌਤੇ ਹੋਏ ਕਿ ਕਿੰਨੀ ਬਿਜਲੀ ਕਿਹੜੇ ਮਹੀਨੇ ਲੈਣੀ ਹੈ ਨਹੀਂ ਦਿੰਦੇ ਤਾਂ ਫਿਰ ਕਾਰਵਾਈ ਕਰਾਂਗੇ ਆਪਾਂ ਉਹ ਕਾਰਵਾਈ ਵਾਲਾ ਕੰਮ ਵੀ ਜ਼ਰੂਰੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਲ 2 ਸਾਲ 3 ਸਾਲ ਦੇ ਵਿੱਚ ਆਤਮ ਨਿਰਭਰ ਹੋਣ ਲਈ ਕੁਝ ਪ੍ਰੋਜੈਕਟ ਨਵੇਂ ਲਾ ਲਈਏ ਕੰਮ ਸੂਤ ਆ ਜਵੇ ਇੱਕ ਵੇਧੀ ਹੋਰ ਕਰਾਂ ਇੱਥੇ ਨਾ ਬੜੀ ਚਰਚਾ ਚੱਲਦੀ ਆ ਵੀ ਕੇਂਦਰੀ ਪੂਲ ਚੋਂ ਬੱਤੀ ਲੈਣੀ ਹੂੰ ਫਿਰ ਇਹ ਵੀ ਚਰਚਾ ਚੱਲਦੀ ਜੀ ਵੀ ਕੇਂਦਰੀ ਪੂਲ ਦੇ ਵਿੱਚ ਯੂਨਿਟ ਰੇਟ ਆ ਚੱਲਦਾ ਜੀ ਕੇਂਦਰੀ ਬਾਜ਼ਾਰ ਦੇ ਵਿੱਚ ਜਦੋਂ ਆਪਾਂ ਨੈਸ਼ਨਲ ਲੈਵਲ ਤੇ ਦੇਖਦੇ ਆ ਜੀ ਉਹ ਫਿਰ ਡਿਮਾਂਡ ਸਪਲਾਈ ਦੇ ਹਿਸਾਬ ਨਾਲ ਵਾਧਾ ਘਟਦਾ ਰਹਿੰਦਾ ਜਿੱਦਾਂ ਸ਼ੇਰਾਂ ਦੀ ਕੀਮਤ ਵਾਧੀ ਘਟਦੀ ਅੱਜ ਦੀ 18 ਰੁਪਏ ਉਹ ਜਦੋਂ ਵਾਧਾ ਘਟਦਾ ਤੇ ਫਿਰ ਕਈਆਂ ਨੂੰ ਹੋ ਕੇ ਲੈਣ ਨੂੰ ਮਿਲਦਿਆ ਵੀ ਯਾਰ ਉਹ ਹੋ ਯਾਰ ਬੱਤੀ ਇਨੀ ਮਹਿੰਗੀ ਹੁਣ ਮਹਿੰਗੀ ਬੱਤੀ ਲੈ ਕੇ ਤੁਸੀਂ ਗਾਂ ਲੋਕਾਂ ਨੂੰ ਕਿਉਂਕਿ ਲੋਕਾਂ ਦਾ ਤਾਂ ਰੇਟ ਬਣ ਲਿਆ ਈਵਨ ਹੁਣ ਤਾਂ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਓ ਤਾਂ 600 ਯੂਨਟ 2 ਮਹੀਨੇ ਦਾ ਵੈਸੇ ਹੀ ਮaaf ਕਰੀ ਫਿਰਦੇ ਜੀ ਮਹੀਨੇ ਦਾ 300 ਯੂਨਟ ਤੁਹਾਡੇ ਲੋ ਮਾਫ ਹੈ ਹੁਣ ਗਾਂ ਗਰਮੀਆਂ ਦੇ ਸੀਜ਼ਨ ਨੂੰ ਤੁਹਾਨੂੰ 18 ਰੁਪਏ ਮਿਲੇ ਜੀ ਹੁਣ 18 ਰੁਪਏ ਯੂਨਟ ਲੈ ਕੇ ਤੁਸੀਂ ਗਾਂ ਫਰੀ ਦਿੱਤਾ ਉਹ ਬੋਝ ਤਾਂ ਸਰਕਾਰ ਤੇ ਪੈਣਾ ਹੀ ਹਨ ਇਸ ਕੈਲਕੂਲੇਸ਼ਨ ਨੂੰ ਥੋੜਾ ਬਹੁਤ ਹਿਸਾਬ ਦਾ ਜ਼ਰੂਰ ਲਾ ਲੈ ਵੀ ਜੇ ਦਿਨ ਸੋ ਤੂੰ ਕਹਿੰਦੇ ਜੀ ਅਸੀਂ ਪ੍ਰੋਜੈਕਟ ਲਾਉਣ ਨੂੰ ਤਿਆਰ ਆ ਕੀ ਰੇਟ ਦੰਨੇ ਆ ਪੌਣੇ 2 ਰੁਪਏ ਈਦਾ ਕਿਦਾਂ ਵੀ ਮਤਲਬ ਜੇ ਉਧਰ 17 18 ਸੀਗਾ ਤੇ ਹੁਣ ਪੌਣੇ 2 ਦੇ ਹਿਸਾਬ ਨਾਲ ਆਪਾਂ ਕਿਉਂ ਚੱਲਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਖੰਘਾਲਣਾ ਪਊਗਾ ਵੀ ਯਾਰ ਉੱਥੇ ਕੀ ਗੇਮ ਚੱਲਦੀ ਆ ਸਾਡੀ ਕਦੋਂ ਕੋ ਲੋਡ ਵੱਧ ਹੁੰਦੀ ਆ ਅਸੀਂ ਕਦੋਂ ਕੋ ਪੈਦਾ ਕਰ ਸਕਦੇ ਆ ਤੇ ਕਿਸ ਤਰੀਕੇ ਨਾਲ ਆਪਾਂ ਵਿਚਾਲੇ ਜੇ ਲੈ ਆਈਏ ਵੀ ਜਿਹੜਾ ਬੰਦਾ ਇਸ ਪਾਸੇ ਭਾਵੇਂ ਕੋਈ ਵੀ ਬੰਦਾ ਬਿਜ਼ਨਸਮੈਨ ਹੋ ਸਕਦਾ ਕੋਈ ਵੱਡਾ ਕੋਈ ਪਿੰਡ ਹੋ ਸਕਦਾ ਪੰਚਾਇਤ ਹੋ ਸਕਦੀ ਜਿਹੜੀ ਵੀ ਚਾਹੇ ਵੀ ਅਸੀਂ ਪ੍ਰੋਜੈਕਟ ਲਾਉਣਾ ਉਹਨਾਂ ਨੂੰ ਵੀ ਲੱਗੇ ਵੀ ਆਰੇ ਦੇ ਵਿੱਚ ਫਾਇਦਾ ਤੇ ਵੀ 25 ਸਾਲ ਚੱਲੇਗਾ ਵੀ ਜੀ ਨਹੀਂ ਜ਼ਰੂਰੀ ਹੈ ਜੀ ਬਾਕੀ ਰਕੇਸ਼ ਕੈਥ ਹੋਰਾਂ ਨੂੰ ਧਮਕੀ ਮਿਲੀ ਹੈ ਫੋਨ ਦੇ ਉੱਤੇ ਜਾਨੂ ਮਾਰਨ ਦੀ ਉਹਨਾਂ ਨੇ ਪਹੁੰਚ ਵੀ ਕੀਤੀ ਹੈ ਪ੍ਰਸ਼ਾਸਨ ਤੱਕ ਕਿ ਭਾਈ ਇਦਾਂ ਦਾ ਕੋਈ ਟੈਲੀਫੋਨ ਆਇਆ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਇਦਾਂ ਦੇ ਕੰਮ ਨਹੀਂ ਚੱਲਣੇ ਚਾਹੀਦੇ ਕਿਉਂਕਿ ਸੰਘਰਸ਼ੀ ਬੰਦੇ ਨੇ ਐਡਾ ਵੱਡਾ ਅੰਦੋਲਨ ਨੂੰ ਚਲਾਇਆ ਸੀ ਹੋ ਸਕਦਾ ਕੁਸ਼ਰਾਰਤੀ ਅਨਸਰ ਹੀ ਹੋਵੇ ਪਰ ਉਹਨਾਂ ਦੇ ਸਮਰਥਕ ਜਿਹੜੇ ਨੇ ਇਸ ਗੱਲੋਂ ਥੋੜੀ ਜਿਹੀ ਚਿੰਤਾ ਦੇ ਵਿੱਚ ਨੇ ਹੁੰਦਾ ਹੀ ਆ ਕਿਉਂਕਿ ਕਾਰਨ ਇਹ ਆ ਵੀ ਇਹ ਇਹ ਤਾਂ ਵੈਸੇ ਹੀ ਬੜੀ ਕਹਿ ਲਓਗੇ ਵੀ ਛੋਟੇ ਲੈਵਲ ਦੀ ਗੱਲ ਹੈ ਨਾ ਹੁਣ ਜੇ ਇੱਕ ਬੰਦਾ ਉਹ ਉਹਨੇ ਕਿਹੜਾ ਵੀ ਆਪਣੇ ਘਰ ਦੀ ਲੜਾਈ ਲੜੀ ਹੈ ਐਨੀ ਦੁਨੀਆ ਦੀ ਲੜਾਈ ਲੜੀ ਹੈ ਜੀ ਉਹਦਾ ਕੋਈ ਮੁੱਦਾ ਹੈ ਜੇ ਉਹਦਾ ਮੁੱਦਾ ਕਿਸੇ ਨੂੰ ਕਿਸੇ ਤਰ੍ਹਾਂ ਤੰਗ ਵੀ ਕਰਦਾ ਕਿਸੇ ਬੰਦੇ ਹੁੰਦਾ ਨਾ ਵੀ ਅਗਲਾ ਕਹਿੰਦਾ ਲੈ ਮੈਂ ਪਾਵਰ ਚ ਆਇਆ ਕੱਲ ਦਾ ਬੰਦਾ ਮੈਂ ਤੰਗ ਕਰੂ ਚੱਕ ਦਿਆਂਗੇ ਜੀ ਮੇਰੇ ਖਿਆਲ ਨਾਲ ਜੇ ਉਸ ਰੋਡ ਤੇ ਚੱਲਣਾ ਤਾਂ ਫਿਰ ਤਾਂ ਠੀਕ ਹੀ ਠੀਕ ਹੈ ਭਾਈ ਤੇ ਜੇ ਆਪਾਂ ਸਾਰਿਆਂ ਨੂੰ ਬਰਾਬਰ ਲੈ ਕੇ ਚੱਲਣਾ ਤਾਂ ਫਿਰ ਮੇਰੇ ਖਿਆਲ ਨਾਲ ਥੋੜਾ ਜਿਹਾ ਉਧਰੋਂ ਸੂਈ ਚ ਹਟਾਉਣੀ ਪੈਣੀ ਨਹੀਂ ਜ਼ਰੂਰੀ ਹੈ ਜੀ ਆਪਣੀ ਸੂਈ ਟਾਈਮ ਤੇ ਆ ਗਈ ਬਹੁਤ ਸ਼ੁਕਰੀਆ ਜੀ ਮਿਹਰਬ ਕਿਵੇਂ ਦੀਆਂ ਲੱਗਦੀਆਂ ਤੁਸੀਂ ਉਹਦੀ ਫੀਡਬੈਕ ਭੇਜ ਦਿਆ ਕਰੋ ਬੜੇ ਧੰਨਵਾਦੀਆਂ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ